Canadians and with our pastor, we also are the glory for all the churches in the don't ask any other question. Hallelujah. I was thinking a bit of the Sabbath in Hallelujah. 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 स्वर्गीय पिता श्री यीशु मसीह ने पवित्र लहू को पुकार दिया। यीशु मसीह ने पवित्र लहू का पहाड़ा इस जगह पर प्रभु यीशु मसीह तुहाडी जवानी दे पवित्र खून का पहाड़ा लहू जिहड़ा साडे छुटकारे का लहू है साडे प्रायश्चित का लहू है प्रभु तुसी साडा छुटकारा सोने चांदी जी नाशवान चीजा देंगे नहीं ਸਗੋਂ ਲੇਲੇ ਦੇ ਬਹੁਮੁੱਲੇ ਲਹੂ ਦੇ ਵਸੀਲੇ ਕੀਤਾ ਪ੍ਰਭੂ ਮੈਂ ਯਿਸੂ ਮਸੀਹ ਦੇ ਪਵਿੱਤਰ ਲਹੂ ਦਾ ਪਾੜਾ ਇਸ ਜਗ੍ਹਾ ਪਾਉਂਦਾ ਲੋਰਡ ਬੀਇੰਗ ਯੋਰ ਸਰਵੈਂਟ ਬੀਇੰਗ ਯੋਰ ਪ੍ਰੀਸਟ ਆਈ ਸਪ੍ਰਿੰਕਲ ਦ ਬਲੱਡ ਆਫ ਦ ਲੈਮ ਇਨ ਦਿਸ ਪਲੇਸ ਐਸ ਦ ਪ੍ਰੀਸਟ ਅੰਡਰ ਦੀ ਓਲਡ ਕਵਨੈਂਟ ਵੁੱਡ ਸਪ੍ਰਿੰਕਲ ਦ ਬਲੱਡ ਆਫ ਦ ਐਨੀਮਲ Lord, now I sprinkle the blood of the Lamb, blood that speaks better than the blood of Abel, blood that is ever living in the presence of the Father. Father, I sprinkle that blood in this place right now. In the realm of the Spirit, I sprinkle the blood. I cover every soul under the blood of Yahusha HaMashiach. Hallelujah. Holy Spirit, you always come over the blood. Pavitr Atma, tu us jagah nahi janda jithe Yesu da lahu nahi hai. Tu sirf Yesu Masih de lahu de utte mandwana hai. Pavitr Atma, tu keval Yesu Masih de lahu da samman karta hai. Jithe Yesu Masih da lahu hai, utthe Prabhu ji tusi apna jeevan da kalam bhejde. Hallelujah. ਪ੍ਰਭੂ ਜੀ ਆਪਣਾ ਜਿਉਂਦਾ ਵਚਨ ਇਸ ਜਗ੍ਹਾ ਭੇਜੋ ਪ੍ਰਭੂ ਜੀ ਮੈਂ ਤੁਹਾਡੇ ਦੂਤਾਂ ਦਾ ਪਹਿਰਾ ਇਸ ਜਗ੍ਹਾ ਲਗਾਉਂਦਾ ਪ੍ਰਭੂ ਜੀ ਮੈਂ ਤੁਹਾਡੇ ਦੂਤਾਂ ਨੂੰ ਖੋਲਦਾ ਯਿਸੂ ਮਸੀਹ ਦੇ ਜਲਾਲੀ ਨਾਂ ਦੇ ਵਿੱਚ ਸਵਰਗ ਦੂਤਾਂ ਦੇ ਖੈਮੇ ਨੂੰ ਇਸ ਜਗ੍ਹਾ ਮੈਂ ਬੰਨ ਦਿੰਦਾ ਯਿਸੂ ਮਸੀਹ ਦੇ ਨਾਮ ਵਿੱਚ ਧੰਨਵਾਦ ਹਾਲੇਲੂਯਾ ਪ੍ਰਭੂ ਯਿਸੂ ਮਸੀਹ ਤੁਹਾਡਾ ਨਾਮ ਉੱਚਾ ਹੋਵੇ ਤੁਹਾਡਾ ਨਾਮ ਮਹਿਮਾ ਪਾਏ ਹਾਲੇਲੂਯਾ 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 ਪ੍ਰਭੂ ਜੀ ਤੁਹਾਡਾ ਧੰਨਵਾਦ ਹੋ ਹਾਲੇਲੂਯਾ ਯਿਸੂ ਮਸੀਹ ਦੇ ਜਲਾਲੀ ਆਮੀਨ ਹਾਲੇਲੂਯਾ ਪਰਮੇਸ਼ਵਰ ਦੀ ਬਾਣੀ ਚ ਇੱਕ ਵਚਨ ਪੜ੍ਹੀਏ ਹਾਲੇਲੂਯਾ ਪੜ੍ਹੀਏ ਵਿਵਸਥਾ ਸਾਰ ਉਹਦਾ 9 ਅਧਿਆਇ ਉਹਦਾ 22 ਵਚਨ ਵਿਵਸਥਾ ਸਾਰ 9 ਅਧਿਆਇ ਦੇ 22 ਵਚਨ ਤੇ ਅਸੀਂ ਮੰਨ ਕਰਾਂਗੇ ਵਿਵਸਥਾ ਸਾਰ 9 ਦਾ 22 ਅਟਾਵਾ ਮੇਰੀ ਤੁਮਨੇ ਯਹੋਵਾ ਪਵਿੱਤਰ ਜਲਾਈ ਹਾਲੇਲੂਯਾ ਹਾਲੇਲੂਯਾ ਇਹ ਜਿਹੜਾ ਬੱਚੇ ਨੇ ਇਹ ਤੁਹਾਨੂੰ 6 ਜਗ੍ਹਾ ਸੈਲੀਆ ਨੇ ਯਹੋਵਾ ਪਰਮੇਸ਼ਵਰ ਦੇ ਵਿਰੁੱਧ ਬਲਵਾ ਕੀਤਾ ਤੇ ਕਿਬਰੋਤ ਹਾ ਅਟਾਵਾ ਦੀ ਜਗ੍ਹਾ ਹੈ ਇਹਦਾ ਨਾਮ ਕਿਬਰੋਤ ਹਾ ਅਟਾਵਾ ਕਿਉਂ ਪਿਆ ਹਿਬਰੂ ਭਾਸ਼ਾ ਚ ਕਿਬੇਰ ਦਾ ਮਤਲਬ ਹੁੰਦਾ ਕਬਰ ਕਿਬਰੋਤ ਦਾ ਮਤਲਬ ਜਿੱਥੇ ਬਹੁਤ ਸਾਰੀਆਂ ਕਬਰਾਂ ਨੇ ਹਤਵਾ ਜਿਹੜਾ ਸ਼ਬਦ ਹੈ ਉਹਦਾ ਮਤਲਬ ਹੁੰਦਾ ਹੈ ਖੁਆਇਸ਼ਾਂ ਜਿਸਮਾਨੀ ਖੁਆਇਸ਼ਾਂ ਸਰੀਰ ਦੀ ਅਭਿਲਾਸ਼ਾ ਕਿਬਰੋਤ ਆ ਹਤਵਾ ਦਾ ਮਤਲਬ ਹੈ ਇਸਰਾਇਲੀ ਲੋਕ ਇੱਕ ਜਗ੍ਹਾ ਤੇ ਆ ਕੇ ਮਰ ਗਏ ਬਿਲਕੁਲ ਨਕਸ਼ਾ ਸੀ ਪਰ ਉਹ ਬਲੈਕ ਐਂਡ ਵਾਈਟ ਸੀ ਮੈਂ ਪਾ ਨਹੀਂ ਸਕਿਆ ਕਿਬਰੋਤ ਦਾ ਅਟਵਾ ਇੱਕ ਜਗ੍ਹਾ ਹੈ ਜਿੱਥੇ ਇਸਰਾਇਲੀ ਪ੍ਰਜਾ ਇੱਕ ਪੂਰਾ ਸਾਲ ਘੁੰਮਦੀ ਸੀ ਇਸ ਤਰ੍ਹਾਂ ਗੋਲ ਬਿਆਬਾਨ ਦੇ ਵਿੱਚ ਪੂਰਾ ਇੱਕ ਸਰਕਲ ਲਗਾਉਂਦੀ ਸੀ ਤੇ ਉਹ ਗੋਲ ਚੱਕਰ ਘੁੰਮਣ 'ਚ ਇਸਰਾਇਲੀ ਲੋਕਾਂ ਨੂੰ ਲਗਭਗ 360 ਦਿਨ ਲੱਗਦੇ ਸਨ ਤੇ ਉਹ ਘੁੰਮ ਕੇ ਫਿਰ ਉਸੇ ਜਗ੍ਹਾ ਆ ਜਾਂਦੇ ਸਨ ਅਗਰ ਤੁਸੀਂ ਇਸਰਾਇਲ 'ਚ ਜਾਓਗੇ ਤੁਹਾਨੂੰ ਕਿਬਰੋਤ ਦਾ ਅਟਵਾ ਦੇ ਨੇੜੇ
ਚਟਾਨਾਂ ਮਿਲਣਗੀਆਂ ਜਿਨ੍ਹਾਂ ਚਟਾਨਾਂ 'ਚ ਇਸਰਾਇਲੀ ਲੋਕ ਖੋਦ ਕੇ ਨਿਸ਼ਾਨ ਲਗਾਉਂਦੇ ਸਨ ਲੇਕਿਨ ਫਿਰ ਉਹ ਕੋਲ ਕੋਲ ਦੀ ਘੁੰਮਦੇ ਸਨ ਫਿਰ ਘੁੰਮਦੇ ਉਹਨਾਂ ਦਾ ਪੂਰਾ ਸਾਲ ਲੱਗ ਜਾਂਦਾ ਸੀ ਇਸ ਤਰ੍ਹਾਂ 40 ਮਰਤਬਾ ਉਹਨਾਂ ਨੇ ਬੀਆਬਾਨ ਦੇ ਵਿੱਚ ਕੀ ਕੀਤਾ ਹੈ ਗੋਲ ਗੋਲ ਘੁੰਮੇ ਹਾਲੇਲੂਇਆ ਹਾਲੇਲੂਇਆ ਤੁਹਾਨੂੰ ਕਿਸੇ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ 'ਚ ਗੋਲ ਗੋਲ ਘੁੰਮੇ ਹੋ ਹਾਂਜੀ ਕਿਬਰੋਤ ਆ ਅਤਾਬਾ ਇਮਰਾਨ ਜਿਹੜਾ ਤੁਹਾਨੂੰ ਵਚਨ ਦਿੱਤਾ ਹੈ ਵਿਵਸਥਾ ਸਾਹਿਬ 9:22 6 ਹੋਰ ਅਲੱਗ ਰੈਫਰੈਂਸਿਸ ਵੀ ਇਹਦਾ ਕਿਬਰੋਤ ਆ ਅਤਾਬਾ ਦਾ ਮਤਲਬ ਇਹ ਜਿਸਮ ਦੀਆਂ ਖੁਆਇਸ਼ਾਂ ਦੀ ਕਬਰਾਂ ਜਿਸਮ ਦੀਆਂ ਖੁਆਇਸ਼ਾਂ ਦੀ ਕਬਰਾਂ ਇੰਗਲਿਸ਼ 'ਚ ਕਹਿੰਦੇ ਹੈ ਦ ਗਲੇਵਸ ਆਫ ਯੋਰ ਲਸਟ ਤੁਹਾਡੀ ਲਸਟ ਦੀਆਂ ਕਬਰਾਂ ਬਲੀ ਇਸਰਾਇਲ ਹੋਰ ਹੋਰ ਹੁੰਦਾ ਸੀ ਤੇ ਜਿਸਮ ਦੀ ਖੁਆਇਸ਼ਾਂ ਦੀ ਕਬਰਾਂ ਦੇ ਵਿੱਚ ਮਰ ਕੇ ਸਾਰੀ ਦੀ ਸਾਰੀ ਕੌਮ ਫਨਾ ਹੋ ਗਈ ਗੁਲਾਮ ਜੀ ਤੁਸੀਂ ਨੇ ਕਿਹਾ ਤੁਹਾਡੇ ਬਾਪ ਦਾਦਿਆਂ ਨੇ ਬੀਆਬਾਨ ਦੇ ਵਿੱਚ ਉਤਰਤਾ ਮੰਨਣਾ ਖਾਤਾ 40 ਵਰੇ ਕਿੰਨੇ ਵਰੇ 78 ਸਾਮ 6 78 ਸਬੂਰ 'ਚ ਲਿਖਿਆ ਹੈ ਜਿਹੜਾ ਮੰਨਣਾ ਇਸਰਾਇਲੀਆਂ ਦੇ ਉੱਤੇ ਵਰਸਦਾ ਸੀ ਹੀਬਰੂ ਵਰਡੇ ਲਿਖੇ ਹਾ ਅਬਰੀਮ ਫਰਿਸ਼ਤਿਆਂ ਦਾ ਖਾਣਾ ਕਿਹਨਾਂ ਦਾ ਖਾਣਾ ਸੀ ਸਵਰਗ ਦੂਤਾਂ ਦਾ ਖਾਣਾ ਉਹਨਾਂ ਨੇ ਖਾਧਾ ਉਹਨਾਂ ਦੇ ਵਿੱਚ ਕੋਈ ਵੀ ਬਿਮਾਰ ਨਹੀਂ ਹੋਇਆ ਕੋਈ ਰੋਗੀ ਨਹੀਂ ਹੋਇਆ ਕੋਈ ਮਾਂਦਾ ਨਹੀਂ ਹੋਇਆ 40 ਵਰੇ ਰਿਸ਼ਟ ਪੁਸ਼ਟ ਰਹੇ ਉਹਨਾਂ ਦੀ ਜੁੱਤੀਆਂ ਦੇ ਸੋਲ ਨਹੀਂ ਘਸੇ ਤੇ ਉਹਨਾਂ ਦੇ ਵਸਤਰ ਵੀ ਗੰਦੇ ਨਹੀਂ ਹੋਏ ਹਾਲੇਲੂਇਆ ਹਾਲੇਲੂਇਆ ਉਹਨਾਂ ਜਿਸ ਤਰ੍ਹਾਂ ਉਹਨਾਂ ਦਾ ਸਰੀਰ ਵੱਧਦਾ ਗਿਆ ਨਾ ਬੀਆਬਾਨ ਦੇ ਵਿੱਚ ਉਸ ਤਰ੍ਹਾਂ ਉਹਨਾਂ ਦੇ ਜਿਸਮ ਦੇ ਉੱਤੇ ਵਸਤਰ ਵੀ ਇੱਡੇ ਅਦਭੁਤ ਢੰਗ ਨਾਲ ਯਹੋਵਾ ਪਰਮੇਸ਼ਵਰ ਬਲੀ ਇਸਰਾਇਲ ਦੇ ਵਿੱਚ ਸੀ ਲੇਕਿਨ ਉਹ ਫਿਰ ਵੀ ਕੀ ਹੁੰਦੇ ਰਹੇ ਗੋਲ ਗੋਲ ਹੁੰਦੇ ਰਹੇ ਤੇ ਅੰਤ ਵਿੱਚ ਪੂਰੀ ਦੀ ਪੂਰੀ ਪ੍ਰਜਾ ਉਹ ਲਗਭਗ ਬਹੁਤ ਸਾਰੇ ਬਾਈਬਲ ਦੇ ਵਿਦਵਾਨ ਮੰਨਦੇ ਨੇ ਕਿ ਉਹ 3 ਮਿਲੀਅਨ ਦੇ ਕਰੀਬ ਲੋਕ ਸਨ ਅਰਥਾਤ 30 ਲੱਖ ਦੇ ਕਰੀਬ 28 ਤੋਂ 30 ਲੱਖ 660,000 ਦੇ ਕਰੀਬ ਮਰਦ ਸਨ ਜਿਹੜੇ ਲੜਾਈ ਦੇ ਮੈਦਾਨ 'ਚ ਜਾ ਸਕਦੇ ਸਨ ਇਹ ਉਸ ਏਜ ਤੋਂ ਹੇਠਾਂ ਦਾ ਸ਼ੁਮਾਰ ਨਹੀਂ ਹੈ ਤੀਵੀਆਂ ਇਸਰਾਇਲ ਦੇ ਵਿੱਚ ਕਈ ਪੁਰਸ਼ 1 ਨਾਲੋਂ ਵੱਧ ਰੱਖਦੇ ਸਨ ਤੇ ਬਹੁਤ ਸਾਰੇ ਬਾਈਬਲ ਦੇ ਵਿਦਵਾਨ ਮੰਨਦੇ ਨੇ ਕਿ ਲਗਭਗ 30 ਲੱਖ ਦੇ ਕਰੀਬ ਲੋਕ ਸਨ ਜਿਹਨਾਂ ਨੂੰ ਪਰਮੇਸ਼ੁਰ ਮਿਸਰ ਦੀ ਗੁਲਾਮੀ 'ਚ ਛੁਡਾ ਕੇ ਲੈ ਕੇ ਆਇਆ ਜਿਹਨਾਂ ਦੇ ਉੱਤੇ ਪਰਮੇਸ਼ੁਰ ਜਲਾਲ ਦਾ ਬੱਦਲ ਬਣ ਕੇ ਉੱਤਰਦਾ ਸੀ ਪਰਮੇਸ਼ੁਰ ਨੇ ਮੂਸਾ ਨੂੰ ਕੋਈ ਨਕਸ਼ਾ ਨਹੀਂ ਸੀ ਦਿੱਤਾ ਕਿ ਕਿਸ ਤਰ੍ਹਾਂ ਜਾਣਾ ਹੈ ਰਾਊਟ ਕੀ ਹੈ ਕੋਈ ਨੈਵੀਗੇਸ਼ਨ ਟੂਲ ਨਹੀਂ ਸੀ ਮੂਸਾ ਦੇ ਕੋਲ ਉਹ ਜਲਾਲ ਦਾ ਬੱਦਲ ਇਸ ਤਰ੍ਹਾਂ ਚੱਲਦਾ ਸੀ ਤੇ ਜਲਾਲ ਦੇ ਬੱਦਲ ਦੇ ਸਾਏ ਦੇ ਹੇਠਾਂ ਇੱਕ ਵੱਡਾ ਪਾਰਵਾਂ ਤੁਰਿਆ ਜਾਂਦਾ ਸੀ ਲਗਭਗ 30 ਲੱਖ ਤੇ ਉਹ ਜਲਾਲ ਦਾ ਬੱਦਲ ਰਾਤ ਨੂੰ ਅੰਬ ਦੇ ਖੁੰਬੇ 'ਚ ਤਬਦੀਲ ਹੋ ਜਾਂਦਾ ਸੀ ਯਹੋਵਾ ਪਰਮੇਸ਼ੁਰ ਸੁਬਾਹ ਸਵਰਗ ਦੀ ਖਿੜਕੀਆਂ ਖੋਲਦਾ ਸੀ ਤੇ ਸਵਰਗੀ ਮੰਨਾ ਇਸਰਾਇਲੀ ਕੌਮ ਦੇ ਉੱਤੇ ਵਰਸਾਉਂਦਾ ਸੀ ਹਾਲੇਲੂਇਆ 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 ਤੇ ਵਚਨ 'ਚ ਲਿਖਿਆ ਹੈ ਇੱਕ ਚਟਾਨ ਅਬਦੀ ਚਟਾਨ ਪਹਿਲਾ ਪ੍ਰਿਥਵੀ ਦਰਸ਼ਨ ਦੇ ਅਜੇ 4 ਵਚਨ 'ਚ ਲਿਖਿਆ ਹੈ ਉੱਡ ਕੇ ਉਹਨਾਂ ਦੇ ਪਿੱਛੇ ਪਿੱਛੇ ਚੱਲ ਰਹੀ ਸੀ ਤੇ ਉਹ ਚਟਾਨ ਪਾਣੀ ਗਲਾਂਦੀ ਸੀ ਇਸਰਾਇਲੀ ਅਗਰ ਤੁਸੀਂ ਇਸਰਾਇਲ 'ਚ ਜਾਓਗੇ ਉਹ ਪੂਰਾ ਇਲਾਕਾ ਘੁੰਮੋ ਮੈਂ ਉਹ ਇਲਾਕਾ ਘੁੰਮਿਆ ਸਾਰਾ ਉੱਥੇ ਪਾਣੀ ਦਾ ਕੋਈ ਵੀ ਸਰੋਤ ਨਹੀਂ ਹੈ ਅੱਜ ਵੀ ਕੋਈ ਚਸ਼ਮਾ ਨਦੀ ਨਾਲਾ ਨਹੀਂ ਹੈ ਉਸ ਇਲਾਕੇ 'ਚ ਅਤੇ ਪਰਮੇਸ਼ੁਰ 30 ਲੱਖ ਦੇ ਕਰੀਬ ਲੋਕਾਂ ਨੂੰ ਪਾਣੀ ਪਿਲਾਉਂਦਾ ਸੀ ਅਤੇ ਬਾਈਬਲ 'ਚ ਲਿਖਿਆ ਹੈ ਇਸਰਾਇਲੀ ਲੋਕਾਂ ਦੇ ਡੰਗਰ 10 ਗੁਣਾ ਵੱਧ ਸਨ ਉਹਨਾਂ ਦੀ ਗਿਣਤੀ ਤੋਂ ਕਿੰਨੇ ਹੋ ਗਏ 3 ਕਰੋੜ ਡੰਗਰ ਸਨ ਜਰਾ ਸੋਚੋ 3 ਕਰੋੜ ਡੰਗਰਾਂ ਨੂੰ ਪਾਣੀ ਪਿਲਾਉਣ ਦੇ ਲਈ ਕਮ ਸੇ ਕਮ 5 ਲੱਖ ਟੈਂਕਰ ਚਾਹੀਦੇ ਪਾਣੀ ਦੇ ਪ੍ਰਤੀ ਦਿਨ ਕੌਣ ਮੁਹੱਈਆ ਕਰਦਾ ਸੀ ਸਵਰਗ ਦਾ ਪਰਮੇਸ਼ੁਰ ਯਹੋਵਾ ਹਾਲੇਲੂਇਆ ਹਾਲੇਲੂਇਆ ਅਗਰ ਤੁਹਾਨੂੰ ਕੋਈ ਆਖੇ ਨਾ ਕਿ ਜੀ ਘਰ 'ਚ ਆਰਾਮ ਕਰਕੇ ਬਹਿ ਜਾਓ ਵੇਖਦੇ ਆ ਰੱਬ ਤੁਹਾਡੇ ਮੂੰਹ 'ਚ ਰੋਟੀ ਪਾਏਗਾ ਕਿ ਨਹੀਂ ਲੋਕੀ ਕਹਾਵਤ ਕਹਿੰਦੇ ਨਾ ਜੇ ਹੱਡ ਨਾ ਹਲਾਈ ਤੇ ਰੋਟੀ ਕਿੱਥੋਂ ਮਿਲੇਗੀ ਇਹ ਗੱਲ ਪਰਮੇਸ਼ੁਰ ਦੇ ਲੋਕ ਕੀ ਕਹਿ ਸਕਦੇ ਕਿਉਂਕਿ ਯਹੋਵਾ ਬਾਰਿਸ਼ ਦੀ ਮਾਨ ਨੂੰ ਮੰਨਦਾ ਵਰਸਾ
ਐਕਟ ਤੋਂ 25 ਸਾਲ ਪਹਿਲਾਂ ਯੂਐਸ ਚ ਡਾਕਟਰ ਬੈਕੀ ਨੇ ਰਿਸਰਚ ਕੀਤੀ ਸੀ ਮੰਡੇ ਦੇ ਉੱਤੇ। ਉਹਨੇ ਮੰਡੇ ਦਾ ਕੁਝ ਡੀਐਨਏ ਕਲੈਕਟ ਕੀਤਾ ਯਾਵਾਨ ਚ ਔਰ ਉਹਦੇ 'ਤੇ ਰਿਸਰਚ ਕੀਤੀ। ਪੁਸਤਕ ਲਿਖੀ ਉਸ ਲੇਡੀ ਨੇ ਕਿ ਮੰਨਾ ਇਸ ਤਰ੍ਹਾਂ ਦੀ ਸ਼ੈ ਸੀ ਜਿਹਦੇ ਵਿੱਚ ਦੁਨੀਆ ਦੇ ਉੱਤੇ ਜਿੰਨੀਆਂ ਵੀ ਨੇਮਤਾਂ ਯਹੋਵਾ ਪਰਮੇਸ਼ਵਰ ਨੇ ਪੈਦਾ ਕੀਤੀਆਂ ਅਤੇ ਉਹ ਨੇਮਤਾਂ ਜਿਹੜੀਆਂ ਜ਼ਮੀਨ 'ਤੇ ਨਹੀਂ ਵੀ ਹੈ ਉਹ ਸਾਰੀਆਂ ਮੰਨੇ ਦੇ ਵਿੱਚ ਸਨ। ਹਾਲੇਲੂਇਆ। ਪਰਮੇਸ਼ਵਰ ਨੇ ਕਿਹਾ ਸੀ ਜਿਹੜਾ ਘੱਟ ਇਕੱਠਾ ਕਰੇਗਾ ਉਹ ਸੁਪਰ ਨੈਚੁਰਲੀ ਉਹਦੇ ਘਰ ਦੇ ਵਿੱਚ ਘਾਟਾ ਨਹੀਂ ਆਏਗਾ, ਸਾਰੇ ਲੱਟ ਜਾਣਗੇ। ਅਤੇ ਜਿਹੜਾ ਵੱਧ ਇਕੱਠਾ ਕਰੇਗਾ ਕੀ ਹੋ ਜਾਂਦਾ ਸੀ? ਪਰਮੇਸ਼ਵਰ ਕੀ ਸਿਖਾਉਣਾ ਚਾਹੁੰਦਾ ਸੀ ਆਪਣੀ ਪ੍ਰਜਾ ਨੂੰ? ਪਰਮੇਸ਼ਵਰ ਆਪਣੀ ਪ੍ਰਜਾ ਨੂੰ ਇਹ ਸਿਖਾਉਣਾ ਚਾਹੁੰਦਾ ਸੀ ਕਿ ਲਾਲਚ ਜਿਹੜਾ ਹੈ, ਕੁਲੀਸੀਆਂ ਦੀ ਪੱਤਰੀ 3:5 ਲਾਲਚ ਮੂਰਤੀ ਪੂਜਾ ਹੈ। ਕੀ ਹੈ ਲਾਲਚ? ਕੀ ਹੈ? ਸੁਸਮਾਚਾਰ ਦਾ ਇਹੋ ਜਿਹਾ ਸਰੂਪ ਜਿਹਨੂੰ ਅਮੈਰੀਕਾ ਨੇ ਪੇਸ਼ ਕੀਤਾ ਪ੍ਰੋਸਪੈਰਿਟੀ ਗੋਸਪਲ, ਜਿਹਦੇ ਵਿੱਚ ਅਸੀਂ ਯਿਸੂ ਮਸੀਹ ਨੂੰ ਇਸਤੇਮਾਲ ਕਰਨਾ ਹੈ ਦੁਨਿਆਵੀ ਸ਼ੈਵਾਂ ਇਕੱਠੀਆਂ ਕਰਨ ਦੇ ਲਈ, ਜਿਹਦੇ ਵਿੱਚ ਪ੍ਰਚਾਰਕ ਨੇ ਇੱਕ ਚਿਰਾਗ ਰਗੜ ਕੇ ਉਹਦੇ ਵਿੱਚੋਂ ਯਿਸੂ ਨਾਂ ਦਾ ਜਿੰਨ ਬਾਹਰ ਕੱਢਣਾ ਹੈ, ਜਿਹਨੇ ਕਹਿਣਾ ਬੋਲੋ ਮੇਰੇ ਆਖਾ ਆਪਣੀ ਪਾਸ਼ੇ ਕਿਆ ਹੈ। ਇਸ ਤਰ੍ਹਾਂ ਦਾ ਸੁਸਮਾਚਾਰ ਦਿੱਤਾ ਜਾ ਰਿਹਾ ਹੈ ਜਿਹਦਾ ਵਿਰੋਧ ਪੰਜਾਬ 'ਚ ਹੋਇਆ। ਇਹ ਖੁਦਾ ਵੱਲੋਂ ਹੈ, ਸਮਝਦੇ ਵੀ ਜਿਹੜਾ ਵਿਰੋਧ ਹੋ ਰਿਹਾ ਹੈ ਇਹ ਪਰਮੇਸ਼ੁਰ ਵੱਲੋਂ ਹੈ, ਕਿਉਂਕਿ ਪਰਮੇਸ਼ੁਰ ਪਸੰਦ ਨਹੀਂ। ਯਿਸੂ ਮਸੀਹ ਦੇ ਸੁਸਮਾਚਾਰ ਦਾ ਉਹ ਸਰੂਪ ਪੇਸ਼ ਕੀਤਾ ਗਿਆ ਜਿਹੜਾ ਇਹਦੇ ਵਿੱਚ ਉਸ ਇਸ਼ੂ ਨੂੰ ਪੇਸ਼ ਕੀਤਾ ਜਾਂਦਾ ਹੈ ਜਿਹੜਾ ਤੁਹਾਡੇ ਕੰਮ ਕਰਨ ਦੇ ਲਈ ਆਇਆ। ਉਹ ਯਿਸੂ ਨੂੰ ਪੇਸ਼ ਨਹੀਂ ਕੀਤਾ ਜਾਂਦਾ ਜਿਹੜਾ ਯਿਸੂ ਕਹਿੰਦਾ ਤੰਗ ਫਾਟਕ ਦੇ ਵਿੱਚੋਂ ਦੀ ਵੜੋ ਤੇ ਸਤਰੇ ਰਾਹ ਦੇ ਉੱਤੇ ਚੱਲੋ ਤੇ ਆਪਣੇ ਜਿਸਮ ਤੇ ਜਿਸਮ ਦੀ ਖੁਆਇਸ਼ਾਂ ਨੂੰ ਰੋਜ਼ ਕਰੂਸ ਦੇ ਉੱਤੇ ਚੜਾਓ। ਪਰ ਇਹ ਯਿਸੂ ਪਤਾ ਕਿਹੜਾ ਪੇਸ਼ ਕੀਤਾ ਜਾ ਰਿਹਾ? ਮਨੋਕਾਮਨਾ ਪੂਰੀਆਂ ਕਰਨ ਵਾਲਾ ਯਿਸੂ। ਕਿਹੜਾ ਯਿਸੂ? ਜਿਸ ਤਰ੍ਹਾਂ ਦੁਨੀਆਂ ਦੇ ਦੇਵੀ ਦੇਵਤਿਆਂ ਦੇ ਲੋਕ ਜਾਂਦੇ ਨਾ ਮਨੋਕਾਮਨਾ ਪੂਰੀਆਂ ਕਰਾਉਣ ਲਈ, ਉਸ ਤਰ੍ਹਾਂ ਦਾ ਯਿਸੂ ਪੇਸ਼ ਕੀਤਾ ਜਾ ਰਿਹਾ ਮਨੋਕਾਮਨਾਵਾਂ। ਮੈਨੂੰ 34 ਸਾਲ ਹੋ ਗਏ ਨੇ ਯਿਸੂ ਮਸੀਹ ਦੇ ਨਾਲ ਚੱਲਦੇ ਨੂੰ ਅਤੇ ਮੈਨੂੰ 28 ਸਾਲ ਹੋ ਗਏ ਨੇ ਦੁਨੀਆਂ ਘੁੰਮਦੇ ਨੂੰ। ਪਾਸਟਰ ਜੀ ਪੁੱਛ ਰਹੇ ਸੀ ਮੇਰੀ ਇੰਟਰੋਡਕਸ਼ਨ, ਮੈਂ ਨਹੀਂ ਆਪਣੀ ਇੰਟਰੋਡਕਸ਼ਨ ਕਰਦਾ। ਮੈਂ ਦੁਨੀਆਂ ਦੇ 150 ਦੇਸ਼ਾਂ 'ਚ ਜਾਂਦਾ ਸੇਵਾ ਕਰਨ ਲਈ। ਮੈਂ US ਤੋਂ ਪੜ੍ਹ ਕੇ PhD ਲਈ ਹੈ ਇਹਦੇ 'ਚ, ਰਿਲੀਜਨ, ਫਿਲੋਸਫੀ ਅਤੇ ਬਿਬਲੀਕਲ ਲੈਂਗੁਏਜ 'ਚ, ਹੀਬਰੂ, ਗ੍ਰੀਕ, ਲੈਟਿਨ, ਓਰੀਜਨਲ ਟੈਕਸਟ ਮੈਂ ਪੜ੍ਹਦਾ ਹਾਂ। ਅਤੇ ਮੈਂ ਦੇਖ ਰਿਹਾ ਕਿ ਕਿਸ ਤਰ੍ਹਾਂ ਯਿਸੂ ਮਸੀਹ ਦੇ ਸੁਸਮਾਚਾਰ ਦੇ ਸਰੂਪ ਨੂੰ ਵਿਗਾੜ ਦਿੱਤਾ ਠੱਗ ਪਾਦਰੀਆਂ ਨੇ, ਠੱਗ ਪ੍ਰਚਾਰਕਾਂ ਨੇ, ਜਿਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਦੇ ਨਾਂ ਨੂੰ ਕਾਰੋਬਾਰ ਅਤੇ ਬਿਜ਼ਨਸ ਦਾ ਇੱਕ ਜ਼ਰੀਆ ਬਣਾਇਆ ਅਤੇ ਕਲੀਸੀਆ ਨੂੰ ਕਾਰਪੋਰੇਸ਼ਨ ਦੀ ਤਰ੍ਹਾਂ ਪੇਸ਼ ਕੀਤਾ ਗਿਆ। ਇੱਕ ਬਿਜ਼ਨਸ ਮਾਰਕੀਟ ਹੈ ਕਲੀਸੀਆ, ਜਿਸ ਤਰ੍ਹਾਂ ਪੁਰਾਣੇ ਸਮੇਂ 'ਚ ਛੋਟੀ ਛੋਟੀ ਦੁਕਾਨਾਂ 'ਤੇ ਹੱਟੀਆਂ ਹੁੰਦੀਆਂ ਸਨ, ਉਹ ਖਤਮ ਹੋ ਗਈਆਂ ਅਤੇ ਹੁਣ ਮੌਲ ਆ ਗਏ ਨੇ। ਇੱਕ ਚਰਚ ਵੱਡੇ ਵੱਡੇ ਮੌਲਸ ਵੀ ਕਰਾਇਆ ਜਿਹਦੇ ਵਿੱਚ ਤੁਹਾਡੀ ਜਿਸਮਾਨੀ ਹਰ ਖੁਆਇਸ਼ ਦਾ ਇੰਤਜ਼ਾਮ ਹੈ, ਕਿਹੜੇ ਢੰਗ ਦੀ ਤੁਸੀਂ ਦੁਆ ਕਰਾਉਣੀ ਉੱਥੇ ਪ੍ਰਾਈਸ ਟੈਗ ਲੱਗਾ ਹੈ, 50,000 ਦੀ, 70,000 ਦੀ, 1,00,000 ਰੁਪਏ ਦੀ। ਡਾਇਮੰਡ ਪਾਰਟਨਰ ਬਣਨਾ, ਗੋਲਡਨ ਪਾਰਟਨਰ ਬਣਨਾ, ਸਿਲਵਰ ਪਾਰਟਨਰ ਬਣਨਾ ਹੈ, ਇੱਕ ਹੀ ਸ਼ੈ ਇਹਦੇ 'ਚ ਕੋਈ ਪ੍ਰਚਾਰੀ ਨੂੰ ਦਿਖਾ ਦੇ। ਮੈਂ ਅਮੈਰੀਕਾ ਦੇ ਵੱਡੇ ਵੱਡੇ ਪਾਦਰੀਆਂ ਨੂੰ ਚੁਣੌਤੀ ਦਿੱਤੀ ਸੀ ਤੂੰ ਦਿਖਾ ਦਿਓ ਇੱਕ ਆਇਟ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਵੀ ਇਹਦੀ ਬੁਨਿਆਦ 'ਤੇ ਹੈ, ਇੱਕ ਆਇਟ ਦਿਖਾ ਦਿਓ। ਨਹੀਂ, ਕਿਉਂ? ਕਿਉਂਕਿ ਵਚਨ 'ਚ ਲਿਖਿਆ ਹੈ, ਬ੍ਰੇਟ ਬਲੂਸ ਕਹਿੰਦਾ ਇਹ ਦੂਜਾ ਯਿਸੂ ਹੈ, ਇਹ ਦੂਜਾ ਸੁਸਮਾਚਾਰ ਹੈ, ਅਤੇ ਇਹ ਜਿਹੜਾ ਰੂਹ ਲੋਕਾਂ ਨੂੰ ਮਿਲ ਰਿਹਾ ਦੂਜਾ ਰੂਹ। ਯਿਸੂ ਮਸੀਹ ਸੱਦ ਰਿਹਾ ਤੰਗ ਫਾਟਕ ਦੇ ਵਿੱਚੋਂ ਦੀ ਵੜਨ ਦੇ ਲਈ। ਗ੍ਰੀਕ ਵਰਡ ਇੱਥੇ ਲੀਬੋ, ਜਿਹੜਾ 7 ਸਾਲ ਦਾ ਸਤਾਓ ਪ੍ਰਿਥਵੀ 'ਤੇ ਆਉਣ ਵਾਲਾ ਹੈ, ਉਹ ਸਤਾਓ ਦੇ ਲਈ ਯੂਨਾਨੀ ਭਾਸ਼ਾ ਦਾ ਸ਼ਬਦ ਹੈ ਥੀਲਿਪਸਿਸ, ਅਤੇ ਉਹਦੀ ਰੂਹ 'ਤੇ ਥਲੀਬੋ। ਜਿਸ ਤਰ੍ਹਾਂ 7 ਸਾਲ ਦਾ ਸਤਾਓ ਆਉਣਾ ਦੁੱਖਾਂ ਦਾ ਵੇਲਾ, ਇਹ ਦੁੱਖਾਂ ਦਾ ਰਾਹ ਹੈ ਜਿਹੜਾ ਯਿਸੂ ਮਸੀਹ ਦਾ ਰਾਹ ਹੈ, ਇਹ ਸੱਕਰਾ ਰਾਹ ਹੈ। ਬਾਈਬਲ 'ਚ 2 ਰਾਹ ਦੱਸੇ ਨੇ ਯਿਸੂ ਮਸੀਹ ਨੇ, ਨੈਰੋ ਵੇ ਐਂਡ ਬਰੋਡ ਵੇ। ਤੁਸੀਂ ਚਲੇ ਜਾਓ ਇੰਗਲੈਂਡ, ਕੈਨੇਡਾ,
ਯੂਨਾਈਟਿਡ ਸਟੇਟਸ ਆਫ ਅਮਰੀਕਾ ਯੂਰਪ ਚਲੇ ਜਾਓ ਉੱਥੇ ਜਿਹੜੇ ਵੱਡੇ ਵੱਡੇ ਸ਼ਹਿਰ ਨੇ ਉੱਥੇ ਤੁਹਾਨੂੰ ਮਿਲੇਗਾ ਬ੍ਰੌਡਵੇ ਨਿਊਯਾਰਕ 'ਚ ਜਾਓ ਨਿਊਯਾਰਕ 'ਚ ਫਿਫਥ ਐਵਨਿਊ ਦੇ ਉੱਤੇ ਆ ਬ੍ਰੌਡਵੇ ਬ੍ਰੌਡਵੇ ਦੇ ਉੱਤੇ ਕੀ ਹੁੰਦਾ ਹੈ ਬ੍ਰੌਡਵੇ ਦੇ ਉੱਤੇ ਫੈਸ਼ਨ ਟੀਵੀ ਦੀ ਪਰੇਡਾਂ ਹੁੰਦੀਆਂ ਨੰਗੀਆਂ ਪੁੰਗੀਆਂ ਜਨਾਨੀਆਂ ਇੱਦਾਂ ਤੁਰਦੀਆਂ ਉੱਥੇ ਜਿਹੜਾ ਫਿਫਥ ਐਵਨਿਊ ਹੈ ਬ੍ਰੌਡਵੇ ਉੱਥੇ ਹਰ ਤਰ੍ਹਾਂ ਦੇ ਗੰਦੇ ਕੰਮਾਂ ਦਾ ਸਮਾਨ ਮਿਲਦਾ ਬਰੋਥਲ ਨੇ ਉੱਥੇ ਜਿੱਥੇ ਵਿਆਪਾਰੀ ਔਰਤਾਂ ਸੜਕ ਦੇ ਬਾਹਰ ਖੜੀਆਂ ਹੁੰਦੀਆਂ ਤੇ ਉੱਥੇ ਉਹਨਾਂ ਨੇ ਪਹਿਲਾਂ ਹੀ ਲਿਖ ਕੇ ਲਾਇਆ ਕੀ ਹੈ ਇਹ ਚੌੜਾ ਰਾਹ ਬ੍ਰੌਡਵੇ ਮਸੀਹ ਦੇ ਇਹ ਸਕਰਾ ਤੁਹਾਨੂੰ ਪਤਾ ਬਾਈਬਲ 'ਚ ਨਵੇਂ ਨੇਮ 'ਚ ਪ੍ਰਾਰਥਨਾ ਦੇ ਲਈ ਜਿਹੜਾ ਸ਼ਬਦ ਸਭ ਤੋਂ ਵੱਧ ਵਾਰ ਇਸਤੇਮਾਲ ਹੋਇਆ ਪ੍ਰਾਰਥਨਾ ਦੇ ਲਈ ਲਗਭਗ 13 ਸ਼ਬਦ ਨੇ ਲੇਕਿਨ ਸਭ ਤੋਂ ਵੱਧ ਜਿਹੜਾ ਸ਼ਬਦ ਪ੍ਰਾਰਥਨਾ ਲਈ ਨਵੇਂ ਨੇਮ ਦੇ ਵਿੱਚ ਇਸਤੇਮਾਲ ਹੋਇਆ ਜਿਸ ਸ਼ਬਦ ਨੂੰ ਪ੍ਰਭੂ ਯਿਸੂ ਮਸੀਹ ਨੇ ਵੀ ਇਸਤੇਮਾਲ ਕੀਤਾ ਜਦੋਂ ਪ੍ਰਭੂ ਨੇ ਪ੍ਰਾਰਥਨਾ ਕਰਨੀ ਸਿਖਾਈ ਤੇ ਜਿਹੜਾ ਸ਼ਬਦ ਮੱਤੀ ਲਿਖਦਾ ਹੈ ਤੇ ਲੂਕਾ ਲਿਖਦਾ ਹੈ ਤੇ ਪ੍ਰੇਰਿਤ ਪੌਲੁਸ ਕਈ ਮਰਤਬਾ ਸ਼ਬਦ ਨੂੰ ਇਸਤੇਮਾਲ ਕਰਦਾ ਹੈ ਪ੍ਰਾਰਥਨਾ ਦੇ ਲਈ ਅਸਲੀ ਸ਼ਬਦ ਪ੍ਰੋ ਸੁਕੁਮਾਏ ਪ੍ਰੋ ਸੁਕੁਮਾਏ ਪੁੱਛੋ ਮੇਰੇ ਪਿੱਛੇ ਬੋਲੋ ਬੋਲੋ ਪ੍ਰੋ ਪ੍ਰੋ ਸੁਕੁਮਾਏ ਸੁਕੁਮਾਏ ਪ੍ਰੋ ਦਾ ਮਤਲਬ ਹੁੰਦਾ ਹੈ ਵੱਲ ਜਾਣਾ ਉਸ ਕਿਸੇ ਚੀਜ਼ ਵੱਲ ਜਾਣਾ ਸੁਕੁਮਾਏ ਦਾ ਮਤਲਬ ਹੁੰਦਾ ਹੈ ਰੱਬ ਦੀ ਮਰਜ਼ੀ ਕੀ ਹੈ ਪ੍ਰਾਰਥਨਾ ਦਾ ਮਤਲਬ ਕੀ ਹੋਇਆ ਜਦੋਂ ਤੁਸੀਂ ਪ੍ਰਾਰਥਨਾ ਕਰਦੇ ਹੋ ਤੁਸੀਂ ਸਵਰਗ ਤੋਂ ਪਰਮੇਸ਼ਵਰ ਦੀ ਸਾਮਰਥ ਮੰਗਦੇ ਹੋ ਤਾਂ ਕਿ ਤੁਸੀਂ ਪਰਮੇਸ਼ਵਰ ਦੀ ਮਰਜ਼ੀ ਪੂਰੀ ਕਰੋ ਤੁਸੀਂ ਪ੍ਰਾਰਥਨਾ ਨੂੰ ਇਸ ਤਰ੍ਹਾਂ ਦਾ ਹਥਿਆਰ ਬਣਾ ਕੇ ਇਸਤੇਮਾਲ ਨਹੀਂ ਕਰਦੇ ਕਿ ਪਰਮੇਸ਼ਵਰ ਦੀ ਵਾਹ ਮਰੋੜ ਕੇ ਤੇ ਪਰਮੇਸ਼ਵਰ ਤੋਂ ਕੰਮ ਕਰਵਾਓ ਬਲਕਿ ਤੁਸੀਂ ਪਰਮੇਸ਼ਵਰ ਦੀ ਮਰਜ਼ੀ ਪੂਰੀ ਕਰਨ ਦੇ ਲਈ ਸਵਰਗ ਤੋਂ ਪਰਮੇਸ਼ਵਰ ਦੀ ਮਦਦ ਮੰਗਦੇ ਹੋ ਕਿ ਇਹ ਪਰਮੇਸ਼ਵਰ ਮੇਰੀ ਨਹੀਂ ਤੇਰੀ ਸਭ ਤੋਂ ਸਬਲਿਨ ਉੱਤਮ ਪ੍ਰਾਰਥਨਾ ਸਭ ਤੋਂ ਸ੍ਰੇਸ਼ਟ ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਨੇ ਲਗਭਗ 10 ਸੈਕਿੰਡਾਂ 'ਚ ਕੀਤੀ ਗਸਮਨੀ ਦੇ ਬਾਗ 'ਚ ਆਪਣੀ ਪ੍ਰਾਰਥਨਾ ਦੇ ਆਖਰੀ ਮਰਹਲੇ 'ਚ ਪ੍ਰੋਸੀ ਕਮਾਏ ਕੀਤਾ ਉਹਨੇ ਕਿਹਾ ਫਿਰ ਵੀ ਮੇਰੀ ਨਹੀਂ ਸਗੋਂ ਤੇਰੀ ਮਰਜ਼ੀ ਪ੍ਰਾਰਥਨਾ ਦਾ ਮਤਲਬ ਹੈ ਤੁਸੀਂ ਪਰਮੇਸ਼ਵਰ ਦੀ ਮਰਜ਼ੀ ਪੂਰੀ ਕਰਨ ਦੇ ਲਈ ਪਵਿੱਤਰ ਆਤਮਾ ਦੇ ਦੁਆਰਾ ਢਾਲੇ ਜਾ ਰਹੇ ਉਹ ਭਾਂਡਾ ਬਣਾਇਆ ਜਾ ਰਿਹਾ ਹੈ ਤਿਆਰ ਕੀਤਾ ਜਾ ਰਿਹਾ ਹੈ ਜਿਹੜਾ ਪਰਮੇਸ਼ਵਰ ਦੀ ਮਰਜ਼ੀ ਪੂਰਾ ਕਰਨ ਦੇ ਲਈ ਸਵਰਗੀ ਯੋਗਤਾ ਦੇ ਨਾਲ ਭਰੇ ਅਸੀਂ ਸਰੀਰਕ ਸੰਸਾਰਿਕ ਤੇ ਆਪਣੀਆਂ ਕੈਪੈਬਿਲਿਟੀਆਂ ਹੈ ਸਮਰਥ ਹੈ ਉਹਦੇ ਦੀ ਮਰਜ਼ੀ ਪੂਰੀ ਕਰਨ ਦੇ ਲਈ ਪਰਮੇਸ਼ਵਰ ਨੇ ਪ੍ਰਾਰਥਨਾ ਦਾ ਵਰਦਾਨ ਦਿੱਤਾ ਸਰ ਪ੍ਰਾਰਥਨਾ ਦਾ ਮਤਲਬ ਇਹ ਨਹੀਂ ਕਿ ਪਰਮੇਸ਼ਵਰ ਦੇ ਵਿੱਚੋਂ ਵੱਧ ਤੋਂ ਵੱਧ ਖਿੱਚ ਲਈਏ ਜਿਨ੍ਹਾਂ ਨੇ ਬਹੁਤ ਕੁਛ ਖਿੱਚਿਆ ਵੀ ਬੜਾ ਕੁਛ ਮੈਂ ਵਿਸ਼ਵ ਚ ਘੁੰਮ ਕੇ ਵੇਖਿਆ ਜਿਹੜੇ ਪ੍ਰਚਾਰਕਾਂ ਨੇ ਬੜੀ ਬੜੀ ਮਾਸਿਵ ਬਿਲਡਿੰਗਾਂ ਖੜੀਆਂ ਕੀਤੀਆਂ ਤੁਸੀਂ ਯੂਰਪ ਚਲੇ ਜਾਓ ਇੰਗਲੈਂਡ 'ਚ ਚਲੇ ਜਾਓ ਕੋਈ ਦੌਰ ਸੀ ਜਦੋਂ ਉਹਨਾਂ ਨੇ ਕਰੋੜਾਂ ਅਰਬਾਂ ਰੁਪਏ ਦੀ ਵੱਡੀ ਵੱਡੀ ਚਰਚਾਂ ਬਣਾਈਆਂ ਵੱਡੀ ਵੱਡੀ ਚਰਚ ਮੈਂ ਇੱਕ ਚਰਚ 'ਚ ਗਿਆ ਜਿੱਥੇ 200-300 ਕਰੋੜ ਰੁਪਏ ਦਾ ਔਰਗਨ ਪਿਆ ਉਹਨੂੰ ਵਜਾਉਣ ਵਾਲਾ ਕੋਈ ਨਹੀਂ ਹੈ ਪਾਈਪ ਔਰਗਨ ਵਜਾਉਣ ਵਾਲਾ ਤੇ ਉਸ ਚਰਚ 'ਚ ਮੈਂ ਗਿਆ ਉਸ ਚਰਚ ਦੇ ਵਿਕਰ ਨੇ ਮੈਨੂੰ ਪ੍ਰਚਾਰ ਕਰਨ ਦੇ ਲਈ ਬੁਲਾਇਆ ਤੇ ਚਰਚ ਇੱਦਾਂ ਕੁ ਵੱਡਾ ਹੈ ਕਿ ਜਿੱਦਾਂ ਮਤਲਬ ਫੈਲਿਆ ਹੋਏਗਾ 5-6 ਕਿਲੇ ਦੇ ਵਿੱਚ ਬਿਲਡਿੰਗ ਫੈਲੀ ਤੇ ਜਦੋਂ ਮੀਟਿੰਗ ਕਰਨ ਲਈ ਮੈਂ ਸੰਡੇ ਨੂੰ ਗਿਆ ਉੱਥੇ 13-14 ਮੁੰਡੇ ਲੋਕ ਸਨ ਤੇ ਬੁੱਢੀਆਂ ਸਨ ਕੋਈ ਵੀ ਚਰਚ 'ਚ ਇੰਗਲੈਂਡ 'ਚ ਧੜਾ ਧੜ ਚਰਚਾਂ ਨੂੰ ਖਰੀਦ ਕੇ ਮੁਸਲਿਮ ਲੋਕ ਮਦਰਸੇ ਬਣਾ ਰਹੇ ਯੂਰਪ 'ਚ ਇਹ ਹਾਲ ਹੈ ਡਿਕਲਾਈਨ ਹੋ ਰਿਹਾ ਹੈ ਕਿਉਂ ਪਤਨ ਹੋ ਰਿਹਾ ਹੈ ਕਿਉਂਕਿ ਲੋਕ ਯਹੋਵਾ ਪਰਮੇਸ਼ਵਰ ਦੇ ਨਾਲ ਚੱਲੇ ਹਾਲੇਲੂਇਆ ਯਹੋਵਾ ਪਰਮੇਸ਼ਵਰ ਦੀ ਵਿਧੀਆਂ ਤੇ ਹੁਕਮ ਉਹਨਾਂ ਨੇ ਨਹੀਂ ਮੰਨੇ ਅੱਜ ਤਸਵੀਰਾਂ ਕੁਛ ਬਣਾਈਆਂ ਇਹਨਾਂ ਦਾ ਮਤਲਬ ਵੀ ਜਿਹੜਾ ਮੈਸੇਜ ਅੱਜ ਮੈਂ ਦੇਣ ਜਾ ਰਿਹਾ ਅਸੀਂ ਆਪਣੇ ਜੀਵਨ 'ਚ ਇਸ ਤਰ੍ਹਾਂ ਘੁੰਮਦੇ ਰਹਿੰਦੇ ਹਾਂ ਕਿੱਦਾਂ 5 ਸਾਲ ਬਾਅਦ 10 ਸਾਲ ਬਾਅਦ 7 ਸਾਲ ਬਾਅਦ ਉਸੇ ਮੁਕਾਮ ਦੇ ਉੱਤੇ ਫਿਰ ਅਸੀਂ ਆ ਜਾਂਦੇ ਹਾਂ ਪ੍ਰੇਰਿਤ ਪੌਲੁਸ ਕਹਿੰਦਾ ਹੈ ਮੈਂ ਇਸ ਤਰ੍ਹਾਂ ਨਿਸ਼ਾਨੇ ਨੂੰ ਵੇਖਦਾ ਹਾਂ ਕਿਹਨੂੰ ਵੇਖਦਾ ਹੈ ਤੇ ਕਿਹਦੇ ਵੱਲ ਦੌੜਿਆ ਜਾਂਦਾ ਹੈ ਨਿਸ਼ਾਨੇ ਵੱਲ ਦੌੜਿਆ ਜਾਂਦਾ ਹੈ ਇਬਰਾਨੀਆਂ ਦਾ ਖਤ ਲਿਖਣ ਵਾਲਾ ਸਾਨੂੰ ਤਕਲੀਫ ਕਰਕੇ ਕਹਿ ਰਿਹਾ ਹੈ
कि ईमान ते वाणी ते कामल करने वाले यीशु मसीह वाल अपनी अख खलाओ तब तुसी इस तरह की दौड़ दौड़ सकते हो। हालेलुया। एक वचन पढ़िए जिर्मिया नबी की किताब ओदा 18 अध्याय, जिर्मिया नबी की पुस्तक ओदा 18 अध्याय पढ़िए ओदा पहला वचन। ओ वचन जिहड़ा यहोवा वल्लों जिर्मिया कोल आया ते ओ था ते कुम्हार दे घर उतर जा जिथे मैं तैनू अपनियां गल्लां सुनावांगा। हालेलुया। परमेश्वर जिर्मिया अपने दास नूं अपने घर तो लगभग 3 मील की वाट दूर भेज रहा है यरूशलम च। परमेश्वर अपने दास नूं की कह रहा है, इत्थों उठ ते कुम्हार दे घर जा, उत्थे मैं तेरे नाल गलबात करांगा। हालेलुया। कई बार परमेश्वर सानूं साडे हालातां चों कढ़दा है, साडी परिस्थितियां दे विचों कढ़दा है ते किते बाहर ले जा के साडे नाल गलबात करदा है। परमेश्वर अपने संत नूं लै गया एक कुम्हार दे घर। अज सारा मैसेज संदेश इहदे उत्ते है ते वचन च पढ़ो, अगला वचन पढ़ो की लिखा है। और कहा मैं तुझे अपना वचन सुनाऊंगा। परमेश्वर कहता है मैं उठे तेनू अपना वचन दवांगा। किथे? कुम्हार के घर। देखे पढ़ो, इसलिए मैं कुम्हार के घर गया और क्या देखा कि वह चाक पर कुछ बना रहा है। हाँ देखो, वह चाक है, एक ही चीज है चाक। इहदे उत्ते मिट्टी जिहड़ी है तां गोल गोल घूमदी है, पता नहीं कितने समय मिट्टी गोल गोल घूमती रहती है। जदों तक आ जिहड़ा कुम्हार है इहदे अलौकिक हाथ इस भांडे नूं आकार नहीं दिंदे। हालेलुया। हुण परमेश्वर भेज रहा है अपने नबी नूं एक कुम्हार दे घर, ते उत्थे की देख रहा है नबी, जाके पढ़ोगे। जो मिट्टी का बर्तन मैं बना रहा था वह बिगड़ गया। वह क्या हो गया? आ बर्तन बना रहा सी, एक बिगड़े बर्तन दी भी फोटो सी असीं लई ली। इह जिहड़ा बर्तन सी कुम्हार दे हाथ दे विच की हो गया? बिगड़ गया। हालेलुया। ओहदे हत्थां दे विच भांडा की हो गया? खराब हो गया। ते फिर पढ़ो की लिखिआ है। तब उसने उसी का दूसरा बर्तन अपनी समझ के अनुसार बना लिया। देखो आज ये दो मैप रखे हैं ना इत्थे, ते कुछ दस्सण लई है तुहानूं। इह छोटा जिहा इक नक्शा दित्ता है नक्शल च, इह है मोरिया पहाड़ दा नक्शा। मोरिया पहाड़ एक पहाड़ की श्रृंखला है, कई चोटियां ने मोरिया पहाड़ दियां। सारी जिहड़ी बाइबल की कहानी है इस मोरिया पहाड़ दे उत्ते घटदी है। परमेश्वर साडे पुरखे इब्राहिम उत्पत्ति पुस्तक दे 22 अध्याय च अपने पुत्र नूं कुर्बान करन दे लई किहड़े पहाड़ ते भेजदा है? मोरिया पहाड़ ते। ओह मोरिया पहाड़ दी चोटी ते चढ़दा है ते उत्थे जगवेदी तैयार करके अपने पुत्र नूं यहोवा लई कुर्बान करन लगदा है। यहोवा परमेश्वर नूं रोकदा है ते उहनूं इक मेढक फसे सन जिहड़ा इसहाक दी जगह कुर्बान कीता गया। हालेलुया। हालेलुया। ते जे असीं पढ़ीए इक वचन पढ़ लो जल्दी नाल, सेकंड क्रॉनिकल्स दूसरा इतिहास ओदा तुसी कढ़ो 3 अध्याय ओदे पहले वचन तो पढ़ो। तब सुलेमान ने यरूशलम में मोरिया नाम पहाड़ पर उसी जबान में यहोवा का भवन बनाना आरंभ किया जिसे उसके पिता दाऊद ने दर्शन देकर यसूबी और नर के अयान में तैयार किया था। हालेलुया। वही पहाड़ आज भी जगह है ना, ये मोरिया पहाड़ की श्रृंखला। इसे पहाड़ के उत्ते जिथे यहोवा परमेश्वर की हैसल बनी, उसे जगह यहोवा परमेश्वर ने की दर्शन दिता उन्हों। मोरिया का मतलब की होंगे? मोरिया का मोराया जरा शब्द है हिब्रू भाषा का, यदा मतलब है इत्थे रब अपने आप को प्रगट करेगा। गॉड शैल बी सीन हियर। किथे परमेश्वर दिखाई देगा? इत्थे अपने आप को दिखाएगा। ते परमेश्वर के दास इब्राहिम ने कहा यहोवा याहिरा, यहोवा लीला मुहैया करेगा। हालेलुया। उसे जगह जिस वेले प्लेग आई,
क्योंकि राजा दाऊद ने मेरे को समय नहीं ज्यादा डिटेल से जान ली, मैं संक्षेप करके दस रहा हूं तो जिस वे राजा दाऊद ने यहोवा की मर्जी के बिना इसराइली कौम की मरदमशुमारी की थी, तो यहोवा परमेश्वर का कोप भड़क गया। फिर यहोवा परमेश्वर का कोप शांत किस तरह होया कि राजा दाऊद ने अपने आप को यहोवा के हाथों के विच सौंप दिता। हालेलुया, ते परमेश्वर का हृदय पिघलिया। नबी ने दसिया कि मोरिया पहाड़ को चढ़ जा, इस पहाड़ की चोटी से जाके जवेली बना। उसने अरुणा जबूसी को लो उथे एक पेड़ सी, पहाड़ के उत्ते की बनिया जी पेड़ के विच की हुंदा है, दाने अलग किए जाते हैं, तूड़ी ओ जगह राजा दाऊद ने मुल ली ताकि उत्थे यहोवा ने जवेली। अगर वचन में पढ़ोगे बिल्कुल उस जगह के उपर जिथे जनवेदी बनाई गई की जगह है, इस जगह के उत्ते इस तरह अगर बिल्कुल देखा जाएगा 90 डिग्री के कोण से उत्थे यहोवा का सिंघासन है स्वर्ग के विच। नॉर्थ साइड वाल स्वर्ग जिथे सृष्टि का रचता परमेश्वर यहोवा विराजमान है, ये बिल्कुल उत्ते टैंपल के बिल्कुल परपेंडिकुलर। इथे एक दूत खड़ा सी, एडा वड्डा दूत सी जिहड़ा स्वर्ग ते धरती दोनों नूं कवर कर रहा सी, ते प्लेग धरती ते आ गई सी, ते दाऊद परमेश्वर दे चरणां च गिरदा है, ते प्लेग रुक जांदी है, ते दाऊद इत्थे बने पेड़ नूं खरीददा है। पेड़ दा मतलब जिथे दाणे वक्रे हुंदे ने ते तूड़ी, उसे जगह उहदा पुत्र सुलेमान यहोवा दे लई की बणांदा है आ मंदर दी, आ मंदर टैंपल लिखे इत्थे, इत्थे मंदर बणाया सी। ਇਹ ਟੈਂਪਲ ਦੇ ਤੋੜੇ ਜਾਣ ਤੋਂ ਨਬੂਕਦਨਸਰ 586 BC ਤੋਂ ਪਹਿਲਾਂ ਦਾ ਨਕਸ਼ਾ ਹੈ। ਇੱਥੇ ਮੰਦਰ ਸੀ ਜਿਹੜੀ ਜਗ੍ਹਾ ਇਬਰਾਹਿਮ ਨੇ ਜਮੇਦੀ ਬਣਾਈ, ਜਿਹੜੀ ਜਗ੍ਹਾ ਰਾਜਾ ਦਾਊਦ ਨੇ ਜਮੇਦੀ ਬਣਾਈ, ਉਸੇ ਜਗ੍ਹਾ ਕੀ ਬਣਾਇਆ ਯਹੋਵਾ ਦਾ ਮੰਦਰ ਬਣਾਏਗਾ। ਉਸੇ ਮੋਰੀਆ ਪਹਾੜ ਦੇ ਉੱਤੇ ਖੁਦਾਵੰਦ ਯਿਸੂ ਮਸੀਹ ਨੂੰ ਸਲੀਬ ਤੇ ਚਾੜਿਆ ਗਿਆ। ਹਾਲੇਲੂਇਆ, ਹਾਲੇਲੂਇਆ। ਉਸੇ ਹੀ जगह बोधिया पहाड़ के अपर रूम 120 लोग दुआ कर रहे सन, पवित्र आत्मा अग दत्तियां जीपा की सूरत 120 लोगों के उत्ते उत्तर आया। मत्ती की इंजील 3:12 से लिखा है कि यीशु मसीह अपने पेड़ में खड़ा है, कितने खड़ा है पेड़ के हाथ में की है तरंगली है, वो दाने वखरे कर रहा है, तूड़ी वखरी। अज जी पलीसिया ना बहुत तूड़ी के नाल भरिया है, दाणा के तूड़ी की है मिक्स होकर बहुत भीड़ा की भीड़ विखाई देती है, लेकिन यीशु मसीह की कर रहा है दाने वखरे करेगा तो तूड़ी, दाणिया अपने भंडार च इकट्ठा करेगा, तूड़ी उस अग दे विच सिटी जाएगी जिथे अग बुझदी, जिथे रोणा ते गंदियां दा चीचना होएगा। हालेलुया, हालेलुया। यीशु मसीह पेड़ दे विच, पेड़ की है कलीसिया, कलीसिया के दाने वखरे ते तूड़ी। हालेलुया, कलीसिया चे परमेश्वर की सच्ची बाणी, परमेश्वर के सच्चे कलाम का प्रचार है। तुहानू पता सच्ची कलीसिया केड़ी है? बाइबल च लिखिया है कुरिंथियां दी पत्री 7 कहिंदा है इसराइल नूं बियाबान दी कलीसिया। सो बियाबान दी कलीसिया दे विच की सी? उन्होंने उत्ते जलाल का बदल सी, अग का खंभा सी, उन्होंने उत्ते मन्ना बरसता सी स्वर्ग। हालेलुया, चट्टान उन्होंने विच चलती सी जिहदे विचों दी जिंदगी दे जल दे सोते फुटदे सन, ते यहोवा दी हजूरी दा दूत उन्होंने अगे अगे सी। इह सच्ची कलीसिया दी निशानी है, उह सच्ची कलीसिया है जिहदे अंदर इह स्वर्गीय नियमता ने। लाड़ी है, एक रूहानी एंटिटी है जिहड़ी इस धरती के उत्ते है जब तक लाड़ा उन्हों लैण दे लई नहीं आता। हालेलुया, हालेलुया, हालेलुया। वो लाड़े की प्रतीक्षा कर रही है, लाड़ा लैन के वास्ते आ रहा है। ये अंदर जो परमेश्वर के सच्चे सेवक ने वह कलीसिया परमेश्वर के कलाम के निर्मल पानी के धो रहे हैं।
ਵਚਨ ਦੇ ਨਿਰਮਲ ਪਾਣੀ ਦੇ ਨਾਲ ਤੇ ਮੇਲੇ ਦੇ ਲਹੂ ਦੇ ਨਾਲ ਉਹਦਾ ਸ਼ਿੰਗਾਰ ਕਰ ਰਹੇ ਨੇ ਤੇ ਕਲਾਮ ਤੱਕ ਰਜ ਲਗਾ ਰਹੇ ਨੇ ਕੁਦਸਿਆਂ ਨੂੰ ਤਾਂ ਕਿ ਲਾੜੀ ਲਾੜੇ ਦੀ ਆਮਦ ਦੇ ਲਈ ਤਿਆਰ ਕੀਤੀ ਜਾਏ। ਹਾਲੇਲੂਇਆ 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 ਹਾਲੇਲੂਇਆ। ਅਸੀਂ ਯਿਸੂ ਮਸੀਹ ਦੀ ਲਾੜੀ ਬਣਨਾ ਹੈ, ਯਿਸੂ ਮਸੀਹ ਦੀ ਦੁਲਹਨ ਬਣਨਾ ਹੈ ਤੇ ਉਹ ਲਾੜੀ ਬਣਨਾ ਹੈ ਜਿਹਦੇ ਅੰਦਰ ਮਸ਼ਾਲ ਜਗ ਰਹੀ ਹੈ। ਤੁਹਾਨੂੰ ਪਤਾ ਪੰਜਾਂ ਨੂੰ ਯਿਸੂ ਮਸੀਹ ਲੈ ਕੇ ਨਹੀਂ ਗਿਆ, ਕਿਉਂ ਨਹੀਂ ਲੈ ਕੇ ਗਿਆ? ਕਿਉਂਕਿ ਮੂਰਖ ਇਸ ਲਈ ਸਨ ਕਿਉਂਕਿ ਉਹਨਾਂ ਦੀ ਕੁੱਪੀਆਂ ਦੇ ਵਿੱਚ ਕੁੱਪੀ ਕੀ ਚੀਜ਼ ਹੈ? ਆਹ ਤੁਹਾਡਾ ਬੋਲਣ ਆਪਣੇ ਸਰੀਰ ਵੱਲ ਦੇਖੋ, ਤੁਹਾਡਾ ਸਰੀਰ ਕੁੱਪੀ ਹੈ ਯਹੋਵਾ ਦੀ ਹੈਕਲ ਹੈ ਤੇ ਨਾਲ ਕੀ ਹੈ ਯਹੋਵਾ ਦੀ ਹੈਕਲ 'ਚ ਮੁਸਲਸਲ ਹਰ ਵੇਲੇ ਸੱਤ ਚਰਾਗ ਜਲਦੇ ਸਨ। ਯਹੋਵਾ ਨੇ ਕਿਹਾ ਸੀ ਸੁਬਾਹ ਵੀ ਤੇਲ ਪਾਉਣਾ ਹੈ ਤੇ ਸੱਚ ਨੂੰ ਵੀ ਤੇਲ ਪਾਣਾ। ਹਾਲੇਲੂਇਆ। ਉਹਨਾਂ ਦੇ ਅੰਦਰ ਜੋਤੀ ਨਹੀਂ ਸੀ, ਇਸ ਲਈ ਲਾੜਾ ਨਹੀਂ ਲੈ ਕੇ ਗਿਆ। ਤੁਹਾਨੂੰ ਪਤਾ ਜੋਤੀ ਕੀ ਚੀਜ਼ ਹੈ? 130 ਜ਼ਬੂਰ ਦੀ 105 ਆਇਤ 'ਚ ਲਿਖਿਆ ਹੈ, ਤੇਰਾ ਕਲਾਮ ਮੇਰੇ ਕਦਮਾਂ ਦੇ ਲਈ ਚਿਰਾਗ ਤੇ ਮੇਰੇ ਰਾਹਾਂ ਦੇ ਲਈ ਇਹ ਨਹੀਂ ਸੀ ਉਹਨਾਂ ਦੇ ਅੰਦਰ, ਸਮਝ ਰਹੇ ਜੇ? ਕੀ ਨਹੀਂ ਸੀ? ਪਾਦਰੀਆਂ ਦੀ ਪੂਜਾ ਨਾ ਕਰੋ, ਪਾਦਰੀ ਨੂੰ ਪਾਪਾ ਡੈਡੀ ਬਾਬੇ ਨਾ ਬਣਾਓ, ਇੱਕ ਰਹਿ ਜਾਣਾ ਤੁਸੀਂ, ਸੁਣ ਲਓ ਮੇਰੀ ਗੱਲ। ਇਹ ਜੇ ਸਭ ਕੁਛ ਇਹ ਚਿਰਾਗ ਇਹ ਮਸ਼ਾਲ ਧੜਕਦੀ ਰਹਿਣੀ ਚਾਹੀਦੀ ਸਾਡੇ ਅੰਦਰ, ਲਾੜਾ ਇਹਨੂੰ ਵੇਖ ਕੇ ਅਟਰੈਕਟ ਹੁੰਦਾ। ਲਾੜੇ ਨੇ ਹੋਰ ਕੁਛ ਨਹੀਂ ਦੇਖਣਾ ਕਿ ਕਿੰਨੀਆਂ ਕਾਰਾਂ ਤੁਸੀਂ ਇਕੱਠੀਆਂ ਕਰ ਲਈਆਂ, ਕਿੰਨੇ ਵੀਜ਼ੇ ਤੁਹਾਡੇ ਲੱਗ ਗਏ, ਕਿੰਨੀ ਰੀਅਲ ਸਟੇਟ ਤੁਹਾਨੂੰ ਮਿਲ ਗਈ, ਕਿੰਨੀ ਮਿਰਕਲ ਮਨੀ ਤੁਹਾਡੇ ਅਕਾਊਂਟ 'ਚ ਆ ਗਈ। ਇਹ ਠੱਗ ਪਾਦਰੀਆਂ ਦਾ ਕੰਮ ਹੈ, ਸਮਝ ਰਹੇ ਜੇ? ਇਹ ਮਿਸਰੀ ਜਾਦੂਗਰ ਨੇ, ਇਹ ਉਹਦੇ ਤਾਲਬ ਨਹੀਂ ਹੈ। ਲਾੜੇ ਨੇ ਵੇਖਣਾ ਹੈ ਕਿ ਇਹ ਰੋਸ਼ਨੀ ਤੁਹਾਡੇ ਅੰਦਰ ਜਗ ਰਹੀ ਹੈ ਜਾਂ ਹਾਲੇਲੂਇਆ। ਜਿਹੜੀਆਂ ਕੁਆਰੀਆਂ 'ਚ ਜਗ ਰਹੀ ਸੀ ਉਹਨਾਂ ਨੂੰ ਲਾੜਾ ਤੇ ਉਹਨੇ ਦਰਵਾਜ਼ਾ, ਤੇ ਫਿਰ ਦੂਜੀਆਂ ਵੀ ਆਈਆਂ ਮਿਰਕਲ ਮਨੀ ਵਾਲੀਆਂ, ਰੀਅਲ ਅਸਟੇਟ ਵੀਜ਼ੇ ਲੱਗਦੇ ਜਾ ਰਹੇ ਹੈ। ਕਹਿੰਦਾ ਲਾੜਾ, ਕਹਿੰਦਾ ਮੈਂ ਤੁਹਾਨੂੰ ਜਾਣਦਾ ਨਹੀਂ, ਤੁਹਾਡੀਆਂ ਕਬਰਾਂ ਕਿੱਥੇ ਬਣੀਆਂ? ਉਹ ਕਹਿੰਦਾ ਹੈ ਕਿ ਵਿਰੋਧ ਹਾ ਅਤਾਬਾ, ਸਾਰਿਆਂ ਦੀ ਕਬਰਾਂ ਉਹਨਾਂ ਦੇ ਜਿਸਮ ਦੀ ਖੁਆਇਸ਼ਾਂ ਦੀ ਕਬਰਾਂ, ਤੇ ਇੱਕ ਵੀ ਉਹਨਾਂ 'ਚੋਂ ਗਿਆ? ਵੇਖ ਲਓ, ਮੂਸਾ ਵਰਗੇ ਪਾਸਟਰ ਹੋਣ ਦੇ ਬਾਵਜੂਦ ਕਿਉਂ ਨਹੀਂ ਗਿਆ? ਕਿਉਂਕਿ ਉਹ ਜਿਸਮ ਦੀ ਖੁਆਇਸ਼ਾਂ ਵੱਲ ਲੱਗੇ ਸੀ, ਇਹਦੇ ਵੱਲ ਲੱਗੇ ਸਨ, ਸਰੀਰ ਦੀ ਵਾਸਨਾ ਤੇ ਸਰੀਰ ਦੀ ਖੁਆਇਸ਼ਾਂ ਵੱਲ। ਹੁਣ ਜੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ, ਅਗਰ ਤੁਸੀਂ ਇਜ਼ਰਾਈਲ 'ਚ ਜਾਓਗੇ, ਜਿਹੜਾ ਟੈਂਪਲ ਮੰਦਿਰ ਜਿਹੜਾ ਢਾ ਦਿੱਤਾ 586 BC 'ਚ ਨਬੂਕ ਦੇ ਨਸਰ 'ਤੇ, ਉਹਦੇ ਕੁਛ ਵੱਡੇ ਵੱਡੇ ਪੱਥਰ ਹਲੇ ਵੀ ਤੁਹਾਨੂੰ ਮਿਲਣਗੇ। ਉਹਨਾਂ ਪੱਥਰਾਂ ਨੂੰ ਕਹਿੰਦੇ ਨੇ ਐਸ਼ਕਰ। ਕੀ ਕਹਿੰਦੇ ਨੇ? ਆ ਜਿਹੜਾ ਜਰੂਸ਼ਲਮ ਹੈ ਇਹ ਇਹਦੀ ਈਸਟਰਨ ਸਾਈਡ ਹੈ, ਜਿੱਧਰੋਂ ਸੂਰਜ ਚੜ੍ਹਦਾ ਹੈ ਇਹਦੀ ਵੈਸਟਰਨ ਸਾਈਡ ਹੈ, ਇਹਦੀ ਨੌਰਦਰਨ ਸਾਈਡ ਹੈ ਅਤੇ ਇਹਦੀ ਸਦਰਨ ਸਾਈਡ ਹੈ। ਇੱਥੋਂ ਥੱਲੇ ਨੂੰ ਚਲੇ ਜਾਓਗੇ ਤੇ ਡੈਡ ਸੀ ਆ ਜਾਏਗਾ, ਮਰਕਤ ਸਾਗਰ, ਤੇ ਇਹ ਉੱਤੇ ਦੀ ਇੱਥੋਂ ਦੀ ਜਰਨਲ ਨਦੀ ਨਿਕਲੇਗੀ, ਇੱਥੇ ਉੱਤੇ ਸੀ ਆਫ ਗੈਲਰੀ ਹੈ, ਦਿੱਲੀ ਦੀ ਝੀਲ ਹੈ, ਇੱਥੇ ਥੱਲੇ ਆ ਕੇ ਸਦਰਨ ਸਾਈਡ ਆ ਜਾਏਗੀ। ਇਹਦੀ ਜਿਹੜੀ ਆਹ ਸਾਈਡ ਹੈ ਚੜ੍ਹਦਾ ਪਾਸਾ ਜਿਹੜਾ ਹੈ, ਇੱਥੇ ਅਲ ਅਸਕਾ ਮੌਸਕ ਆਹ ਜਗ੍ਹਾ 'ਤੇ ਬਣਾਈ ਗਈ ਟੈਂਪਲ ਮਾਊਂਟ ਦੇ ਉੱਤੇ, ਅਤੇ ਇੱਥੇ ਵੈਸਟਰਨ ਵਾਲ ਹੈ ਜਿੱਥੇ ਵੱਡੇ ਵੱਡੇ ਪੱਥਰ ਪਏ ਨੇ ਜਿਹਨਾਂ ਨੂੰ ਐਸ਼ਲਰ ਕਿਹਾ ਜਾਂਦਾ ਹੈ, ਅਤੇ ਇਹ ਜਿਹੜੀ ਵੈਸਟਰਨ ਸਾਈਡ ਹੈ ਇੱਧਰਲੇ ਪਾਸੇ, ਇੱਥੇ ਫਲਿਸ਼ਤੀਆਂ ਦਾ ਕਬਜ਼ਾ ਹੈ, ਬੈਥਲਹਮ ਸਾਈਡ ਚਲਾ ਜਾਂਦਾ ਹੈ ਅਤੇ ਇੱਥੇ ਫਲਿਸ਼ਤੀਆਂ ਦਾ ਕਬਜ਼ਾ ਹੈ, ਇੱਥੇ ਗਾਜ਼ਾ ਸਟ੍ਰਿਪ ਵਗੈਰਾ ਜਗ੍ਹਾਵਾਂ ਨੇ ਜਿਹੜੀਆਂ ਇੱਧਰਲੇ ਪਾਸੇ ਚਲੀ ਗਈਆਂ ਨੇ, ਅਤੇ ਜੇ ਤੁਸੀਂ ਨੌਰਦਰਨ ਸਾਈਡ ਵੱਲ ਜਾਂਦੇ ਜੀ ਤਾਂ ਦਮਸਕਸ ਦਾ ਏਰੀਆ ਆ ਜਾਂਦਾ। ਯਰੂਸ਼ਲਮ ਦੇ ਬਾਅਦ ਦੇ ਵਿੱਚ 12 ਗੇਟ ਬਣਾਏ ਗਏ ਸਨ, ਲੇਕਿਨ ਯਰੂਸ਼ਲਮ ਦੇ ਪਹਿਲਾਂ 9 ਗੇਟ ਸਨ, ਅਤੇ ਸ਼ਾਇਦ ਯਰੂਸ਼ਲਮ ਦੇ 12 ਗੇਟਾਂ ਦੀ ਹੀ ਨਕਲ ਕੀਤੀ ਗਈ ਹੈ ਤੁਹਾਡੇ ਅੰਮ੍ਰਿਤਸਰ 'ਚ, ਸੇਮ ਉਹੀ ਨਕਲ ਕੀਤੀ ਗਈ ਯਰੂਸ਼ਲਮ ਦੇ 12 ਗੇਟਾਂ, ਅਤੇ ਯਰੂਸ਼ਲਮ ਦੇ 12 ਗੇਟਾਂ ਦਾ ਬੜਾ ਗਹਿਰਾ ਮਹੱਤਵ ਹੈ। ਨੌਰਦਰਨ ਸਾਈਡ 'ਚ ਜਿਸ ਵੇਲੇ ਇੰਗਲੈਂਡ ਦਾ ਜਰਨਲ ਸਰ ਗੋਰਡਨ ਆਇਆ ਤੇ ਉਹਨੇ ਇੱਥੇ ਇੱਕ ਪਹਾੜ ਦੇਖਿਆ ਮੋਰੀਆ ਦੇ ਕੋਲ, ਇੱਧਰ ਉਹਨੇ ਇੱਕ ਪਹਾੜ ਦੇਖਿਆ, ਉਹ ਪਹਾੜ ਜਿਹੜਾ ਸੀ ਉਹ ਦੂਰੋਂ ਦੇਖਣ 'ਚ ਜੇ ਦੋ ਅੱਖਾਂ ਦਿਖਦੀਆਂ ਨੇ ਅਤੇ ਮੂੰਹ ਦੇਖਦਾ ਜਿਹਨੂੰ ਗੋਰਡਨ ਸਕੈਲਵਰੀ ਕਹਿੰਦੇ ਆ,
ਤੇ ਫਿਰ ਬਾਅਦ ਦੇ ਵਿੱਚ ਇਹ ਆਈਡੀਆ ਲਗਾਇਆ ਗਿਆ ਕਿ ਇਸੇ ਪਹਾੜ ਦੇ ਉੱਤੇ ਖੁਦਾਵੰਦ ਏਸ਼ੀਨਸੀ ਨੂੰ ਕਰੂਸ ਤੇ ਚੜਾਇਆ ਗਿਆ। ਫਿਰ ਉਹਨੂੰ ਐਕਸਕੇਵੇਸ਼ਨ ਕੀਤੀ ਗਈ, ਉਹਦੇ ਨਾਲ ਹੀ ਗਾਰਡਨ ਟੂਮ ਮਿਲ ਗਈ। ਜਿਹੜੇ ਇਲਾਕੇ ਜਦੋਂ ਤੁਸੀਂ ਜਾਓ ਉੱਥੇ ਪ੍ਰਭੂ ਭੋਜ ਹੁੰਦੇ ਨੇ ਤੇ ਯੇਸ਼ੂ ਮਸੀਹ ਦੀ ਕਬਰ ਹੈ, ਗਾਰਡਨ ਟੂਮ। ਹਾਲਾਂਕਿ ਦੋ ਕਬਰਾਂ ਨੇ, ਇੱਕ ਕਬਰ ਜਿਹੜੀ ਹੈ ਉਹ ਕੋਪਟਿਕ ਚਰਚ ਦੇ ਕੋਲ, ਜਿਹੜੀ ਬਹੁਤ ਵੱਡੀ ਗਿਰਜਾ ਘਰ ਦੇ ਚਰਚ ਦੇ ਅੰਦਰ ਕਬਰ ਹੈ, ਤੇ ਇੱਕ ਕਬਰ ਇੱਥੇ ਜਿਹੜੀ ਕਿ ਗਾਰਡਨ ਦੀ ਕੈਲਵਰੀ ਹੈ। ਤੇ ਉੱਥੋਂ ਜਦੋਂ ਆਪਾਂ ਥੱਲੇ ਨੂੰ ਜਾਈਏ, ਉਹ ਸਾਈਡ ਤੋਂ ਥੱਲੇ ਨੂੰ ਜਾਂਦੇ ਹਾਂ ਤੇ ਚੂਨੇ ਦੇ ਵੱਡੇ ਵੱਡੇ ਪੱਥਰ ਹੈ। ਮੈਨੂੰ ਪਤਾ ਤੁਸੀਂ ਕਦੇ ਗਏ ਕਿ ਨਹੀਂ, ਚੂਨੇ ਦੇ ਵੱਡੇ ਵੱਡੇ ਸਟੈਪ ਦਾ ਥੱਲੇ ਮੰਦਰ ਦੇ ਤੁਸੀਂ ਗਏ ਹੋਣੇ ਉੱਥੇ। ਤੇ ਉਹਨੂੰ ਕਿਹਾ ਜਾਂਦਾ ਹੁਲਡਾ ਸਟੈਪ, ਨਦੀਆ ਹੁਲਡਾ ਜਿਹੜੀ ਸੀ ਉਹਦੇ ਸਟੈਪ ਨੇ ਏਦਾਂ। ਤੇ ਉਹਦੇ ਵਿੱਚ ਕੰਧਾਂ ਨੇ ਇਸ ਤਰ੍ਹਾਂ ਪੁਰਾਣੀਆਂ ਪ੍ਰਾਚੀਨ ਕੰਧਾਂ, ਉਹ ਕੰਧਾਂ ਦੇ ਵਿੱਚ ਦਰਵਾਜ਼ੇ ਨੇ ਜਿਹੜੇ ਯਰੂਸ਼ਲਮ ਦੇ ਮੰਦਰ ਵੱਲ ਖੁੱਲਦੇ ਸਨ। ਤੁਹਾਨੂੰ ਪਤਾ ਹੈ ਬਾਈਬਲ 'ਚ ਜਿਹੜੇ ਉਹ 12 ਗੇਟ ਨੇ, 3 ਗੇਟ ਇੱਧਰ, 1 ਗੇਟ ਮੇਨ ਇੱਧਰ ਚੜ੍ਹਦੇ ਪਾਸੇ, ਤੇ ਉਹਦੇ ਨਾਲ 2 ਗੇਟ ਹੋਰ ਸਨ। 1 ਗੇਟ ਮੇਨ ਲਹਿੰਦੇ ਪਾਸੇ 'ਚ 2 ਗੇਟ ਹੋਰ ਸਨ, ਇੱਕ ਸਾਊਥ ਵੱਲ ਤੇ 2 ਗੇਟ ਹੋਰ ਉਹਦੇ ਨਾਲ, ਇੱਕ ਨੌਰਥ ਵੱਲ ਤੇ 2 ਗੇਟ ਹੋਰ ਉਹਦੇ ਨਾਲ। ਜਦੋਂ ਬਿਆਬਾਨ 'ਚ ਸੈਲੀ ਰਹਿੰਦੇ ਸਨ, ਉਹ ਯਹੋਵਾ ਦੇ ਮੰਦਰ ਦੇ ਆ ਜਿਸ ਤਰ੍ਹਾਂ ਤੰਬੂ ਗੱਡਦੇ ਸਨ, 3 ਕਬੀਲੇ ਇੱਧਰ, 3 ਇੱਧਰ, 3 ਇੱਧਰ ਤੇ 3 ਇੱਧਰ, ਉਸੇ ਨਕਸ਼ੇ ਦੇ ਉੱਤੇ ਉਹਨਾਂ ਨੇ ਯਰੂਸ਼ਲਮ ਨੂੰ ਵਸਾਇਆ। ਹਾਲੇਲੂਯਾ। ਤੇ ਉੱਥੇ ਤੁਸੀਂ ਜਾ ਕੇ ਦੇਖੋਗੇ ਅੰਦਰ ਚੜ੍ਹਨ ਦੇ ਲਈ ਮੰਦਰ ਦੇ ਵਿੱਚ 2 ਦਰਵਾਜ਼ੇ ਬੰਦ ਹੋਏ ਨੇ ਇੱਕ ਜਗ੍ਹਾ, ਤੇ ਮੰਦਰ 'ਚੋਂ ਬਾਹਰ ਆਉਣ ਦੇ ਲਈ ਜਿਹੜਾ ਐਗਜ਼ਿਟ ਹੈ ਉੱਥੇ ਕਿੰਨੇ ਦਰਵਾਜ਼ੇ ਨੇ, 3 ਨੇ। ਪੂਰੇ 2-2 ਤੋਂ ਬੰਦ ਕੀਤੇ ਗਏ ਨੇ ਦੀਵਾਰ ਦੇ ਅੰਦਰ ਹੀ, ਖੁੱਲ੍ਹੇ ਨਹੀਂ ਨੇ ਹੁਣ, ਉਹ ਪ੍ਰਾਚੀਨ ਸਮੇਂ 'ਚ ਰਾਜਾ ਦਾਊਦ ਦੇ ਵੇਲੇ ਖੁੱਲ੍ਹੇ ਸਨ। ਕਿਉਂ 2 ਅੰਦਰ ਪਾਸੇ ਜਾਂਦੇ ਨੇ? ਕਿਉਂਕਿ ਜਦੋਂ ਲੋਕੀ ਰੱਬ ਦੇ ਹਜ਼ੂਰ 'ਚ ਆਉਂਦੇ ਨੇ ਤੇ ਬੜੇ ਆਰਾਮ ਆਰਾਮ ਨਾਲ ਆਉਂਦੇ ਨੇ, ਰਸ਼ ਨਹੀਂ ਹੁੰਦਾ ਕਿ ਦਰਵਾਜ਼ੇ 'ਚ ਲੰਘਣ ਲਈ ਜਗ੍ਹਾ ਨਾ ਹੋਵੇ। ਤੇ ਜਦੋਂ ਜਾਂਦੇ ਨੇ ਤੇ ਇਕਦਮ ਤੇਜ਼ ਜਾਂਦੇ ਨੇ, ਤੇ 3 ਦਰਵਾਜ਼ੇ ਬਣਾਏ ਗਏ ਨੇ, 2 ਚੜ੍ਹਨ ਦੇ ਲਈ ਤੇ 1 ਉਤਰਨ ਦੇ ਲਈ। ਉਹਨਾਂ ਵਿੱਚੋਂ ਖਾਸ ਚੀਜ਼, ਬੜੀ ਖਾਸ ਚੀਜ਼ ਇਹ ਆ ਜਗ੍ਹਾ ਸਿਓਨ। ਸਿਓਨ ਦੇ ਵਿੱਚ ਦਾਊਦ ਦੀ ਨਗਰੀ, ਕੀ ਇਹ ਦਾਊਦ ਦੀ ਨਗਰੀ ਸਿਓਨ ਦੇ ਵਿੱਚ ਉਹ ਪੈਨ ਰੱਖੇ ਨੇੜੇ ਕਰੋ। ਜਿਹੜੀ ਦਾਊਦ ਦੀ ਨਗਰੀ ਹੈ ਉਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਹਾਂ। ਸਿਓਨ ਦਾ ਜਿਹੜਾ ਮਾਊਂਟੇਨ ਸੀ ਉਹਦੇ ਉੱਤੇ ਇਸ ਤਰ੍ਹਾਂ ਦਾਊਦ ਦੀ ਨਗਰੀ ਬਣੀ ਹੈ। ਇੱਥੇ ਸਾਰੇ ਘਰ ਬਣਾਏ ਗਏ ਨੇ ਤੇ ਇਹ ਇੱਥੇ ਜਿਸ ਤਰ੍ਹਾਂ ਦਾਊਦ ਦਾ ਮਹਿਲ ਹੈ ਤੇ ਇੱਥੇ ਥੱਲੇ ਦਾਊਦ ਦੇ ਅਹਿਲਕਾਰਾਂ ਦੇ ਘਰ ਨੇ ਤੇ ਇਸ ਤਰ੍ਹਾਂ ਸੀਟ ਚਲੀ ਜਾਂਦੀ ਥੱਲੇ। ਇਸ ਤਰ੍ਹਾਂ ਕਿ ਇਹ ਰਾਜਾ ਦਾਊਦ ਦਾ ਮਹਿਲ ਸੀ। ਜ਼ਾਇਓਨ, ਸਿਓਨ ਤੇ ਸਿਟੀ ਆਫ ਡੇਵਿਡ ਦਾ ਇੱਕ ਹਿੱਸਾ ਹੈ ਦਾਊਦ ਦੀ ਨਗਰੀ। ਤੇ ਅਸੀਂ ਪੜ੍ਹਦੇ ਹਾਂ ਸਾਮੂਅਲ ਦੀ ਪੁਸਤਕ ਦੇ ਵਿੱਚ ਕਿ ਰਾਜਾ ਦਾਊਦ ਜਿਹੜਾ ਹੈ ਉਹ ਇੱਕ ਦਿਨ ਆਪਣੇ ਮਹਿਲ ਦੀ ਛੱਤ ਦੇ ਉੱਤੇ, ਇੱਥੇ ਕੌਣ ਸਨ? ਇੱਥੇ ਰਾਜਾ ਦਾਊਦ, ਇੱਥੇ ਥੱਲੇ ਰਾਜਾ ਦਾਊਦ ਜਿਹੜੇ ਯੋਧੇ ਸਨ, ਮੇਨ ਯੋਧੇ, ਇਹਦੇ ਬਾਅਦ ਰਾਜਾ ਦਾਊਦ ਦੇ ਫੌਜੀ, ਇਹਦੇ ਬਾਅਦ ਥੱਲੇ ਇੱਥੇ ਜਿਹੜੇ ਆਮ ਸਧਾਰਨ ਲੋਕਾਂ ਦੇ ਘਰ ਸਨ। ਰਾਜਾ ਦਾਊਦ ਮਹਿਲ ਦੀ ਛੱਤ ਤੇ ਟਹਿਲ ਰਿਹਾ ਸੀ, ਇੱਥੇ ਰਾਜਾ ਦਾਊਦ ਦੇ ਯੋਧਿਆਂ ਦੇ ਘਰ ਸਨ, ਫਿਰ ਜਿਹੜੇ ਲੋਅ ਰੈਂਕ ਦੇ ਯੋਧੇ ਉਹਨਾਂ ਦੇ ਘਰ ਸਨ। ਇਸ ਲਈ ਰਾਜਾ ਦਾਊਦ ਜਦੋਂ ਘਰ ਦੀ ਛੱਤ ਤੇ ਟਹਿਲ ਰਿਹਾ ਹੈ, ਇੱਥੇ ਕਿਸੇ ਘਰ ਦੀ ਛੱਤ ਦੇ ਉੱਤੇ ਕੋਈ ਬੀਬੀ ਕੀ ਕਰ ਰਹੀ ਹੈ? ਸਨਾਨ ਕਰ ਰਹੀ ਹੈ ਰਾਜਾ ਦਾਊਦ ਨੂੰ ਦੇਖ ਤੇ ਉਹਦੇ ਨਾਲ ਜਨਾਹ ਕਰੀ। ਕਿਉਂ ਪੋਸੀਬਲ ਸੀ? ਕਿਉਂਕਿ ਇਹ ਸਟੀ ਪਲੇਸ ਕਰੇ, ਜਿਹੜੇ ਘਰ ਬਣੇ ਨੇ ਇਹ ਢਲਾਨ ਉੱਤੇ ਬਣੇ ਨੇ, ਸਟੀਪ ਹੈ, ਬਿਲਕੁਲ ਸਟੀਪ ਹੈ। ਹਲੇ ਵੀ ਤੁਸੀਂ ਜਾ ਕੇ ਦੇਖੋਗੇ ਇਹ ਬਿਲਕੁਲ ਸਟੀਪ ਹੈ। ਜੋ ਤੁਹਾਨੂੰ ਗੱਲ ਮੈਂ ਤੁਸੀਂ ਕਹਿ ਰਿਹਾ ਹੈ ਕਿ ਆਹ ਜਿਹੜੀ ਆਹ ਤੁਸੀਂ ਦੇਖ ਰਹੇ ਹੋ ਕਿਦਰੋਨ ਦੀ ਵੈਲੀ ਕਹਿੰਦੇ ਨੇ ਇਹਨੂੰ, ਤੇ ਇਹਨੂੰ ਯਹੋਸ਼ਾਫਾਟ ਦੀ ਵੈਲੀ ਵੀ ਕਹਿੰਦੇ ਨੇ। ਜਿਸ ਵੇਲੇ ਇਜ਼ਰਾਇਲ ਯਹੋਵਾ ਤੋਂ ਬੇਵਕੂਫ ਹੋਇਆ, ਇਸਰਾਇਲੀ ਲੋਕ ਮੋਲਕ ਦੇਵਤਾ ਦੀ ਉਹਨਾਂ ਨੇ ਪੂਰਤ ਬਣਾਈ ਸੀ ਇੱਥੇ ਥੱਲੇ, ਮੋਲਕ ਜਾਂ ਬਿਲਕਾਮ ਨੂੰ ਕਹਿੰਦੇ ਨੇ, ਲੋਹੇ ਦੀ ਬਹੁਤ ਵੱਡੀ ਇਹ ਕਮਰੇ ਨਾਲੋਂ ਵੱਡੀ ਮੂਰਤ ਬਣਾਈ ਸੀ। ਤੇ ਇਸਰਾਇਲੀ ਲੋਕ ਆਪਣੇ ਪੈਲੌਠੇ ਬੱਚੇ ਉਸ ਦੇਵਤਾ ਨੂੰ ਚੜ੍ਹਾਉਂਦੇ ਸਨ,
ਲੋਹੇ ਦੀ ਇੱਕ ਮੂਰਤ ਸੀ ਬਹੁਤ ਵੱਡੀ, ਉਹਦੇ ਢਿੱਡ ਚ ਇੱਕ ਭੱਠੀ ਸੀ ਜਿਹਦੇ ਵਿੱਚ ਅੱਗ ਬਲਦੀ ਸੀ। ਇਸ ਤਰ੍ਹਾਂ ਉਹਦੇ ਹੱਥ ਕੱਲੇ ਸਨ ਉਸ ਦੇਵਤਾ ਦੇ। ਉਹ ਇਸ ਹੱਥ ਦੇ ਵਿੱਚ ਤੇਲ ਲੱਗਾ ਹੁੰਦਾ ਸੀ ਜੈਤੂਨ ਦਾ, ਲੰਬੇ ਲੰਬੇ ਹੱਥ ਸਨ, ਉਹਦੇ ਵਿੱਚ ਆਪਣਾ ਬੱਚਾ ਪਾ ਦਿੰਦੇ ਸਨ। ਬੱਚਾ ਚੀਕਾਂ ਮਾਰਦਾ ਸੀ ਤੇ ਰੋਂਦਾ ਸੀ ਤੇ ਜ਼ੋਰ ਜ਼ੋਰ ਦੀ ਡਰਾਮ ਹੋ ਜਾਂਦੇ ਸਨ। ਤੇ ਮਿਲਕਾਮ ਦੇਵਤਾ ਦਾ ਗੰਦਾ ਰੂਹ ਨਾਲ ਲੋਕਾਂ ਦੇ ਉੱਤੇ ਉਤਰਦਾ ਸੀ। ਉਹ ਆਪਣੇ ਪੈਰੋਂਠੇ ਉਹਦੇ ਢਿੱਡ ਦੇ ਵਿੱਚ ਅੱਗ ਬਲਦੀ ਸੀ ਤੇ ਆਪਣੇ ਬੱਚਿਆਂ ਨੂੰ ਮਿਲਕਾਮ ਦੇਵਤੇ ਨੂੰ ਚੜਾ ਦਿੰਦੇ ਸਨ। ਆ ਇਧਰਲੇ ਪਾਸੇ ਦੇਖ ਰਹੇ ਨੇ, ਆ ਹੈ ਇਹ ਜਿਹੜੀ ਇਹ ਤਰਾਈ ਆ ਤੇ ਇੱਕ ਤਰਾਈ ਆ, ਇਹ ਦੋ ਤਰਾਈਆਂ। ਇਹ ਅੱਗੇ ਜਾ ਕੇ ਤਰਾਈ ਜਿਹੜੀ ਇਹ ਇਸੇ ਤਰਾਈ ਨੂੰ ਇੱਕ ਬਣਦੀ, ਅੱਗੇ ਇਹ ਜਾਂਦੀ ਹੈ ਪੂਰੇ ਨੌਰਥ ਤੱਕ, ਕਿੱਥੇ ਤੱਕ ਜਾਂਦੀ ਹੈ? ਹਰਮਨ ਪਹਾੜ ਤੱਕ। ਇਸ ਤਰਾਈ ਨੂੰ ਰਾਜਾ ਦਾਊਦ ਕਹਿੰਦਾ ਹੈ, ਚਾਹੇ ਮੈਂ ਮੌਤ ਦੀ ਤਰਾਈ ਦੀ ਵਾਦੀ ਦੇ ਵਿੱਚੋਂ ਮੈਂ ਡਰਾਂਗਾ। ਇਹ ਰਫਾਇਮਾ ਦਾ ਇਲਾਕਾ ਹੈ, ਇੱਥੇ ਸਾਰੇ ਦੈਂਤ ਰਹਿੰਦੇ ਸਨ, ਸ਼ਤਾਨੀ ਬਦਰੂਆਂ, ਸ਼ਤਾਨੀ ਆਤਮਾਵਾਂ। ਇਹ ਕਈ ਸੌ ਫੁੱਟ ਗਹਿਰੀ ਤਰਾਈ ਹੈ ਤੇ ਪਹਾੜ ਉੱਤੇ ਰਹਿ ਜਾਂਦਾ ਹੈ ਤੇ ਇੱਥੇ ਸੂਰਜ ਦੀ ਰੋਸ਼ਨੀ ਵੀ ਥੱਲੇ ਨਹੀਂ ਪਹੁੰਚਦੀ। ਤੇ ਇਹ ਤਰਾਈਆਂ ਦੇ ਅੰਦਰ ਬਦਰੂਆਂ ਤੇ ਸ਼ੈਤਾਨੀ ਸ਼ੈਵਾਂ ਦਾ ਜਮਾਵੜਾ ਹੈ। ਇਹ ਹਿਨੋਮ ਦੀ ਵੈਲੀ ਹੈ, ਇਹਨੂੰ ਕੀ ਕਹਿਣਾ ਜਾਂ ਜਹੰਮ ਕਿਹਾ ਗਿਆ। ਇੱਥੇ ਲੋਕੀ ਕੀ ਕਰਦੇ ਸਨ, ਗੰਦਮੰਦ ਸਿੱਟਿਆ ਜਾਂਦਾ ਸੀ ਜਿੱਥੇ ਅੱਗ ਬਲ, ਕਿਉਂਕਿ ਜਰਮੀਆਂ ਦੇ ਕੋਲ ਜਰਮੀਆਂ ਪੈਗਾਮ ਦੇ ਰਿਹਾ ਇਸਰਾਇਲੀਆਂ ਨੂੰ ਕਿ ਤੁਸੀਂ ਕਿਸ ਤਰ੍ਹਾਂ ਪਾਪ ਦੇ ਵਿੱਚ ਘੁੰਮ ਰਹੇ ਹੋ। ਜਰਮੀਆਂ ਦਾ ਪੈਗਾਮ ਸੀ ਕਿਉਂਕਿ ਜਿਹੜੇ ਰਾਜੇ ਸਭ ਨੂੰ ਦੁਸ਼ਟ ਸਨ, ਜਿਹੜੇ ਨਵੀਂ ਸੰਤ ਉਫਾਲ ਪਾਉਂਦੇ ਸਨ, ਝੂਠੀਆਂ ਨਬੂਤਾਂ ਕਰਦੇ ਸਨ। ਪਰਮੇਸ਼ਵਰ ਜਰਮੀਆਂ ਦੀ ਮਾਰਫਤ ਕਹਿੰਦਾ ਹੈ, ਇਹਨਾਂ ਨਵੀਆਂ ਨੂੰ ਮੈਂ ਕੁਝ ਵੀ ਬੋਲਣ ਦੇ ਲਈ ਆਖਿਆ, ਇਹ ਆਪਣੇ ਕੋਲੋਂ ਹੀ ਨਬੂਤਾਂ ਕਰਦੇ ਨੇ, ਇਹ ਫਾਲ ਪਾਉਂਦੇ ਨੇ ਤੇ ਆਪਣੇ ਮਨ ਦੀਆਂ ਗੱਲਾਂ ਲੋਕਾਂ ਨੂੰ ਦੱਸਦੇ ਨੇ। ਜਿਹੜੇ ਯਾਜਕ ਬਚਨ ਚ ਲਿਖਿਆ ਹੈ ਉਹਨਾਂ ਦੇ ਮੂੰਹ ਤੇ ਹੀ ਮੂੰਹ ਦੇ ਉੱਤੇ ਬੁੱਲਾਂ ਤੇ ਹੀ ਯਹੋਵਾ ਦੀ ਵਿਵਸਥਾ ਹੋਣੀ ਚਾਹੀਦੀ ਸੀ, ਪਰ ਉਹਨਾਂ ਨੇ ਮੇਰੀ ਕੌਮ ਨੂੰ ਕੁਰਾਹੇ ਪਾਇਆ। ਜਿਹੜੇ ਰਾਜੇ ਸਨ ਉਹ ਦੁਸ਼ਟ ਸਨ, ਜਿਹੜੇ ਜੱਜ ਸਨ ਨਿਆਈ ਸਨ ਉਹ ਘੂਸ ਲੈ ਕੇ ਰਿਸ਼ਵਤ ਲੈ ਕੇ ਪਰਮੇਸ਼ਵਰ ਦੇ ਨਿਆਂ ਨੂੰ ਵੇਚਦੇ ਸਨ। ਇਸਰਾਇਲ ਦੀ ਆਤਮਿਕ ਦਸ਼ਾ, ਇਸਰਾਇਲ ਦੀ ਸਮਾਜਿਕ ਦਸ਼ਾ, ਹਰ ਤਰ੍ਹਾਂ ਦੀ ਚੇਤਨਾ ਇਸਰਾਇਲ ਚੋਂ ਗਾਇਬ ਸੀ ਤੇ ਇਸਰਾਇਲ ਆਪਾਂ ਚਾਕ ਦੇ ਉੱਤੇ ਗੋਲ ਗੋਲ ਘੁੰਮ ਰਿਹਾ ਸੀ। ਯਹੋਵਾ ਪਰਮੇਸ਼ਵਰ ਆਪਣੇ ਸੰਤ ਨੂੰ ਪੈਗਾਮ ਦਿੰਦਾ ਹੈ, ਉਹਨੂੰ ਕਹਿੰਦਾ ਹੈ ਤੂੰ ਕੁਮਾਰ ਦੇ ਘਰ ਜਾ, ਮੈਂ ਤੇਰੇ ਨਾਲ ਉੱਥੇ ਜਾ ਕੇ ਗੱਲਬਾਤ ਕਰਾਂਗਾ। ਇੱਕ ਵਚਨ ਪੜੋ ਜਲਦੀ ਨਾਲ, ਇੱਕ ਵਚਨ ਪੜੀਏ, ਦੂਸਰਾ ਤਿਮੋਥੀਅਸ ਉਹਦਾ ਦੋ ਵਚਨ, ਦੋ ਦੇ ਆਏ ਉਹਦੇ 20 ਵਚਨ ਤੋਂ ਪੜੋ। ਦੂਸਰਾ ਤਿਮੋਥੀਅਸ ਦੋ ਦੇ 20 ਵਚਨ ਤੋਂ, बड़े घर में ना केवल सोने चांदी ही के पर काट और मिट्टी के बर्तन भी होते हैं, कोई कोई आदर और कोई कोई अनादर के लिए। यदि कोई अपने आप को इनसे शुद्ध करेगा तो वह आदर का बर्तन और पवित्र ठहरेगा, वो स्वामी के काम आएगा और हर भले काम के लिए तैयार होगा। संत पौलुस बता रहा है कि परमेश्वर के घर में कितनी तरह के बर्तन होते हैं, दो तरह के बर्तन है। कुछ बर्तन है किसके लिए? आदर के लिए, और मिट्टी के। मैं ये आदर की बात नहीं कर रहा जो लोग देते हैं आदर, ये होगा इस आदर को आदर नहीं मानता, आदर वो है जो आपको ये होगा देता है। आमीन, हालेलुया, हालेलुया। एक आदर के और दूसरे निरादर के, निरादर के। वो लिखता है सोने के चांदी के मिट्टी, काठ और मिट्टी के, काठ और मिट्टी। प्रेत पौलुस लिखता है सोने के चांदी के और कीमती पत्थरों के, और दूसरी श्रेणी बताता है घास फूस के, वुड स्टेबल, लकड़ी घास और उस, तीन और तीन दो हिस्सों में बांटता है, सोना चांदी और कीमती पत्थर और लकड़ी घास और फूस। ये छह तरह के काम है जो हम लोग कर रहे हैं जमीन पे, हमारी खिदमत से जो पैदा हो रहा है वो छह श्रेणियों में जा रहा है। सोने का काम कर रहे हैं तो हम, या चांदी का कर रहे हैं, या कीमती पत्थरों का,
जब ये सोना चांदी कीमती पत्थर आग में से निकलेंगे तो इनका कोई भी नुकसान, बल्कि इनकी आभा और चमक बढ़ जाएगी। लेकिन जो लकड़ी घास और फूस का काम कर रहे हैं वो सारे का सारा क्या होगा, जल जाएगा, और उसमें से क्या पैदा होगा, राख और धुआं पैदा होगा, राख और धुआं। तो ये जो इलाका है यहाँ पे नीचे आके तराई जो है, जो मैंने बोला ऐसे स्लोप है दाऊद की नदी, वहां पे पॉटर्स हाउसेस हैं, कुम्हारों के घर हैं। वहां पे कुम्हार क्या करते हैं, बर्तन बनाते हैं। तो जब कुम्हार बर्तन बनाते हैं तो जब कोई बर्तन वो टेढ़ा हो जाता है, या कोई बर्तन आग के अंदर जब रखते हैं टिक जाता है, या कोई बर्तन टेढ़ा डिंगा होके निकलता है, या कोई बर्तन उस सूरत में नहीं होता जिस सूरत में कुम्हार उसे बनाना चाहता है, तो वो कुम्हार क्या करते थे, ये जो स्टीम एरिया था उन बर्तनों को उठा के ऐसे फेंकते थे, तो वो बर्तन इधर गिरते थे। आगे ये जो वैली जा रही है गिहेनम और किद्रोन की वैली, इस जगह गिरते थे, और कई बार इस तराई में से घोड़ों के ऊपर सेना निकलती थी, तो वो घोड़ों के पैरों के नीचे क्या हो जाते थे, टूट जाते थे, क्रश हो जाते थे, और सालों साल के बाद वो उसी मिट्टी में मिल जाते थे जिस मिट्टी से वो निकाले गए थे। हर दुनिया, क्योंकि प्रभु कहता मिट्टी से तू लिया गया और मिट्टी में ही मिल जाएगा अगर तू पाप करेगा, अगर वो फल को ना खाता, यहोवा के नियम को, यहोवा के आदेश को, यहोवा की तोरा को, व्यवस्था को ना तोड़ता तो उसे मिट्टी में मिलना नहीं था। हालेलुया, हालेलुया। तो आपको मैं बताना चाहता हूं कि ये जो तस्वीर मैंने यहां लगाई है, क्या समझ रहे आप क्या तस्वीर है, ये तस्वीर है यहूदा इस्करियोती की। किसकी है, यहूदा इस्करियोती ने अपने उस्ताद को चूम के पकड़वाया, और स्वामी कहता है तूने मुझे पकड़वाने के लिए चूमा है। हालेलुया। आपको मालूम यीशु मसीह तमन्ना करता है कि हम उसे चूमें, यीशु मसीह तमन्ना करता है कि हम उसके पांवों को धोएं, यीशु मसीह तमन्ना करता है कि हम उसके पांवों में इत्र डालें। मालूम आपको जब यीशु मसीह शमौन के घर में गया तो एक औरत आई, उसने किसी की परवाह नहीं की, उस घर में बड़े बड़े लोग बैठे हुए थे, फरीसी सदूकी, बड़े बड़े आलम फाजल और इसराइल के बड़े बड़े अमीर भी लोग। उस औरत ने शायद वहां से देखा होगा यीशु मसीह को, यीशु मसीह की ओर खींची आ गई, उसको किसी की परवाह नहीं थी, वो इनवाइटेड गेस्ट नहीं थी, उसे बुलाया नहीं गया था, अगर लिस्ट बनी होगी तो उसका नाम लिस्ट में नहीं था, क्योंकि वो औरत अच्छे कैरेक्टर की लेकिन उसने कोई परवाह नहीं की। वो आई और वचन को ध्यान से पढ़ना लुका की झील में, पहले वो यीशु के पास आके खड़ी हुई, फिर घुटनों में आके हालेलुया, और फिर फूट फूट के ऐसे झुक गई उसके पांव पे, फूट फूट के रोने लगी, उसकी आंखों से धारा देने लगी, यीशु मसीह के पांव को गीला करने लगी। फिर उस औरत ने क्या किया, वो बड़ी खूबसूरत होगी, उसके बाल बहुत खूबसूरत होंगे, उसने अपने बाल खोले और बाइबल में लिखा है औरत की महिमा उसके बाल है, उसने अपनी महिमा किसी के अंदर रख दी, यीशु मसीह के चरणों में रख दी। हालेलुया। कई बार हम अपनी महिमा लेके बैठे होते हैं यीशु मसीह की हुजूर में कि मैं तो बड़ा प्रचारी हूँ, मैं तो बहुत बड़ा लीडर हूँ, मैं तो ये हूँ, हम कुछ भी नहीं है, सुनी समझ नहीं, दो सामा का सिलसिला दे खूब निकली के हो गए, कम खादा कमांड करते हैं, किस चीज का गुरु है, हमारे नाम के अगर जो कैरेक्टर लगे हैं कौन जानता है भाई। जब मिस्र में उस मौत की रात, मौत का दूत मिस्र में घूम रहा था, तो मौत के दूत ने ये नहीं देखा कि इस बंदे के घर के बाहर रेवरेंड डॉक्टर लिखा हुआ है, इसके घर के बाहर आर्च बिशप साहब लिखा हुआ है, इसके घर के बाद राइट रेवरेंट लेफ्ट रेवरेंट लिखा हुआ है, इसके घर के बाद हिज होलीनेस पोप साहब ये लिखा हुआ, कुछ नहीं देखा उसने,
क्या देखा दूध ने? सिर्फ लहू देखा। आपकी और मेरी पहचान सिर्फ यीशु के लहू की है। यीशु के लहू के बगैर ना तो मैं कुछ जे ना तुम कुछ। हालेलुया कुछ की जे लगना घुआई जाओ जिन्ना मर्जी पापा डैडी लोगों को घुआ रहे थे जे यीशु मसीह के सामने पहुंच गए जे वड्डी जे है ते उन्हें कहना कि शाबाश मेरे वफादार नौकर। ग्रीक वर्ड है डूलोस। क्या शब्द है? डूलोस। शब्द है डूलोस, ये ग्रीक वर्ड है। इसका मतलब आपको मालूम क्या होता है? वहां पे लिखा है जो सुभा यीशु मसीह का सी वो जैसा मसीह यीशु का स्वभाव था वैसा ही तुम्हारा भी स्वभाव। अब सुनिए, यीशु मसीह का एक स्वभाव है। क्या है स्वभाव? जब वो देह में आया जमीन के ऊपर उसका एक स्वभाव है, और वो स्वभाव क्या है मैं बताने जा रहा हूँ, पढ़ो आप। जैसा मसीह यीशु का स्वभाव था वैसा ही तुम्हारा भी स्वभाव। हमारा सबका स्वभाव कैसा होना चाहिए? अब मैं यीशु मसीह का स्वभाव बताता हूँ, पढ़ो आगे। जिसने परमेश्वर के स्वरूप में होकर भी परमेश्वर के तुल्य होने को अपने वश में रखने की वस्तु ना समझा। यीशु मसीह 100% परमेश्वर है। यीशु मसीह अनंत परमेश्वर का अनंत पुत्र है, लेकिन जब वो जमीन पे आया वो परमेश्वर की हैसियत से जमीन पे नहीं रहा। सोच रहे आप? मैं तो कुछ भी नहीं हूँ, मैं तो मिट्टी का छोटा पुतला हूँ, मैं बड़ी टीके मार लो, मैं फुलाना जी, मैं ढुमकाना जी, मैं ये जी, मैं वो जी। यीशु मसीह देहधारी परमेश्वर है, लेकिन जमीन पे जब आया तो इंसान की सूरत में आया, वश में रखने की चीज भी समझा। और जैसे मैं ये जैकेट उतार के रख दूं, उसने परमेश्वर ताई को उतार के रख दिया। ये नहीं कि वो परमेश्वर होने से रुक गया, वो हमेशा ही परमेश्वर था, परमेश्वर है और परमेश्वर रहेगा, लेकिन उसने अपने ऊपर इंसानी सीमित दायरा पहन लिया। ये आपको मैं एक्सप्लेन नहीं कर सकता, इंसानियत की जो महदूद दायरा है उसके अंदर कैद हो गया। वो स्वामी जो सृष्टि से बड़ा है, ब्रह्मांडों से बड़ा है, वो एक औरत की कोख के अंदर पेट में कैद हो गया। हालेलुया हालेलुया। और उसने आगे क्या किया, पढ़ो आगे पढ़ो। वर्ण अपने आप को ऐसा शून्य कर दिया। क्या कर दिया? शून्य, जीरो। ये ही है जीरो। ते मैं ते अपने आप नूं बनाना जे हीरो। अभी मेरे से पूछने थे कि आपके बारे में क्या बोले, भी क्या लोड़ है मेरे बारे में बोलिए। लोड़ है यीशु मसीह के बारे में बोलिए। हालेलुया 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 हालेलुया। तो उसने अपने आप को क्या किया? शून्य, शून्य कर दिया। और आगे बढ़ो, क्या लिखा? और दास का स्वरूप धारण किया। कौन सा बन गया? दास। क्या शब्द है वहां पे? दास। ये इजराइल में चार तरह के नौकर होते हैं। एक नौकर होता है अगर मालिक के घर में औलाद ना हो तो सारी जमीन के औलाद का मालिक, वो मालिक के संग संग रहता है, ऐसे जैसे आजकल के प्रचारियों के बॉडीगार्ड नहीं चलते, वो पहले दर्जे का नौकर होता है। फिर एक दूसरे दर्जे का नौकर होता है। संत पौलुस कहता है कि परमेश्वर के घर में हम भंडारी हैं। पंजाबी में हमें क्या लिखा है? भंडारी। तो इंग्लिश में लिखा है स्टूवर्ड। स्टूवर्ड एक दूसरे दर्जे का नौकर होता है, एक एरोस होता है, एक स्टूवर्ड ऑस होता है, इसे बोलते हैं स्टूवर्ड। इसे दूसरे शब्दों में हम बोलते हैं मैनेजर। क्या बोलते हैं? मैनेजर। ये मैनेजर होता है। इसे ग्रीक में कहा गया ओइकोनोमिया। ओइकोनोमिया जो शब्द है, यहां से अंग्रेजी का शब्द निकलता है इकोनॉमी, पैसा तेला। समझ रहे हैं? आज का नौकर ये सारा पैसा तेला जो होता है, तो ये नौकर बड़ा खास होता है, ये काम से कोई दखल नहीं दे सकता।
ਇਹ ਕਿਸੇ ਨੂੰ ਵੀ ਨੌਕਰੀ ਤੇ ਰੱਖ ਸਕਦਾ, ਕਿਸੇ ਨੂੰ ਵੀ ਨੌਕਰੀ ਤੋਂ ਕੱਢ ਸਕਦਾ। ਇਹ ਆਪਣੇ ਮਾਲਿਕ ਆਪਣੇ ਮਾਲਿਕ ਕੋ ਸਾਲ ਮੇ ਇੱਕ ਵਾਰ ਹਿਸਾਬ ਦਿੱਤਾ ਹੈ ਫਸਾ ਕੇ ਲਿਆ। ਕੌਣ ਸੇ ਬਿਲ ਫਸਾ ਦੇ ਬਾਅਦ ਉਸਨੇ ਆਪਣਾ ਆਡਿਟ ਦੇਣਾ ਹੁੰਦਾ ਹੈ। ਪੁਰਾਣਾ ਵਹੀ ਖਾਤਾ ਬੰਦ ਔਰ ਨਿਆ ਵਹੀ ਖਾਤਾ ਸ਼ੁਰੂ ਹੁੰਦਾ ਹੈ। ਯੇਸ਼ੂ ਮਸੀਹ ਕਾ ਵੀ ਇੱਕ ਸਟੂਅਰਡ ਹੈ, ਮੈਨੇਜਰ ਹੈ, ਕੋਈ ਕਾਨੂੰਨੀਆ ਹੈ। ਕਿਆ ਨਾਮ ਹੈ ਉਸਕਾ? ਜੋ 10 ਕਰੋੜ ਦਾ ਇਸ਼ਕ ਕਰਦਾ ਹੈ। ਹਲੇਲੂਇਆ ਹਲੇਲੂਇਆ। ਉਸਕੋ ਪਤਾ ਫਸਾ ਆ ਰਹੀ ਹੈ, ਉਸਨੇ ਫਸਾ ਸੇ ਪਹਿਲੇ ਹਿਸਾਬ ਕਿਤਾਬ ਲਗਾਇਆ ਕਿਉਂਕਿ ਮੀਟਿੰਗ ਬੰਦ ਹੋ ਗਈ ਹੈ। ਯੇਸ਼ੂ ਮਸੀਹ ਨੇ ਆਪਣੇ ਜੀਵਨ ਕੇ ਆਖਰੀ ਹਫਤੇ ਮੀਟਿੰਗ ਨਹੀਂ ਕੀ, ਸਭਾਏ ਨਹੀਂ ਕੀ, ਇਸ ਲਈ 50,000 ਦੀ ਦੁਆ 60,000 ਦੀ 75,000 ਦੀ ਬੰਦ ਹੋ ਗਈ। ਡਾਇਮੰਡ ਪਾਰਟੀ, ਸਿਲਵਰ ਪਾਰਟੀ, ਗੋਲਡਨ ਪਾਰਟੀ ਬੰਦ ਹੈ। ਤੋ ਵੋ ਦੇਖ ਰਹਾ ਹੈ ਕਿ ਤੇਰੇ ਸਿੱਕੇ ਕਮ ਹੈ, 30 ਸਿੱਕੇ ਕਮ ਹੈ ਚਾਂਦੀ ਕੇ। ਤੋ ਸ਼ੈਤਾਨ ਉਸਕੇ ਅੰਦਰ ਸਮਾ ਜਾਤਾ ਹੈ, ਵੋ ਆਪਣੇ ਸਵਾਮੀ ਕੋ 30 ਚਾਂਦੀ ਕੇ ਸਿੱਕੋ ਮੇ ਵੇਚ ਦੇਤਾ ਹੈ। ਆਪਕੋ ਮਨ ਉਸ ਪੈਸੇ ਕੇ ਜੋ ਖਰਚਾ ਖਰੀਦਾ ਜਾਤਾ ਹੈ ਉਸਕਾ ਨਾਮ ਕਿਆ ਰੱਖਾ ਜਾਤਾ ਹੈ? ਅਕਲ ਦਿਮਾਗ। ਯੇ ਜੋ ਜੋ ਉਦਾਸ ਕਰੀ ਹੁੰਦੀ ਹੈ ਨਾ, ਯੇ ਤਾਂ ਦੇਖਦੇ ਹਾਂ ਕਿ ਉਦਾਸ ਕਰੀ ਹੁੰਦੀ। ਇਸਕੋ ਪਤਾ ਲੱਗ ਗਿਆ ਹੈ। ਕਿਆ ਪਤਾ ਲੱਗ ਗਿਆ? ਇਸੇ ਪਤਾ ਲੱਗ ਗਿਆ ਕਿ ਮੈਂ ਅਨਾਦਰ ਦਾ ਭਾਂਡਾ ਹਾਂ, ਮੈਂ ਆਦਰ ਦਾ ਭਾਂਡਾ ਨਹੀਂ, ਮੈਂ ਅਨਾਦਰ ਦਾ ਭਾਂਡਾ ਹਾਂ। ਔਰ ਇਹ ਕਿਧਰ ਚਲਾ ਗਿਆ? ਉਸੀ ਤਰਾਈ ਮੇ ਚਲਾ ਗਿਆ। ਯੇ ਕਿਧਰੋਂ ਦੀ ਵੈਲੀ, ਕਿਧਰੋਂ ਕੀ ਵੈਲੀ ਮੇ, ਇਸੀ ਸਟੀਪ ਜਗ੍ਹਾ ਪੇ, ਯੇ ਦਰਖਤ ਕੇ ਸਾਥ ਤਾਂ ਲਗਾ ਕੇ ਯੇ ਮਰ ਗਿਆ, ਲਟਕ ਗਿਆ। ਲਿਖਾ ਹੈ ਇੰਜੀਲ ਮੇ, ਲੇਕਿਨ ਰਸੂਲੋ ਕੇ ਅਮਾਲ ਮੇ ਲਿਖਾ ਉਸਕੀ ਅੰਤਰੀਆਂ। ਤੋ ਕੁਛ ਲੋਕ ਕਹਿੰਦੇ ਹੈ ਕਿ ਇਹ ਬਾਈਬਲ ਕੇ ਅੰਦਰ ਕੋਂਟਰਾਡਿਕਸ਼ਨ ਹੈ। ਰਸੂਲੋ ਕੇ ਅਮਾਲ ਮੇ ਕੁਛ ਲਿਖਾ ਹੈ ਇੰਜੀਲ ਮੇ, ਵੋ ਮੂਰਖ ਨੇ ਮਾਲੂਮ ਨਹੀਂ ਹੈ ਕਿ ਇਸ ਤਰਾਈ ਸੇ ਗਿਰਾ ਲੁੜਕਤਾ ਹੁਆ ਕਿਧਰ ਚਲਾ ਗਿਆ? ਕਿਦਰੋਨ ਕੀ ਵੈਲੀ ਮੇ ਚਲਾ ਗਿਆ। ਔਰ ਇਸਕੀ ਅੰਤਰੀਆਂ, ਇਸਕੋ ਪਤਾ ਲੱਗ ਗਿਆ ਕਿ ਮੈਂ ਕੌਣ ਸਾ ਬਰਤਨ ਹੂੰ? ਅਨਾਦਰ ਕਾ ਬਰਤਨ, ਮੈਂ ਆਦਰ ਕਾ ਬਰਤਨ ਨਹੀਂ, ਅਨਾਦਰ ਕਾ ਬਰਤਨ ਹੂੰ। ਵੋ ਗਿਰ ਗਿਆ ਔਰ ਇਸਨੇ ਕਿਆ ਕਰ ਲਿਆ? ਅਕਬਰ ਯੂਦਸ ਕਰੀ ਹੁੰਦੀ। ਜੂਡਸ ਜੋ ਸ਼ਬਦ ਹੈ, ਜੂਡਸ ਕਾ ਮਤਲਬ ਕਿਆ ਹੋਤਾ ਹੈ? ਜੂਡਸ ਕਾ ਮਤਲਬ ਹੋਤਾ ਹੈ ਯਹੂਦਾ। ਜੂਡਸ ਕਾ ਮਤਲਬ ਹੋਤਾ ਹੈ ਪ੍ਰੇਜ਼, ਰੱਬ ਦੀ ਸਤੁਤੀ, ਰੱਬ ਦੀ ਹੋਵੇ ਸਨਾ। ਔਰ ਇਸ਼ਕੇਰੀਅਤ, ਇਸ਼ਕੇਰੀਅਤ ਕਿਆ ਹੈ? ਬੈਤਲਹਿਮ ਕੇ ਪਾਸ ਇੱਕ ਛੋਟਾ ਸਾ ਕਸਬਾ ਹੈ ਇਸ਼ਕੇਰੀਅਤ। ਯੇ ਯੇਸ਼ੂ ਮਸੀਹ ਕਾ ਦੋਸਤ ਹੈ। ਹਲੇਲੂਇਆ ਹਲੇਲੂਇਆ। ਜੈਸੇ ਆਪ ਅਮਰੀਕਾ ਜਾਓ, ਅਗੇ ਇੱਕ ਬੰਦਾ ਮਿਲੇ ਸਾਨੂੰ, ਹੋਰ ਜੀ ਕਿੱਥੋਂ ਤੁਸੀਂ ਜੀ, ਅਸੀਂ ਜੀ ਅੰਬਰਸਰ ਹੋ, ਕਿੱਥੋਂ ਗੁਆਲਟੀ ਤੋਂ, ਉਹ ਹਲੇਲੂਇਆ ਪ੍ਰੇਜ਼ ਦਾ ਲੋਰਡ। ਐਸੇ ਇਸ਼ਕੇਰੀਅਤ ਯੇਸ਼ੂ ਮਸੀਹ ਦੇ ਪਿੰਡ ਦਾ ਬੰਦਾ ਸੀ, ਤਾਂ ਹੀ ਯੇਸ਼ੂ ਮਸੀਹ ਨੂੰ ਕਹਿੰਦਾ ਹੈ ਦੋਸਤ ਜਾ, ਜਿਹੜਾ ਕੰਮ ਤੂੰ ਕਰਨਾ ਚਾਹੁੰਦਾ ਹੈ। ਯੇਸ਼ੂ ਮਸੀਹ ਕਹਿ ਰਿਹਾ ਜਾ ਮੈਨੂੰ ਵੇਚ ਦੇ, ਪਰ ਆਪਣਾ ਵਹੀ ਖਾਤਾ ਸਹੀ ਕਰ ਲੈ। ਹਲੇਲੂਇਆ। ਇੱਦਾਂ ਦਾ ਰੱਬੀ ਮਿਲੇਗਾ ਕਿਸੇ ਨੂੰ ਜਿਹੜਾ ਆਪਣੇ ਆਪ ਨੂੰ ਵੇਚਣ ਲਈ ਕਹਿੰਦਾ ਤਾਂ ਕਿ ਸਾਡੇ ਵਹੀ ਖਾਤੇ ਸਹੀ ਹੋ ਜਾਣ? ਉਦਾਸੀ ਲੋਕੀ ਕਿੱਥੇ ਚਲਾ ਗਿਆ? ਇਹ ਜਿਹਨੂੰ ਆਪਾਂ ਜਹਨਮ ਕਹਿੰਦੇ ਹਾਂ ਉੱਥੇ ਚਲਾ ਗਿਆ, ਤੇ ਉਹਦੇ ਪੈਸਿਆਂ ਦੇ ਨਾਲ ਖਾਤਾ ਖਰੀਦਿਆ ਗਿਆ। ਐਕਲ ਜੀਮਾ, ਖੂਨ ਦਾ ਖਾਤਾ, ਉਹਦੇ ਪੈਸਿਆਂ ਦੇ ਨਾਲ ਖਰੀਦਿਆ ਗਿਆ ਖੂਨ ਦਾ ਖਾਤਾ। ਜਿਹੜਾ ਯਿਸੂ ਮਸੀਹ ਦਾ ਦੋਸਤ ਹੈ, ਜਿਹਦੇ ਨਾਂ ਦਾ ਮਤਲਬ ਹੈ ਰੱਬ ਦੀ ਹੋਵੇ ਸਨਾ, ਜਿਹੜਾ ਯਿਸੂ ਮਸੀਹ ਦੇ ਪਿੰਡ ਦਾ ਰਹਿਣ ਵਾਲਾ, ਉਹਦੇ ਪੈਸੇ ਨਾਲ ਖਰੀਦਿਆ ਗਿਆ ਖੂਨ ਦਾ ਖਾਤਾ, ਜਿੱਥੇ ਪਰਦੇਸੀਆਂ ਨੂੰ ਦਫ਼ਨ ਕੀਤਾ ਜਾਂਦਾ ਹੈ, ਤੇ ਉਹਦੇ ਦੋਸਤ ਯਿਸੂ ਦੇ ਖੂਨ ਦੇ ਨਾਲ ਖਰੀਦੀ ਗਈ ਜਲਾਲੀ ਨਦੀ, ਜਿਹੜੀ ਅਬਦੋ ਅਬਾਦ ਤੱਕ ਸਵਰਗ ਦੇ ਲਾਗੇ ਦੇ ਨਾਲ। ਹਾਲੇਲੂਇਆ ਹਾਲੇਲੂਇਆ। ਇਸ ਤਰ੍ਹਾਂ ਦਾ ਭਾਂਡਾ ਅਸੀਂ ਬਣਨਾ ਹੈ। ਹਾਲੇਲੂਇਆ ਹਾਲੇਲੂਇਆ। ਇਸ ਤਰ੍ਹਾਂ ਦਾ ਬਰਤਨ ਅਸੀਂ ਬਣਨਾ ਹੈ। ਹਾਲੇਲੂਇਆ। ਪਰਮੇਸ਼ਵਰ ਦੇ ਆਦਰ ਦਾ ਬਰਤਨ ਬਣਨਾ ਹੈ। ਹਾਲੇਲੂਇਆ। ਨਰਾਦਰ ਦਾ ਬਰਤਨ ਨਹੀਂ ਬਣਨਾ। ਹਾਲੇਲੂਇਆ। ਬਾਈਬਲ ਜਿਹੜੀ ਹੈ ਬੜੀ ਅਦਭੁਤ ਕਿਤਾਬ ਹੈ। ਬਾਈਬਲ ਇੰਨੀ ਖੂਬਸੂਰਤ ਕਿਤਾਬ ਹੈ। ਕਿਉਂ ਬਾਈਬਲ ਨੂੰ ਕਹੀ ਉਹ ਵਧਾ ਫਾਤੇ? ਕਿਉਂਕਿ ਬਾਈਬਲ ਦੇ ਕਿਸੇ ਦੇ ਵੀ ਪਾਪ ਨੂੰ ਨਹੀਂ ਦਿਲ ਹੋਇਆ। ਬਾਈਬਲ ਦੱਸਦੀ ਹੈ ਕਿ ਨੂਹ ਦਾਰੂ ਪੀ ਕੇ ਨੰਗਾ ਹੋ ਗਿਆ। ਬਾਈਬਲ ਦੱਸਦੀ ਹੈ ਕਿ ਲੂਤ ਨੇ ਆਪਣੀ ਬੇਟੀਆਂ ਦੇ ਨਾਲ ਸੰਗ ਕੀਤਾ। ਬਾਈਬਲ ਦੱਸਦੀ ਹੈ ਕਿ ਇਮਾਨ ਦਾ ਬਾਨੀ ਸਾਡਾ ਬਾਪ ਇਬਰਾਹਿਮ ਉਹ ਝੂਠ ਬੋਲਦਾ। ਬਾਈਬਲ ਦੱਸਦੀ ਹੈ ਕਿ ਏਲੀਆ ਜਿਹਾ ਕਦਾਵਰ ਖਾਦਮ ਇੱਕ ਤੀਵੀਂ ਦੇ ਕੋਲੋਂ ਡਰ ਕੇ ਭੱਜ ਜਾਂਦਾ। ਬਾਈਬਲ ਦੱਸਦੀ ਹੈ ਕਿ ਇੱਕ ਮਹਾਨ ਸੰਤ
ਆ ਪਤਰਸ ਵਰਗਾ ਚੇਲਾ ਤਿੰਨ ਵਾਰੀ ਆਪਣੇ ਸਵਾਮੀ ਦਾ ਇਨਕਾਰ ਕਰ ਦਿੰਦਾ ਹਾਲੇਲੂਇਆ ਹਾਲੇਲੂਇਆ ਸੋ ਜਿਹੜੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਸੀ ਵਿੱਚ ਰਹਿ ਗਈ ਅਸੀਂ ਸਾਡਾ ਸੁਭਾਅ ਕਿੱਦਾਂ ਦਾ ਹੋਣਾ ਚਾਹੀਦਾ ਹੈ ਯੇਸ਼ੂ ਵਰਗਾ ਯੇਸ਼ੂ ਮਸੀਹ ਵਰਗਾ ਕਿਹੜਾ ਸੁਭਾਅ ਇਹ ਕਹਿੰਦੇ ਜੀ ਹਮ ਰਾਜਾ ਦੀ ਔਲਾਦ ਹੈ ਰਾਜਾ ਦੀ ਔਲਾਦ ਅਸੀਂ ਹੈਗੇ ਹਾਂ ਪਰ ਇਸ ਯੁੱਗ 'ਚ ਅਸੀਂ ਨੌਕਰ ਹੈ ਹਾਲੇਲੂਇਆ ਹਾਲੇਲੂਇਆ ਉਹ ਬੇਦਿਆ ਆਉਣ ਵਾਲੀ ਦੁਨੀਆ 'ਚ ਅਸੀਂ ਰਾਜੇ ਬਣਾਂਗੇ ਇਸ ਦੁਨੀਆ 'ਚ ਸਾਡਾ ਸੁਭਾਅ ਕਿਹਦੇ ਵਰਗਾ ਹੋਣਾ ਚਾਹੀਦਾ ਯੇਸ਼ੂ ਵਰਗਾ ਜਿਹੜਾ ਕੀ ਬਣਿਆ ਜੀ ਦੂਲੋਸ ਦੂਲੋਸ ਬਣਿਆ ਹੈ ਤੇ ਦੂਲੋਸ ਕਿਸ ਤਰ੍ਹਾਂ ਬਣਿਆ ਉਹਨੇ ਰੱਬੀ ਦੀ ਪੋਸ਼ਾਕ ਨੂੰ ਲਾ ਕੇ ਰੱਖ ਦਿੱਤਾ ਜਦੋਂ ਉਹਨੇ ਸੁਣਿਆ ਉਹਦੇ ਚੇਲੇ ਕਹਿ ਰਹੇ ਸਨ ਸਾਡੇ ਸਵਾਮੀ ਦੇ ਜਾਣ ਦੇ ਬਾਅਦ ਵੱਡਾ ਕੌਣ ਹੋਏਗਾ ਚੇਲਿਆਂ ਨੂੰ ਕਾਹਦੀ ਭੁੱਖ ਸੀ ਕੁਰਸੀ ਦੀ ਕਾਹਦੀ ਭੁੱਖ ਹੈ ਪੋਜੀਸ਼ਨ ਕੁਰਸੀ ਪਾਵਰ ਸ਼ਕਤੀ ਯੇਸ਼ੂ ਮਸੀਹ ਨੇ ਰੱਬੀ ਦਾ ਚੋਗਾ ਲਾ ਕੇ ਰੱਖਿਆ ਤੇ ਉਹਨੇ ਇੱਕ ਤੌਲੀਆ ਬੰਨਿਆ ਦੂਲੋਸ ਕੀ ਕਰਦਾ ਹੈ ਜਿਹੜਾ ਦੂਲੋਸ ਇਹਦੇ ਸਰੀਰ ਦੀ ਕੋਈ ਤੌਲੀਆ ਹੁੰਦਾ ਉਹ ਬੰਨ ਕੇ ਲੰਬਾ ਤੌਲੀਆ ਹੁੰਦਾ ਹੈ ਉਹਦੇ ਨਾਲ ਹੀ ਉਹ ਕੀ ਕਰਦਾ ਕੰਮ ਮਹਿਮਾਨਾਂ ਦੇ ਪੈਰ ਧੋਂਦਾ ਹੈ ਤੇ ਜਤੂਨ ਦੀ ਮਸ਼ਕ ਦੇ ਵਿੱਚੋਂ ਤੇਲ ਪਾ ਕੇ ਉਹਨਾਂ ਦੇ ਪੈਰਾਂ ਨੂੰ ਮਸਾਜ ਕਰਦਾ ਹੈ ਤੇ ਤੌਲੀਏ ਦੇ ਨਾਲ ਪੈਕ ਕਰਦਾ ਹੈ ਹਾਲੇਲੂਇਆ ਹਾਲੇਲੂਇਆ ਯੇਸ਼ੂ ਮਸੀਹ ਦੂਲੋਸ ਬਣਿਆ ਯੇਸ਼ੂ ਮਸੀਹ ਨੇ ਦੇਖਿਆ ਕਿ ਚੇਲਿਆਂ ਦੇ ਦਿਲ ਜਿਹੜੇ ਨੇ ਉਹ ਕੁਰਸੀ ਦੇ ਲਈ ਭੁੱਖੇ ਨੇ ਦੁਨਿਆਵੀ ਦਿਖਾਵਟ ਲਈ ਭੁੱਖੇ ਨੇ ਦੁਨਿਆਵੀ ਰੁਤਬਿਆਂ ਦੇ ਲਈ ਭੁੱਖੇ ਨੇ ਤੇ ਉਹ ਝੁੱਕ ਕੇ ਤਸਲੇ 'ਚ ਪਾਣੀ ਪਾ ਕੇ ਚੇਲਿਆਂ ਦੇ ਪੈਰ ਧੋਣ ਲੱਗ ਗਿਆ ਹਾਲੇਲੂਇਆ ਉਹਨੇ ਯਹੂਦਾ ਇਸਕਰੀਓਤੀ ਦੇ ਪੈਰ ਵੀ ਉਸੇ ਪ੍ਰੇਮ ਦੀ ਤਰੀਕੇ ਨਾਲ ਧੋਤੇ ਜਦੋਂ ਦੀ ਅੱਖਾਂ 'ਚ ਮੈਂ ਦਰਸ਼ਨ ਦੇਖਿਆ ਬੜੇ ਸਾਲ ਪਹਿਲਾਂ ਯੇਸ਼ੂ ਮਸੀਹ ਯਹੂਦਾ ਇਸਕਰੀਓਤੀ ਦੇ ਪੈਰ ਧੋਇਆ ਤੇ ਇਸ ਤਰ੍ਹਾਂ ਯੇਸ਼ੂ ਮਸੀਹ ਦੀ ਅੱਖਾਂ ਯਹੂਦਾ ਇਸਕਰੀਓਤੀ ਦੀ ਅੱਖਾਂ 'ਚ ਪੈਂਦੀਆਂ ਹੈ ਤੇ ਯਹੂਦਾ ਇਸਕਰੀਓਤੀ ਦਹਿ ਜਾਂਦਾ ਪਰ ਯਹੂਦਾ ਇਸਕਰੀਓਤੀ ਫਿਰ ਵੇਖਦਾ ਕਿ ਯੇਸ਼ੂ ਮਸੀਹ ਦੀ ਅੱਖਾਂ ਦੇ ਵਿੱਚ ਹਜੇ ਵੀ ਸ਼ਮਾ ਹੈ ਦਇਆ ਹੈ ਕਰੁਣਾ ਹੈ ਤੇ ਪ੍ਰੇਮ ਹੈ ਸੁਣਾ ਰਿਹਾ ਉਹ ਤੀਵੀਂ ਨੇ ਪਹਿਲੀ ਵਾਰ ਕਿਸੇ ਮਰਦ ਦੀ ਅੱਖਾਂ ਦੇ ਵਿੱਚ ਹਵਸ ਨਹੀਂ ਦਿੱਤੀ ਉਹ ਤੀਵੀਂ ਜਦੋਂ ਵੀ ਕਿਸੇ ਮਰਦ ਨੂੰ ਦੇਖਦੀ ਸੀ ਉਸ ਮਰਦ ਦੀ ਅੱਖ 'ਚ ਹਵਸ ਹੁੰਦੀ ਸੀ ਉਹ ਮਰਦ ਚਾਹੁੰਦਾ ਸੀ ਕਿਸੇ ਤਰ੍ਹਾਂ ਜਨਾਨੀ ਦਾ ਸਰੀਰ ਮੈਨੂੰ ਮਿਲ ਜਾਵੇ ਭੋਗਣ ਦੇ ਲਈ ਪਰ ਉਹ ਤੀਵੀਂ ਪਹਿਲੀ ਵਾਰ ਖਾਲਸ ਅੱਖਾਂ ਦੇ ਗਈ ਇਬਨੇ ਆਦਮ ਦੀ ਹਾਲੇਲੂਇਆ 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 ਕਿਤੇ ਪਿਆਰ ਹੈ ਤੇ ਸੱਚੀ ਮੁਹੱਬਤ ਹੈ ਤੇ ਯੇਸ਼ੂ ਮਸੀਹ ਨੂੰ ਇੱਕ ਵਚਨ ਵੀ ਨਹੀਂ ਸੁਣਾਉਂਦਾ ਯੇਸ਼ੂ ਮਸੀਹ ਨੂੰ ਨਹੀਂ ਕਹਿੰਦਾ ਤੌਬਾ ਕਰ ਦੇ ਜੇ ਨਰਕ ਚਲੀ ਜੇ ਦੀ ਜਨਾ ਕਰੀ ਛੱਡ ਆਰਾਮ ਕਰੀ ਛੱਡ ਕੁਝ ਨਹੀਂ ਕਹਿੰਦਾ ਯੇਸ਼ੂ ਮਸੀਹ ਦੀ ਹਜ਼ੂਰੀ ਉਹ ਤੀਵੀਂ ਨੂੰ ਮੋਮ ਦੀ ਤਰ੍ਹਾਂ ਪਿਘਲਾ ਦੇ ਹਾਲੇਲੂਇਆ ਹਾਲੇਲੂਇਆ ਤੇ ਜਿਹਨੇ ਸੱਦਿਆ ਹੁੰਦਾ ਨਾ ਯੇਸ਼ੂ ਮਸੀਹ ਉਹਨੂੰ ਕੁਝ ਨਹੀਂ ਜੇ ਮਿਲਦਾ ਤੇ ਜਿਹੜੀ ਨਹੀਂ ਸੱਦੀ ਗਈ ਸੀ ਸਭ ਕੁਝ ਲੈ ਹਾਲੇਲੂਇਆ 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 ਜਦੋਂ ਪ੍ਰਭੂ ਯਿਸੂ ਆ ਜਾਏਗਾ ਨਾ ਸਾਡੀ ਸੰਭਾਵਨਾ 'ਚ ਜਦੋਂ ਆ ਜਾਏਗੀ ਵੀ ਹਜ਼ੂਰੀ ਫਿਰ ਸਾਨੂੰ ਕੁਝ ਨਹੀਂ ਕਰਨ ਦੀ ਲੋੜ ਹਾਲੇਲੂਇਆ ਮਜ਼ਾ ਤਾਂ ਹੈ ਕਿ ਮੇਰੇ ਵਰਗੇ ਪ੍ਰਚਾਰੀ ਬਹਿ ਜਾਣ ਤੇ ਯਿਸੂ ਮਸੀਹ ਦੀ ਹਜ਼ੂਰੀ ਆ ਜਾਏ ਤੇ ਲੋਕੀ ਬਿਲਕੁਲ ਉਹਦੇ ਅੱਗੇ ਤੇ ਰੋਣ ਉਹਦੇ ਅੱਗੇ ਉਹਦੇ ਚਰਨਾਂ 'ਚ ਘੁੱਟਣੀ ਟੇਕ ਕੇ ਬਿਲਾਪ ਕਰਨ ਤੁਸੀਂ ਕਦੇ ਸੁਣਿਆ ਬਿਲਾਪ ਦੀਆਂ ਸਭਾਵਾਂ ਮ੍ਰਿਤਲ ਮਨੀ ਦੀ ਸਭਾਏ ਮਹਾਅਭਿਸ਼ੇਕ ਦੀ ਸਭਾਏ ਕਿਹੜੀ ਬਾਈਬਲ 'ਚ ਲਿਖਿਆ ਤਾਂ ਜੀ ਵੱਡੇ ਵੱਡੇ ਅਲੰਕਾਰ ਲਾ ਕੇ ਸਭਾਵਾਂ ਕਰਦੇ ਨੇ ਐਸੀ ਸਭਾ ਆਪਣੇ ਕਦੇ ਦੇਖੀ ਨਹੀਂ ਹੋਊਗੀ ਐਸੀ ਸਭਾ ਕਦੇ ਆਪ ਜ਼ਿੰਦਗੀ ਮੇਂ ਗਏ ਨਹੀਂ ਹੋਗੇ ਵੀਡੀਓ ਬਣਦੇ ਜੇ ਐਸੀ ਪ੍ਰਾਰਥਨਾ ਆਪਣੇ ਕਦੇ ਸੁਣੀ ਨਹੀਂ ਹੋਗੀ ਜਿਸ ਤਰ੍ਹਾਂ ਦੁਨਿਆਵੀ ਲੋਕ ਕਰ ਰਹੇ ਆ ਉਹ ਕੰਮ ਕਰ ਰਹੇ ਜੀ ਪ੍ਰਚਾਰੀ ਤੇ ਯੇਸ਼ੂ ਮਸੀਹ ਨਹੀਂ ਹੈ ਯੇਸ਼ੂ ਮਸੀਹ ਦੇ ਲੰਮੇ ਹੋ ਗਿਆ ਕਹਿੰਦਾ ਕਰ ਮੈਂ ਆਪਣਾ ਕਾਰੋਬਾਰ ਹਾਂਜੀ ਅਨੋਇੰਟਡ ਹੋਏ ਹਾਂਜੀ ਬਾਈਬਲ 'ਚ ਸਿਰ ਤੇ ਹੱਥ ਰੱਖ ਕੇ ਪ੍ਰਾਰਥਨਾ ਕਰਨਾ ਬੜੀ ਸਹਿਜ ਗੱਲ ਸੀ ਯੇਸ਼ੂ ਮਸੀਹ ਦੀ ਆਗਿਆ 'ਚ ਕਰ ਗਿਆ ਹੈ ਕਿ ਉਹ ਰੋਗੀਓ ਪੇ ਹੱਥ ਰੱਖੇ ਕਿ ਉਹ ਰੋਗੀ ਯੇਸ਼ੂ ਮਸੀਹ ਇਹ ਨਹੀਂ ਕਹਿੰਦਾ ਉਹ ਦੁਆ ਕਰੇਗੀ ਇਸ ਹਾਥ ਕੇ ਅੰਦਰ ਕੁਛ ਹੋਣਾ ਚਾਹੀਏ ਕਿ ਇਹ ਹਾਥ ਸਿਰਫ ਰੱਖਾ ਜਾਏਗਾ ਔਰ ਰੋਗੀ ਚੰਗੇ ਹੋ ਜਾਏਗੇ ਕਿਉਂਕਿ ਇਹ ਹਾਥ ਛੜਾ ਹੱਥ ਨਹੀਂ ਰੱਖਾ ਜਾਏਗਾ ਇਸ ਕੇ ਉੱਪਰ ਰੱਖਾ ਜਾਏਗਾ ਕਿਲਸ ਦਿਆ ਹੱਥ ਹਾਲੇਲੂਇਆ ਹਾਲੇਲੂਇਆ ਜੇ ਕੰਮ ਹੋਏਗਾ ਇਹ ਸਭ ਚੰਗੀ ਹੈ ਕੁਛ ਨਹੀਂ ਜੇ ਇਹ ਹੱਥ ਵੀ ਖਾਲੀ ਜੇ ਤੇ ਤੁਹਾਡੇ ਸਿਰ ਵੀ ਖਾਲੀ ਜੇ ਹਾਲੇਲੂਇਆ
पादरी खाली हाथ खाद खाली सिरों में धरी जा रहे हैं। ये हो रहा इसके ऊपर हाथ आएगा खुदावंद यीशु मसीह का जगा दी हाँ खाली हालेलुया 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 हालेलुया। अगर इधर ये जो मिट्टी है ना मिट्टी ये इस कुमार के हाथ में नहीं रहेगी प्रॉपर इसको कितनी बार गोल गोल कुमार घुमाएगा आपको मालूम कई बार गोल गोल आपको ये होगा घुमा रहा है और कई बार गोल गोल आप अपने पाप की वजह से हालेलुया। ये गोल गोल घूमने का भी भेद हमें समझना है। ये जो मिट्टी है क्ले है ये चाक पे चढ़ी है कुम्हार पे इधर चढ़ाया हुआ इधर बर्तन बना रहा है उसके हाथ में बर्तन है वो इस बर्तन को अपनी मर्जी से बनाना चाहता है। कैसे बनाना चाहता है अपनी मर्जी से बनाना। मैं आपको बता रहा था राजा दाऊद देखिए कैसे बर्तन है मेस्ड अप बर्तन है। राजा दाऊद एक बेकसूर इंसान का कत्ल करवाता है मंसूबा बना के और आपको मालूम वो बंदा कितना रहता था जिसका कत्ल करवाया इधर उसकी बीवी ना आ रही थी उसके चुने फौजियों में से एक था वो इधर राजा दाऊद साहब इसका कत्ल भी करवा देते और उसकी बीवी के संग जनाकारी करते। आपको मालूम 9 महीने तक राजा दाऊद का पाप छिपा हुआ। 9वें महीने में नथान नबी जाके से कहानी सुनाता है कि एक बंदे के बहुत सारे गदगद थे पर एक गरीब बंदे की कोई बकरी सी। तो राजा दाऊद गुस्सा आ जाता है कि नबी कहता है तू मैं हो नबी ये नहीं होते बरकत देने जा रहा है बंगला देने जा रहा है गाड़ी देने जा रहा है रियल एस्टेट देने जा रहा है ये भी नबी होते तो ठग है। नबी वो होते जिनके तो जरूरत होती आपको ऐसे होते नाऊ का जो होगा यूं कहता है अधर्म में मेरी माँ ने मुझे कोख में जन्म दिया। आपको मालूम अधर्म जो शब्द है इब्रानी भाषा में सबसे भारी शब्द है पाप के लिए। पाप के लिए 4 शब्द हैं जो सबसे गहरा पाप है जो आपके अंदर चलता है। इनिक्विटी क्या होती है जो आपके डीएनए में होती है आपके खून के अंदर एक स्वभाव है जो जलेबी की तरह सीधा है जो आदम से मिला और आपके बाप दादों से आपको मिला है जिसे बोलते हैं योर नेचर एट डिफॉल्ट उसे बोला गया इनिक्विटी। इनिक्विटी अंदर आपके स्वभाव में चलने वाला पाप है। इंसान की जैसे फितरत है ना गंदी चीजों को देखने की सुनने की बोलने की लोभ की लालच की वासना की व्यभिचार की जो ब्लड के अंदर चल रही है। आपको मालूम यीशु मसीह ने 2 तरह से लोभ बहाया। एक तो उसने बाहर से लोभ बहाया हिब्रू शब्द है खता। खता का मतलब होता है पाप। क्या होता है पाप। ये अलग शब्द है। ट्रांसग्रेशन अलग शब्द है। ट्रेसपास अलग शब्द है और अवान एक शब्द है। अवान का मतलब अंदर का गहरा पाप जो छोड़ता नहीं है। आप गोल गोल घूमते हैं गोल गोल घूमते फिर उसी पाप में गिर जाते हैं। अंदर चले यीशु मसीह ने बाहर से कूड़ बहाया फिर जब यीशु मसीह के कोड़े पड़ते थे उन कोड़ों की मार से यीशु मसीह के अंग फट गए थे। अंदर यीशु मसीह के अंदर के अंगों में से भी खून का हिसाब नहीं था। जब भाला मारा था रोमी सिपाही ने इधर से रिब से गया उसी जगह से गया जहां से आवेल ने के हवा तैयार की और यीशु मसीह के फेफड़ों को चीर के शायद वो दिल के आर पार हो गया क्योंकि एक नबूवत थी उसके लिए एक शिमोन ने की थी जब भाट में तो उसका खतरा हुआ था कि एक तलवार उसके दिल के आर पार हो जाए। कुछ लोग बोलते हैं कि वो मरियम के लिए कहा गया लेकिन अगर आप अरबिक ग्रामर में पढ़ेंगे तो वो क्लियर नहीं है कि वो मरियम के लिए कहा गया ये यीशु मसीह के लिए कहा गया। वो भाला उसके इधर आर पार हुआ और जो उसके दिल के अंदर खून था और फेफड़ों के अंदर डिहाइड्रेशन से पानी था
वो तपीरी की तरह फुहारे की तरह वो अपने अंदर के खून से आपके अंदर की बदियां धोता है। हालेलुया, ताकि ऐसे अंदरों सिद्धे हो जाएंगे। राजा दाऊद कहता है इन इनिक्विटी डिड माय मदर कंसीव मी, अवान शब्द है, बदकारी में मेरी माँ ने मुझे कोख में। बहुत से रब्बीनी का लोग ये मानते हैं, रब्बी लोग मानते हैं कि राजा दाऊद जो था वो जस्सी की बीवी की औलाद नहीं थी। राजा दाऊद जस्सी की एक और औरत की बात जिसको जस्सी ने कभी अपनी बीवी नहीं बनाया और उसमें से राजा दाऊद पैदा होता है। मैं इसके ऊपर शिक्षा दे सकता हूँ, 2 घंटे की शिक्षा केवल इसी सब्जेक्ट के ऊपर। कोई भी बात मैं हवा में तीर नहीं फेंकता, कई बार 3-4 साल उसका रिसर्च करता हूँ फिर कोई मैसेज बनता। तो राजा दाऊद जो है वो कह रहा है कि बदी ने मेरी मां ने मुझे कोख में लिया, जिन्होंने आपका पंजाबी जी की हराम की औलाद, हरामकारी की औलाद। आप वचन को गौर से देखें, दाऊद के जो भाई है ना जस्सी के बेटे, वो दाऊद को पसंद नहीं करते। इसीलिए दाऊद के भाइयों ने बढ़िया बढ़िया काम ले लिए हैं शाऊल राजा की फौज में, और दाऊद को कौन सा काम मिला है, चल जाके भेड़ा डंगर चार। और जब राजा दाऊद कहता है ना 23 ज़बूर में कि तू मेरे दुश्मनों के लिए मेरे लिए मेज बिछाता है, तो राजा दाऊद नबूवत नहीं करता कोई। राजा दाऊद के भाई ऐसे एक टेबल पे खाना खाते थे और उधर दूर राजा दाऊद का टेबल लगा होता था। एक मेस्ट अप बंदा है, ऐसा भांडा है जिहड़ा चाक दे चलते चलते की हो गया जी, खराब हो गया, टुट गया। बाइबल च सारे भांडे टूटे ने। जे बाइबल च एक बंदा इदा कहता है ना जी ये पासवान जी तो बहुत बड़े खानदान से आए हैं, तो मैं नहीं सुनता जी। बाइबल च लिखा थोड़े विचों कौन कुलीन सी, कौन बहुत वड्डे कुल दे विचों सी, की यहोवा परमेश्वर ने धरती के कूड़ा करकट नूं नहीं चुन लिया। हालेलुया, आप और मैं सब कूड़ा करकट है। हालेलुया, यहूदा इस्करियोती आपकी कहानी बता रहा हूँ, इधर गिर के मर गया। वो किधर गिरा जाके, उसकी लाश गिरी जाके पॉटर्स फील्ड में, जहां पे वो कुमार उन भांडों को फेंकते थे जो भांडे बिगड़ जाते थे, टूट जाते थे, जिनके अंदर नुक्स होता था उन भांडों को फेंका जाता था। उधर कौन सा भांडा गिरा जाके, यहूदा इस्करियोती को पता लग गया कि मैं रिजेक्टेड वेसल, मुझे चुना। आपको मालूम, सुन लीजिए स्टोरी, यदि बता देता हूँ आपको, 5 साल के बच्चे को इसराइल में उसके माँ बाप लेके जाते हैं स्कूल में। उस स्कूल में एक रफी होता है, उस्ताद होता है, उस घर का नाम होता है बेथसेफर। क्या नाम होता है, बेथसेफर। बेथ का मतलब होता है घर, सेफर का मतलब कलाम, कलाम का। जब उस बच्चे को लेके जाते हैं तो रब्बी सबसे पहला काम होता है क्या करता है, छोटे से बच्चे को शहर चटाता है, उत्तम शहर। उस बच्चे को पूरी उम्र ये याद रहता है कि हे यहोवा तेरा कलाम शहद से और शहद के छत्ते से भी मीठा है। और वो 7 साल पढ़ता है उधर। फिर 7 साल पढ़ने के बाद वो बच्चा बनता है बार मिजवा। मिजवा बोलते हैं यहोवा की आज्ञाओं को। ये जो आज्ञाएं हैं ये क्या है, ये मिजवाज है। इसके लिए अलग अलग शब्द है, 119 ज़बूर के अंदर अलग अलग शब्द इस्तेमाल किए यहोवा के कलाम के लिए। तो बार मिजवा जब 12 साल का होता है तो एक स्क्रोल, खुदा के कलाम का स्क्रोल, मूसा की 5 किताबें वो लिखी होती है पेपर, इसके अंदर उसके ऊपर चांदी का फूल चढ़ा होता है, उसको ऐसे ऐसे उछाल के लेके जाते हैं लोग। तो जो बच्चा होता है ना लड़के के दादी के कंधे पे बैठा होता है तो लोग खुशी मनाते हैं कि साडा बच्चा जिहड़ा है कलाम का पुत्र बन गया। किहड़ा पुत्र बन गया, कलाम का पुत्र बन गया। असीं संसारक पढ़ाई नूं बहुत तरजीह दिंदे हां कि असीं अपनी धी नूं नर्स बना के बाहर भेज दिंदे, जब मुंडे नूं डॉक्टर बने भी अच्छी गल है, लेकिन पहला रब दे कलाम की तरबीयत करना सब तो इंपोर्टेंट है। हालेलुया, हालेलुया। बच्चे नहीं, और मेरा जिहड़ा वड्डा बेटा है वह 15 साल का है, उन्हें आ बाइबल 2 बार पढ़ ली है, दूसरी बार फिनिश कर लिया, तो वो बड़े हाई लेवल की रिसर्च करता है बाइबल की। कल ही एक रूम के बैठ के कितनी देर मैं कुछ भी सिखा रहा हूँ, बाइबल में लिखा तुम्हारे लड़के वाले यहोवा के सिखाए। हालेलुया,
ਹਾਲੇਲੂਇਆ ਹਾਲੇਲੂਇਆ ਸੋ ਉਹ ਜਿਹੜਾ ਬੱਚਾ ਹੈ 12 ਸਾਲ ਦਾ ਉਹਦੇ ਬਾਅਦ ਜਦੋਂ ਪੜ ਜਾਂਦਾ ਨਾ ਪੂਰਾ ਕਲਾਮ ਨੂੰ ਜਵਾਨੀ ਆ ਜਾਂਦਾ ਪੰਜ ਕਿਤਾਬਾਂ ਨੂੰ ਸਕਦੇ ਫਿਰ ਵੱਡਾ ਰੱਬੀ ਹੁੰਦਾ ਹੈ ਤਿੰਨ ਰੱਬੀ ਹੁੰਦੇ ਨੇ ਇਜ਼ਰਾਇਲ ਚ ਹੁੰਦੇ ਸਨ ਕਿ ਕੁਰੇ ਨੇ ਹਿਲੇਲ ਗਮੇਲੀਏਲ ਤੇ ਸੌਲ ਆਫ ਟਰਸਸ ਪਲੂਸ ਜਿਹੜਾ ਬਣਿਆ ਹਿਲੇਲ ਉਹਦੇ ਬਾਅਦ ਗਮੇਲੀਏਲ ਤੇ ਫਿਰ ਸੌਲ ਤਿੰਨ ਹੀ ਰੱਬੀ ਹੁੰਦੇ ਸਨ ਇੱਕ ਵੇਲੇ ਚ ਜਿਹੜਾ ਟੌਪ ਦਾ ਰੱਬੀ ਹੁੰਦਾ ਹੈ ਹਿਲੇਲ ਜਾਂ ਗਮੇਲੀਏਲ ਇਹ ਫਿਰ ਬੈਕ ਸਿਫਰ ਦੇ ਵਿੱਚ ਘੁੰਮਦਾ ਹੈ ਜਦੋਂ ਬੱਚੇ 12 ਸਾਲ ਦੀ ਗ੍ਰੈਜੂਏਸ਼ਨ ਲੈ ਲੈਂਦੇ ਨੇ ਫਿਰ ਉੱਥੋਂ ਚੁਣਦਾ ਹੈ ਬੱਚੇ ਜਿਹੜੇ ਬੱਚਿਆਂ ਨੂੰ ਕਲਾਮ ਆਉਂਦਾ ਉਹਨਾਂ ਨੂੰ ਚੁਣ ਕੇ ਨਾਲ ਆਪਣੇ ਤੇ ਉਹ ਜਾ ਕੇ ਉੱਚ ਸਿੱਖਿਆ ਲੈਂਦੇ ਨੇ ਉਹ ਰੱਬੀ ਬਣਦੇ ਨੇ ਜ਼ਰਾਇਲ ਤੇ ਉਹ ਆਪਣੇ ਆਪ ਨੂੰ ਬਹੁਤ ਸਮਝਦੇ ਨੇ ਅਸੀਂ ਰੱਬੀ ਬਣ ਗਏ ਪਰ ਜਿਹੜੇ ਚੁਣੇ ਨਹੀਂ ਨਾ ਜਾਂਦੇ ਉਹ ਕੀ ਕਰਦੇ ਸਨ ਉਹਨਾਂ ਵਿੱਚੋਂ ਕੋਈ ਘੁਮਾਰ ਬਣ ਜਾਂਦਾ ਹੈ ਤੇ ਬਤੇਰੇ ਉਹਨਾਂ ਦੇ ਵਿੱਚ ਮੱਛੀਆਂ ਫੜਨ ਵਾਲੇ ਮਛੁਆਰੇ ਬਣ ਜਾਂਦੇ ਸਨ ਸਾਡਾ ਜਿਹੜਾ ਰੱਬੀ ਹੈ ਖੁਦਾਵੰਦ ਯਿਸੂ ਮਸੀਹ ਜਦੋਂ ਉਹ ਚੁਣਨ ਲਈ ਗਿਆ ਆਪਣੇ ਜੀਵ ਤੇ ਉਹ ਕਿੱਥੇ ਗਿਆ ਹਾਲੇਲੂਇਆ ਹਾਲੇਲੂਇਆ ਗਲੀਲ ਦੀ ਜੀਵ ਤੇ ਗਿਆ ਪਤਾ ਕਿਹਨਾਂ ਨੂੰ ਚੁਣਨ ਲਈ ਗਿਆ ਮਛੁਆਰਿਆਂ ਨੂੰ ਸਮਝ ਰਹੇ ਜੀ ਤੁਹਾਡੇ ਵਿੱਚੋਂ ਤੇ ਮੇਰੇ ਵਿੱਚੋਂ ਕੋਈ ਸਿਲੈਕਟਡ ਨਹੀਂ ਸੀ ਮੇਰੇ ਕੋਲ ਤੇ ਤੁਹਾਡੇ ਕੋਲ ਕੋਈ ਵੀ ਗੁਰੂ ਜਾਂ ਘਮੰਡ ਕਰਨ ਦੀ ਜਗ੍ਹਾ ਅਸੀਂ ਪੂਰਾ ਕਰਕਟ ਸੀ ਤੇ ਸਾਨੂੰ ਯਿਸੂ ਮਸੀਹ ਨੇ ਹਾਲੇਲੂਇਆ ਹਾਲੇਲੂਇਆ ਸਭ ਤੋਂ ਵੱਡੇ ਰੱਬੀ ਨੇ ਹਾਲੇਲੂਇਆ ਸਭ ਤੋਂ ਵੱਡੇ ਰੱਬੀ ਨੇ ਨਾ ਸਿਰਫ ਸਾਨੂੰ ਚੁਣਿਆ ਬਲਕਿ ਉਹਨੇ ਸਾਨੂੰ ਆਪਣੇ ਪੁੱਤਰ ਹੀ ਬਣਾਇਆ ਹਾਲੇਲੂਇਆ ਰਬੀਨਿਕਲ ਕਿਤਾਬਾਂ ਚ ਲਿਖਿਆ ਹੈ ਕਿ ਉਸ ਜਿਹੜਾ ਦਾਊਦ ਦੀ ਮਾਂ ਦਾ ਨਾਮ ਸੀ ਨਗੇਸ਼ ਜਿਹੜਾ ਸ਼ਬਦ ਨਕਾਸ਼ ਤੋਂ ਨਿਕਲਿਆ ਮਤਲਬ ਸੱਪਣੀ ਜਾਂ ਸ਼ਾਇਦ ਉਹ ਕਹਿੰਦੇ ਹੋ ਕਿ ਸੱਪਣੀ ਵਰਗੀ ਜਦੋਂ ਸਾਡੇ ਨਾ ਨਾਗ ਸਾਂਭ ਲੈ ਜੋ ਖਾਂਦੇ ਕੁਝ ਕਦੀ ਚੀਜ਼ ਆ ਕੁਛ ਇਹੋ ਜਿਹੀ ਸ਼ੈ ਹੋਈ ਕਿ ਉਹਦੇ ਚ ਉਹਦਾ ਨਗੇਸ਼ ਪਿਆ ਤੇ ਰਾਜਾ ਦਾਊਦ ਇੱਕ ਟੁੱਟਾ ਬਿਖਰਿਆ ਭਾਂਡਾ ਹੈ ਉਹ ਫੋਟੋ ਤੁਸੀਂ ਵੀ ਇੱਥੇ ਅਸੀਂ ਲਾਈ ਫਲੋਰ ਭਾਂਡਾ ਟੁੱਟਾ ਭਾਂਡਾ ਹਾਲੇਲੂਇਆ ਤੇ ਯਹੋਵਾ ਪਰਮੇਸ਼ਰ ਕੀ ਕਰਦਾ ਹੈ ਉਸ ਟੁੱਟੇ ਭਾਂਡੇ ਨੂੰ ਮੁੜ ਕੇ ਕੀ ਕਰਦਾ ਹੈ ਚਾਕ ਤੇ ਚੜਾਉਂਦਾ ਹੈ ਉਹੀ ਉਹ ਮਿੱਟੀ ਲੈਂਦਾ ਹੈ ਉਹ ਸਿੱਟੀ ਨਹੀਂ ਮਿੱਟੀ ਹੁੰਦੀ ਉਹ ਮਿੱਟੀ ਯਹੋਵਾ ਨੇ ਨਹੀਂ ਸਿੱਟੀ ਉਹਨੇ ਉਸੇ ਮਿੱਟੀ ਨੂੰ ਫਿਰ ਦੁਬਾਰਾ ਕੀ ਕੀਤਾ ਮੋਲ ਚਾਕ ਤੇ ਚਾੜਿਆ ਤੇ ਉਸੇ ਮਿੱਟੀ ਨੂੰ ਯਹੋਵਾ ਪਰਮੇਸ਼ਵਰ ਨੇ ਦੁਬਾਰਾ ਤੁਹਾਨੂੰ ਪਤਾ ਹੈ ਜਿਹੜੀ ਸਮੱਸਿਆ ਹੈ ਉਹ ਯਹੋਵਾ ਦੇ ਆ ਯਹੋਵਾ ਜਿਹੜਾ ਥਾਂ ਤੇ ਨਹੀਂ ਹੈ ਸਮੱਸਿਆ ਕਿਹਦੇ ਵਿੱਚ ਹੈ ਮਿੱਟੀ ਚ ਗਹਿਰੀ ਅੰਦਰੂਨੀ ਬਦਕਾਰੀ ਜੇ ਮੈਂ ਤੁਹਾਨੂੰ ਪੁੱਛਾਂ ਕਿ ਤੁਸੀਂ ਆਪਣੇ ਜੰਮਣ ਤੋਂ ਪਹਿਲਾਂ ਕਿੱਥੇ ਸੀ ਤੇ ਤੁਹਾਨੂੰ ਪਤਾ ਹੈ ਸਹੀ ਜਵਾਬ ਕੀ ਹੈ ਇਹਦਾ ਸਹੀ ਜਵਾਬ ਹੈ ਤੁਸੀਂ ਆਪਣੇ ਜੰਮਣ ਤੋਂ ਪਹਿਲਾਂ ਆਪਣੇ ਮਾਂ ਦੇ ਵਿੱਚ ਤੇ ਆਪਣੇ ਪਿਓ ਦੇ ਵਿੱਚ ਸੀ 23 ਕ੍ਰੋਮੋਸੋਮ ਤੁਹਾਡੀ ਮਾਂ 'ਚ ਸੀ ਤੇ 23 ਕ੍ਰੋਮੋਸੋਮ ਤੁਹਾਡੇ ਪਿਓ ਦੇ ਵਿੱਚ ਸੀ ਤੁਹਾਡੇ ਪਿਓ ਨੇ ਅਗਰ ਤੁਹਾਡੀ ਮਾਂ ਦੀ ਕੁੱਖ ਦੇ ਵਿੱਚ ਵਾਈ ਫੈਕਟਰ ਪਾਇਆ ਤੇ ਤੁਸੀਂ ਇੱਧਰਲੇ ਪਾਸੇ ਬੈਠੇ ਜੇ ਹੈ ਜ਼ਿਆਦਾ ਮਨ ਦਿੱਤ ਨਹੀਂ ਉੱਧਰ ਵੀ ਕੁਛ ਬੈਠੇ ਜੇ ਜੇ ਵਾਈ ਫੈਕਟਰ ਪਵੇ ਮਾਂ ਦੀ ਕੁੱਖ 'ਚ ਪਿਓ ਵੱਲੋਂ ਤੇ ਮੁੰਡਾ ਜੰਮਦਾ ਜੇ ਤੇ ਜੇ ਐਕਸ ਪਵੇ ਤੇ ਕੁੜੀ ਜੰਮਦੀ ਮਾਂ ਦਾ ਕੋਈ ਕਸੂਰ ਨਹੀਂ ਹੁੰਦਾ ਕਿ ਮੁੰਡਾ ਜੰਮਿਆ ਜਾਂ ਕੁੜੀ ਜੰਮੀ ਇਹ ਕਿਹਦੇ ਤੇ ਮਨਸਰ ਹੁੰਦਾ ਜੇ ਪਿਓ ਦੇ ਸ਼ੁਕਰਾਣੂਆਂ ਦੇ ਉੱਤੇ ਪਿਓ ਦੇ ਜੀਨਸ ਡੀਐਨਏ ਦੇ ਉੱਤੇ ਹੁੰਦਾ ਤੇ ਤੁਹਾਡੇ ਮਾਂ ਪਿਓ ਕਿੱਥੇ ਸੀ ਉਹ ਤੁਹਾਡੇ ਦਾਦਾ ਦਾਦੀ ਤੇ ਨਾਨਾ ਨਾਨੀ ਚ ਸੀ ਤੇ ਉਹ ਕਿੱਥੇ ਸਨ ਉਹ ਆਪਣੇ ਮਾਂ ਪਿਓ ਦੇ ਵਿੱਚ ਸਨ ਉਹ ਕਿੱਥੇ ਸਨ ਤੇ ਜਿੱਦਾਂ ਆਪਾਂ ਪਿੱਛੇ ਚਲੇ ਜਾਈਏ ਤੇ ਕਿੱਥੇ ਕਹਾਣੀ ਮੁੱਕਦੀ ਜੇ ਆਦਮ ਤੇ ਹਵਾ ਤੇ ਜਾ ਇਹਦਾ ਮਤਲਬ ਬੰਦਾ ਮਰ ਕੇ ਗਦਾ ਘੋੜਾ ਹਾਥੀ ਬਿੱਲੀ ਕਦੇ ਵੀ ਨਹੀਂ ਬਣਦਾ ਇਹ ਸਭ ਤੋਂ ਵੱਡਾ ਪ੍ਰੇਮ ਦੇ ਥਰੂ ਕੋਈ ਚੁਰਾਸੀ ਦਾ ਕੀ ਹੁੰਦੀ ਆ ਨਹੀਂ ਹਾਲੇਲੂਇਆ ਹਰ ਜੀਵ ਆਪਣੀ ਹੀ ਨਸਲ ਪੈਦਾ ਇਸ ਜਿਹੜੇ ਕਰਮ ਮੇਰੇ ਪਿਓ ਦਾਦਿਆਂ ਨੇ ਕੀਤੇ ਮੇਰੇ ਪੁਰਖਿਆਂ ਨੇ ਕੀਤੇ ਜਿਸ ਵੇਲੇ ਮੈਂ ਨਹੀਂ ਸੀ ਜੰਮਿਆ ਤੇ ਮੈਂ ਆਪਣੇ ਪਿਓ ਦੇ ਵਿੱਚ ਮੇਰਾ ਅੱਧਾ ਹਿੱਸਾ ਤੇ ਮੇਰਾ ਅੱਧਾ ਹਿੱਸਾ ਮੇਰੀ ਮਾਂ ਦੇ ਵਿੱਚ ਸੀ ਤੇ ਮੇਰਾ ਪਿਓ ਵੀ ਕੁਆਰਾ ਤੇ ਮੇਰੀ ਮਾਂ ਵੀ ਕੁਆਰੀ ਸੀ ਤੇ ਮੇਰਾ ਪਿਓ ਬਦਕਾਰੀ ਕਰਦਾ ਸੀ ਬੁਰੇ ਕੰਮ ਕਰਦਾ ਸੀ ਤੇ ਮੈਂ ਆਪਣੇ ਕਿਹਦੇ ਵਿੱਚ ਸੀ ਇਸ ਲਈ ਉਹ ਪਾਪ ਦਾ ਜਿਹੜਾ ਗ੍ਰਹਿਣ ਕਿਹਨੂੰ ਲੱਗਾ ਹੈ ਮੈਨੂੰ ਵੀ ਲੱਗਾ ਸਾਡੇ ਵਿੱਚ ਨਾ ਸਿਰਫ ਆਦਮ ਦਾ ਪਾਪ ਹੈ ਆਦਮ ਤੋਂ ਲੈ ਕੇ ਜਿੰਨੀ ਤੁਹਾਡੀ ਲਾਈਨ ਹੈ ਨਾ ਪਿਓ ਦਾਦਿਆਂ ਦੀ ਉਹਨਾਂ ਦੇ ਸਾਰਿਆਂ ਦੇ ਧਰਮ ਦਾ ਲੇਖਾ ਜੋਖਾ ਤੁਹਾਡੇ ਵਿੱਚ ਉਹ ਕਿਤਾਬ ਜਿਹੜੀ ਹੈ ਨਾ ਡੀਐਨਏ ਚ ਉਹ ਤੁਹਾਡੇ ਤੱਕ ਪਹੁੰਚ ਗਈ
सो राजा दाऊद कहता है वदी विच मेरी मां ने मेनू भुख दे विच लिया। हालेलुया। हे यहोवा जूफे दे नाल मेनू धो दे। काहदे नाल? जूफे। जूफे दा मतलब जूफा एक झाड़ी होंदी है, पौधा होंदा है, उहदी झाड़ू बनांदे सन लोग इसराइल च। जूफे दा गुच्छा झाड़ी बना के तां उहदी झाड़ू बना के उहनू लहू दे विच धो के मेनू की कर धो। हालेलुया। हालेलुया। ਤੁਹਾਨੂੰ ਪਤਾ ਤੀਵੀਂ ਜਿਹਦਾ ਸਿੱਕਾ ਘਰ ਚ ਗੁਆਚ ਜਾਂਦਾ ਹੈ ਉਹ ਜੂਫੇ ਦੀ ਝਾੜੂ ਬਣਾਉਂਦੀ ਹੈ। ਜੂਫਾ ਕੀ ਹੈ? ਹਾਲੇਲੂਇਆ ਹਾਲੇਲੂਇਆ। ਰਾਮ ਦੀ ਝਾੜੂ ਦੇ ਨਾਲ ਸਿੱਕਾ ਲੱਭਦੀ ਹੈ ਆਪਣੇ ਘਰ ਦੇ ਵਿੱਚੋਂ। ਤੋ ਵਚਨ ਚ ਲਿਖਿਆ ਹੈ ਕਿ ਉਹ ਕਹਿੰਦਾ ਪਰਮੇਸ਼ਵਰ ਮੈਨੂੰ ਧੋ ਤੇ ਮੈਂ ਇਸ ਬਰਫ਼ ਦੇ ਨਾਲੋਂ ਸਾਫ਼ ਹੋ ਜਾਵਾਂਗਾ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਸੋ ਦਾਊਦ ਨੂੰ ਪਰਮੇਸ਼ਵਰ ਆਪਣੇ ਚੱਕੇ ਤੇ ਰੱਖਦਾ ਹੈ। ਅਸੀਂ ਦਾਊਦ ਦੇ ਜੀਵਨ ਚ ਦੇਖੀਏ ਉਹ ਛੋਟੀ ਉਮਰ ਚ ਨੂੰ ਮਸਾਂ ਲੈ ਜਾਂਦਾ ਹੈ ਤੇ 13 ਸਾਲ ਉਹ ਜੰਗਲਾਂ ਦੇ ਵਿੱਚ ਭਟਕਦਾ ਹੈ। 13 ਸਾਲ 9 ਵਾਰੀ ਉਹਦਾ ਸਹੁਰਾ ਜਿਹੜਾ ਹੈ ਸ਼ਾਊਲ ਉਹਨੂੰ ਮਾਰਨ ਦਾ ਯਤਨ ਕਰਦਾ ਹੈ ਪਰ ਮਾਰ ਨਹੀਂ ਪਾਉਂਦਾ। ਉਹਦਾ ਆਪਣਾ ਬੇਟਾ ਉਹਦੇ ਵਿਰੁੱਧ ਚ ਖੜਾ ਹੋ ਜਾਂਦਾ ਹੈ। ਉਹਦੇ ਆਪਣੇ ਅਹਿਲਕਾਰ ਮੰਤਰੀ ਪ੍ਰਧਾਨ ਮੰਤਰੀ ਨੂੰ ਤਿਆਗ ਦਿੰਦੇ ਨੇ। ਜ਼ਰੂਰ ਪੜੋਗਾ ਜਾਂਦਾ ਉੱਤੇ ਰਾਜਾ ਦਾਊਦ ਕਿਸੇ ਵੇਲੇ ਆਪਣੀ ਜਾਨ ਬਚਾਉਣ ਲਈ ਭਟਕਦਾ ਪਰਮੇਸ਼ੁਰ ਦੇ ਮੂਹਰੇ ਤੇ ਪਰਮੇਸ਼ੁਰ ਦੇ ਮੂਹਰੇ ਬੜੀ ਮਿੰਨਤ ਵਾਲੀ ਪ੍ਰਾਰਥਨਾਵਾਂ ਕਰਦਾ, ਮੈਨੂੰ ਛੁਡਾ, ਮੈਨੂੰ ਬਚਾ, ਮੇਰੇ ਵਿਆਹੀਆਂ ਤੋਂ ਛੁਡਾ ਲੈ। ਫਿਰ ਰਾਜਾ ਦਾਊਦ ਦੂਸਰੇ ਮੂਡ 'ਚ ਚਲਾ ਜਾਂਦਾ ਥੋੜ੍ਹੇ ਹਫ਼ਤਿਆਂ ਥੋੜ੍ਹੇ ਮਹੀਨਿਆਂ ਦੇ ਬਾਅਦ। ਹੇ ਪਰਮੇਸ਼ੁਰ ਜਿਹੜੇ ਮੇਰੇ ਵੈਰੀ ਨੇ ਉਹਨਾਂ ਦੇ ਦੰਦ ਤੋੜ ਦੇ। ਹੇ ਪਰਮੇਸ਼ੁਰ ਜਿਹੜੇ ਮੇਰੇ ਵੈਰੀ ਨੇ ਉਹਨਾਂ ਦੇ ਬੱਚੇ ਅਨਾਥ ਹੋ ਜਾਣ। ਹੇ ਪਰਮੇਸ਼ੁਰ ਫਿਰ ਬਦਲ ਦੀਆਂ ਪ੍ਰਾਰਥਨਾ ਕਰਦਾ ਰਾਜਾ ਦਾਊਦ। ਫਿਰ ਬਦਲ ਜਾਂਦਾ ਥੋੜ੍ਹੇ ਸਮੇਂ ਦੇ ਬਾਅਦ। ਹੇ ਪਰਮੇਸ਼ੁਰ ਮੈਨੂੰ ਛੁਡਾ। ਫਿਰ ਇੱਕ ਜਗ੍ਹਾ ਜਾ ਕੇ ਉਹ ਪਾਗਲਾਂ ਵਰਗੀ ਹਰਕਤਾਂ ਕਰਦਾ ਹੈ। ਸਾਡੇ ਵਰਗੇ ਨੇ ਸਾਰੇ ਬੰਦੇ ਬਾਈਬਲ ਦੇ ਵਿੱਚ ਸਿਵਾਏ ਇੱਕ ਦੇ ਜਿਹਦਾ ਨਾਂ ਹੈ ਯੇਸ਼ੂ। ਤੁਹਾਨੂੰ ਪਤਾ ਯੇਸ਼ੂ ਮਸੀਹ ਇੱਕ ਇਹੋ ਜਿਹਾ ਸ਼ਖਸ ਹੈ ਜਿਹਨੇ ਕਦੇ ਵੀ ਕਿਸੇ ਨੂੰ ਨਹੀਂ ਕਿਹਾ ਆਈ ਐਮ ਸੌਰੀ। ਇੱਕ ਬੰਦਾ ਜਿਹਨੂੰ ਕਦੇ ਨਾ ਕਹਿਣਾ ਪਿਆ ਆਈ ਐਮ ਸੌਰੀ ਤੇ ਨਾ ਕਦੇ ਕਹੇਗਾ ਆਈ ਐਮ ਸੌਰੀ, ਉਹ ਕੌਣ ਹੈ? ਯੇਸ਼ੂ ਮਸੀਹ, ਖੁਦਾਵੰਦ ਯੇਸ਼ੂ ਮਸੀਹ ਦਾ। ਹਾਲੇਲੂਇਆ 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 ਹਾਲੇਲੂਇਆ। ਸੋ ਇਸਰਾਇਲੀ ਲੋਕ ਜਿਹੜੇ ਸਨ ਉਹ ਇੱਦਾਂ ਗੋਲ ਗੋਲ ਘੁੰਮਦੇ ਰਹੇ। ਮੇਰੇ ਕੋਲ ਬਹੁਤ ਜ਼ਿਆਦਾ ਮਟੀਰੀਅਲ ਹੈ, ਮੈਂ ਮਦਦ ਕਰਨਾ ਚਾਹੁੰਦਾ। ਬਾਈਬਲ ਦੀ ਇੱਕ ਵਿਅਕਤੀ ਦੀ ਮਿਸਾਲ ਦੇਣਾ ਚਾਹੁੰਦਾ ਤਾਂ ਉਹਦਾ ਨਾਂ ਹੈ ਸਮਸੂਨ। ਕੀ ਨਾਂ ਹੈ? ਸਮਸੂਨ। ਸੈਮਸਨ ਕਹਿੰਦੇ ਨੇ ਅੰਗਰੇਜ਼ੀ 'ਚ, ਸ਼ਮਸ਼ੂਨ ਸ਼ਾਇਦ ਹਿੰਦੀ 'ਚ, ਸਮਸੂਨ ਕਹਿੰਦੇ ਪੰਜਾਬੀ 'ਚ। ਇੱਕ ਇੱਦਾਂ ਦਾ ਬੰਦਾ ਜਿਹਦੇ ਉੱਤੇ ਇਸ ਤਰ੍ਹਾਂ ਦਾ ਮਸਾ ਉਤਰਿਆ ਜਿਹੜਾ ਸ਼ਾਇਦ ਕਿਸੇ ਦੇ ਉੱਤੇ ਨਹੀਂ ਉਤਰਿਆ। ਉਹਦੇ ਉੱਤੇ 3 ਲੇਅਰ ਸੀ ਸੁਰੱਖਿਆ ਦੀਆਂ, 3 ਵਾਚਾਂ ਸੀ ਉਹਦੀਆਂ, 3 ਵਾਚਾਂ। ਮੈਂ ਯੂਟਿਊਬ ਤੇ ਮੈਸੇਜ ਪਾਇਆ, ਜਿਹੜਾ ਚੈਨਲ ਹੈ ਨਾ ਉੱਪਰ ਗੇਟਸ ਆਫ ਗਲੋਰੀ ਲਾਈਵ ਤੇ ਸੁਣਨਾ ਉਹਦਾ ਮੈਸੇਜ। ਸਮਸੂਨ ਦੇ ਨਾਲ ਕੀ ਵਾਪਰਿਆ? 3 ਮਸਾ ਸੀ ਸਮਸੂਨ ਦੇ ਉੱਤੇ, ਉਹਨੇ 2 ਮਸਾ ਗਵਾਲੇ ਸੀ, 1 ਮਸਾ ਰਹਿ ਗਿਆ ਸੀ ਉਹਦੇ ਕੋਲ ਜਿਹੜਾ ਉਹਦੇ ਜੁਲਫਾਂ ਦੇ ਵਿੱਚ ਸੀ 12 ਚ, ਤੇ ਤਦ ਵੀ ਕੋਈ ਉਹਨੂੰ ਹੱਥ ਨਹੀਂ ਸੀ ਪਾ ਸਕਦਾ। ਉਹ ਮਨੁੱਖਾਂ ਨੂੰ ਇਸ ਤਰ੍ਹਾਂ ਮਾਰਦਾ ਸੀ ਜਿਸ ਤਰ੍ਹਾਂ ਕੋਈ ਮਨੁੱਖ ਮੱਖੀ ਮੱਛਰ ਮਾਰਦਾ ਹੋਵੇ। ਏਡਾ ਖੁਦਾਵੰਦ ਦਾ ਕਦਾਵਰ ਯੋਧਾ ਸੀ। ਤੇ ਉਹਨੇ ਕੀ ਕੀਤਾ? ਉਹਨੇ ਦਲੀਲਾ ਦੇ ਹੇਅਰ ਕਟਿੰਗ ਸਲਾਨ 'ਚ ਜਾ ਕੇ ਆਪਣੀ ਤੀਜੀ ਸੁਰੱਖਿਆ ਲਈ ਗਵਾ ਲਈ। ਤੇ ਫਿਰ ਉਹਨੂੰ ਕੀ ਕੀਤਾ? ਉਹਨਾਂ ਨੇ ਬੰਨਿਆ ਤੇ ਇੱਕ ਵਚਨ ਲਿਖਿਆ ਹੈ, ਰੋਜ਼ਾਨਾ ਵਚਨ ਤੁਸੀਂ ਪੜ੍ਹੋ, ਨੇਹੀਆਂ ਦੀ ਕਿਤਾਬ ਕੱਢੋ ਉਹਦਾ 16 ਦੇ ਅਧਿਆਇ, ਨੇਹੀਆਂ 16 ਦੇ ਅਧਿਆਇ। ਚੱਕੀ ਦੇ ਆਲੇ ਦੁਆਲੇ ਘੁੰਮਦਾ ਸੀ, ਲੱਕੜ ਬੰਨੀ ਸੀ ਉਹਦੇ ਨਾਲ ਬਹੁਤ ਵੱਡੀ, ਉਹ ਚੱਕੀ ਦੇ ਆਲੇ ਦੁਆਲੇ ਘੁੰਮਦੀ ਜਾਂਦਾ ਸੀ। ਤੇ ਬਹੁਤ ਵੱਡੀ ਛੋਟੀ ਮੋਟੀ ਚੱਕੀ ਨਹੀਂ ਸੀ ਉਹ, ਬਹੁਤ ਵੱਡੀ ਸ਼ਾਇਦ ਰੂਹ ਜਿਹੜੀ ਚੱਕੀ ਸੀ ਜਿਹਦੇ ਵਿੱਚ ਗੋਰੀਆਂ ਦੀ ਗੋਰੀਆਂ ਪ੍ਰਿਸ਼ਤੀ ਸਿੱਟਦੇ ਸਨ ਤੇ ਸੰਸੂਲ ਕੀ ਕਰੀ ਜਾਂਦਾ ਹੈ ਪੀ ਜਾਂਦਾ ਇੱਥੇ ਘੁੰਮੀ ਜਾਂਦਾ ਹੈ।
तेरी वजह का घूम रहा है, इसलिए नहीं कि होगा भांडा तैयार कर, इसलिए घूम रहा है अपनी अपनी गुदकारी करके। असं गोल गोल घूमते हैं, सुन लो भैनों के भराओ अपने पापा के तरफ, बहुत घट नहीं जिन्हें कि होगा भांडा तैयार कर दिया, ज्यादा कौन ने इतने अपनी नाफरमानी ते बदकारी करके। सतगुरां जी लिखिया है बलवा करने वाली रूह बियाबान च भटकदी है, जिहड़ी रूह बलवा करदी किथे भटकदी है, बियाबान जिथे गोल गोल घूम रहा है। लेकिन जदों गोल गोल घूम रहा है इतने गोल गोल समसूर घूमी जा रहा है, यह और जीवन च काम कर रहा है। जदों कोई व्यक्ति प्रभु वल घूमता है भावे वह कितने भी पाप की दलदल च धसिया क्यों ना हो, परमेश्वर ओहदे उत्ते कृपा। बाइबल की खूबसूरत गल की है, बाइबल छुटकारे की किताब है, बाइबल रिडेम्पशन की किताब है, बाइबल रेस्टोरेशन की किताब है। ये उम्मीद है, ये आस है कि अगर अज तुम गो वाली आवाज सुनो तो अपने मन में बटोर, एक दिन यहोजे आना है जो अज शब्द खत्म हो जाना है, फिर अज नहीं रहना, फिर तौबा नहीं रहनी पृथ्वी के उत्ते, फिर पश्चाताप नहीं रहना पृथ्वी के उत्ते, पृथ्वी तो पश्चाताप ते तौबा दा आत्मा यहोवा परमेश्वर ने उठा लेना है, कि दरवाजा बंद हो जाना है, कि धरती के उत्ते सात साल का शैतान का राज आ जाना है। यह वेला है पश्चाताप का। जो मैं प्रभु जी आया 34 वरे पहला, उस वेले पास्टर साहिबान जो सन उन्होंने दिल बड़े सच्चे सन, मैं तुहानू स्टोरिया सुना सकता 34 साल पहला, असीं मुकेरिया तो इत्थे आईदा सी अमृतसर सैकल दे उत्ते, थैले भर के असीं नवे नेम रखे होंदे सी, दीवानिया की तरह असीं सड़कां ते खड़े हो के सिख पास ने ढोल बनी होंदी सी इत्थे माजा, असीं उत्थे गीत गाते सां सड़क के उत्ते खड़े होके, सड़क के 500 बंदा खड़ा हो जाता ऊपर सवार होकर ऊपर सिर उतरेगा, आएगा हमारा यीशु मसीह आएगा, हालेलुया। किताबां वंडदे सां, मेरे नाल 20-25 सेवक होंदे सां, अज मैं एक भी सेवक नूं काम करदे नहीं देख रहा। मैं अपने घरों आया बाइक के उत्ते, पूरी रात नहीं मैं सुता, मैं उल्टियां कर रहा सी पूरी रात, तंग सी बहुत, ते मैं नवें नियम लैके आया राह च वंडदा, अपने नाल रख रहा नवें नियम। मैं दुनिया के 150 मुल्कां च 5-7 स्टार होटल च ठहरना, अंग्रेजी च प्रचार करना पूरी दुनिया च जाके, लेकिन खुबरागिरी नहीं करता। समझ रहे जी, यीशु मसीह नूं दिखावा खुबरागिरी के अडंबर तो सख्त नंबर के। अज कदों सभावां होंदियां सन पश्चाताप दी तौबा दी, घुटने टेकदे सन लोग पवित्र आत्मा की भरपूरी की सभावां, हुण हो रही है मिरकल मनी महाभिषेक। मेरी गल सुन लो गौर के नाल, जे तुसीं इह सोचदे हो कि तुहाडा हिसाब खराब नहीं होना, तो बहुत वड्डी गलत फहमी जी, बहुत औखे होना जे तुसीं सुन लो मेरी गल। अगर इस तरह की बाबागिरी च पे हो, इस तरह के झूठे नबी वाले गुरदे दे हिस्से हो तुसीं, तो बहुत औखा हिसाब खराब जी, अगले वक्त बहुत औखा आ रहा है। हालेलुया, पर संसूर पश्चाताप करता है, रब उसकी कृपा करता है, उसके बाल मुड़ते की आने शुरू होते हैं। ये पढ़ो एक वचन 16:26 वचन पढ़ो 16:26। तब शमशोन ने उस बूढ़े लड़के से जो उसका हाथ पकड़े था कहा, मुझे उन खंभों को जिससे घर संभला हुआ है छूने दे कि मैं उस पर टेक लगाऊं। वह घर स्त्री पुरुषों से भरा हुआ था और फरिश्तियों के सब सरदार भी वहाँ थे और छत पर कोई 3,000 स्त्री पुरुष थे जो शमशोन को तमाशा करते हुए देख रहे थे। तब शमशोन ने यह कहकर यहोवा की दुहाई दी, हालेलुया, फिर दुहाई दी हालेलुया हालेलुया। ये लैला दिया गोदी ची जिन्ना मर्जी पे आ दो, मेरे बबल भाजी मेरी तो एक नहीं करी है, चंदा रखवा दो। उन्हें बचाना है, उन्हें जो होबा दी दुआई दी और उन्हें इस तरह करके जेडी पूरी बिल्डिंग सी दो खंभिया पे खड़ी सी, बहुत खुदा दा रूह मुड़ के उतरिया सी उस मुंह ते। हालेलुया, ते वचन च लिखिया है इन्ने लोग उन्हें अपनी मौत दे दरमियान मारे जिन्ने लोग उन्हें अपने जिंदा जी नहीं सन मारे। बाइबल च एक ईसाओ है जिन्हें तौबा की पश्चाताप का हंजू बहाए पर सुनी नहीं गई।
ਬਾਈਬਲ ਦੇ ਵਿੱਚ ਇੱਕ ਅਨਾਦਰ ਦਾ ਪਾਤਰ ਯੂਦਾ ਇਸਕਰੀਓਤੀ ਹੈ, ਜਿਹੜਾ ਮਰ ਗਿਆ ਤੇ ਕਿੱਥੇ ਗਿਆ? ਪੋਟਰਸ ਫੀਲਡ 'ਚ ਚਲਾ ਗਿਆ, ਜਿੱਥੇ ਟੁੱਟੀ ਫੁੱਟੀ ਭਾਂਡੇ ਸਿੱਟੇ ਜਾਂਦੇ ਸਨ। ਅਨਾਦਰ ਦਾ ਭਾਂਡਾ ਬਣਿਆ, ਅਸੀਂ ਆਦਰ ਦਾ ਭਾਂਡਾ ਬਣੀਏ। ਅਸੀਂ ਜਿਹੜਾ ਸਭ ਤੋਂ ਪਹਿਲਾਂ ਵਚਨ ਪੜ੍ਹਿਆ ਦੂਸਰਾ ਤਿਮੋਥੀਅਸ ਉਹਦੇ 2 ਦੇ ਆਏ ਦਾ 20 ਵਚਨ ਮੁੜ ਕੇ ਪੜ੍ਹ ਲਈ। ਹਾਲੇਲੂਯਾ। ਦੂਸਰਾ ਤਿਮੋਥੀਅਸ 2 ਦੇ ਆਏ ਦਾ 20 ਵਚਨ ਪੜ੍ਹੀਏ ਮੁੜ ਕੇ। ਬੜੇ ਘਰ ਮੇਂ ਨਾ ਕੇਵਲ ਸੋਨੇ ਚਾਂਦੀ ਹੀ ਕੇ ਪਰ ਕਾਠ ਔਰ ਮਿੱਟੀ ਕੇ ਬਰਤਨ ਵੀ ਹੋਤੇ ਹੈ, ਕੋਈ 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 ਆਦਰ ਔਰ ਕੋਈ ਕੋਈ ਅਨਾਦਰ ਕੇ ਲਈ। ਜਦਿ ਕੋਈ ਆਪਣੇ ਆਪ ਕੋ ਇਨਸੇ ਸ਼ੁੱਧ ਕਰੇਗਾ, ਕਿਆ ਕਰੇਗਾ? ਸ਼ੁੱਧ ਕਰੇਗਾ। ਪਾਪ ਦੇ ਅੰਤ ਤੋਂ ਆਪਣੇ ਆਪ ਨੂੰ ਤੁਸੀਂ ਅਲੱਗ ਕਰੋਗੇ ਤੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰੋਗੇ ਕਿ ਪਰਮੇਸ਼ਵਰ ਮੈਂ ਪਵਿੱਤਰ ਤੇ ਧਰਮੀ ਜੀਵਨ ਜੀਣਾ ਚਾਹੁੰਦਾ, ਮੈਂ ਖਰੀ ਚਾਲ ਚੱਲਣਾ ਚਾਹੁੰਦਾ, ਮੈਂ ਸਦਾਕਤ ਦੇ ਰਾਹ ਤੇ ਚੱਲਣਾ ਚਾਹੁੰਦਾ। ਹੇ ਯਹੋਵਾ, ਆਪਣੇ ਡਰ ਦਾ ਆਤਮਾ ਮੇਰੇ ਉੱਤੇ ਘੱਲ, ਮੈਂ ਨੌਕਰ ਬਣ ਕੇ ਡੂਲੋਸ ਉਦਵਾ ਗੁਲਾਮ ਬਣ ਕੇ ਤੇਰੀ ਖਿਦਮਤ ਕਰਨੀ ਚਾਹੁੰਦਾ। ਮੈਂ ਵਿਖਾਰੇ ਤੋਂ, ਅਡੰਬਰ ਤੋਂ, ਲੋਕਾਂ ਪੂਰੇ ਪੱਕੀ ਤੋਰ ਬਣਾਉਣ ਤੋਂ, ਇਹ ਤੋਂ ਦੂਰ ਰਹਿ ਕੇ ਪ੍ਰਭੂ ਸਧਾਰਨ ਮੇਰਾ ਨੌਕਰ ਬਣ ਕੇ ਤੇਰੀ ਸੇਵਾ ਕਰਨੀ ਚਾਹੁੰਦਾ। ਅਗਰ ਕੋਈ ਐਸਾ ਕਰੇਗਾ ਤਾਂ ਅੱਗੇ ਪੜ੍ਹੋ ਕੀ ਲਿਖਿਆ। ਜਦਿ ਕੋਈ ਆਪਣੇ ਆਪ ਕੋ ਇਨਸੇ ਸ਼ੁੱਧ ਕਰੇਗਾ ਤੋ ਵਹ ਆਦਰ ਕਾ ਬਰਤਨ ਔਰ ਪਵਿੱਤਰ ਠਹਿਰੇਗਾ। ਆਦਰ ਕਾ ਬਰਤਨ ਕੌਣ ਬਣਾਏਗਾ? ਪਰਮੇਸ਼ਵਰ। ਹਾਲੇਲੂਯਾ, ਹਾਲੇਲੂਯਾ। ਇਹ ਇੱਕ ਕੰਮ ਅਸੀਂ ਕਰਨਾ ਹੈ। ਯੂਦਾ ਇਸਕਰੀਓਤੀ ਕੋਲ ਵੀ ਮੌਕਾ ਸੀ। ਕਈ ਵਾਰੀ ਅਸੀਂ ਸੋਚਦੇ ਹਾਂ ਕਿ ਯੂਦਾ ਇਸਕਰੀਓਤੀ ਦੇ ਕੋਲ ਕੋਈ ਚੋਇਸ ਹੀ ਨਹੀਂ ਸੀ, ਉਹ 12 ਦੇ ਵਿੱਚੋਂ ਕੋਈ ਹੋਰ ਵੀ ਹੋ ਸਕਦਾ ਸੀ। ਇਹ ਨਹੀਂ ਕਿ ਯੂਦਾ ਇਸਕਰੀਓਤੀ ਨੂੰ ਪਿੰਨ ਪੁਆਇੰਟ ਕਰਤਾ ਸੀ ਪਰਮੇਸ਼ਵਰ ਨੇ, 12 ਦੇ ਵਿੱਚੋਂ ਕੋਈ ਹੋਰ ਵੀ, ਲੇਕਿਨ ਯੂਦਾ ਇਸਕਰੀਓਤੀ ਖੈਦੀ ਦੇ ਨਾਲ ਜੁੜਿਆ ਸੀ। ਜਿਹੜਾ ਪੈਸਾ ਹੈ ਨਾ, ਇਸੇ ਲਈ ਸੰਸਕ੍ਰਿਤ ਕਹਿੰਦਾ ਹੈ ਪੈਸੇ ਦਾ ਲੋਭ ਹਰ ਪ੍ਰਕਾਰ ਕੀ ਜੜ ਹੈ। ਲੇਕਿਨ ਗ੍ਰੀਕ ਸ਼ਬਦ ਹੈ ਰੀਜ਼ਾ, ਜਿਹਦਾ ਮਤਲਬ ਹੈ ਭੁੱਖ ਹੈ। ਪੈਸੇ ਦਾ ਲੋਭ ਹਰ ਪ੍ਰਕਾਰ ਦੀ ਬੁਰਾਈ ਦੀ ਭੁੱਖ ਹੈ। ਭੁੱਖ ਜਿੱਥੇ ਹਰ ਤਰ੍ਹਾਂ ਦਾ ਪਾਪ ਪੈਦਾ ਹੁੰਦਾ। ਆਓ ਅਸੀਂ ਗ੍ਰੀਖਾ ਮੰਨ ਕੇ ਪ੍ਰਾਰਥਨਾ ਕਰੀਏ। ਹਾਲੇਲੂਯਾ। ਮਿੱਟੀ ਕੋ ਕੁਮਹਾਰ ਜੈਸੇ ਹਾਥੋਂ ਸੇ ਆਪਣੇ ਸਵਾਰੇ, ਮਿੱਟੀ ਕੋ ਕੁਮਹਾਰ ਜੈਸੇ ਹਾਥੋਂ ਸੇ ਆਪਣੇ ਸਵਾਰੇ, ਵੈਸੇ ਕਲਾ ਵੀ ਖੁਦਾ ਭਾਂਡੇ ਰਹਿ ਜਾਂਦੇ ਨੇ। ਅਜ਼ੀਜ਼ੋ,
ਤੁਹਾਡੀ ਜ਼ਿੰਦਗੀ ਇੱਕ ਮੰਡਾ ਹੈ, ਤੁਹਾਡਾ ਇਹ ਜਿਸਮ ਵੀ ਇੱਕ ਮੰਡਾ ਹੈ। ਪ੍ਰੇਮ ਪੁਰਸ਼ ਕਹਿੰਦਾ ਹੈ ਆਪਣੇ ਜਿਸਮ ਨੂੰ ਜਿਉਂਦਾ ਮਨ ਪਾਉਂਦਾ ਤੇ ਪਵਿੱਤਰ ਬਲੀਦਾਨ ਕਰਕੇ ਚੜਾਉਂਦਾ, ਇਹ ਤੁਹਾਡੀ ਰੂਹਾਨੀ ਸੇਵਾ ਹੈ। ਖਮਨ ਲਈ ਆਪਣੇ ਹੱਥ ਉਠਾਈਏ। ਹਾਲੇਲੂਯਾ, 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 ਹਾਲੇਲੂਯਾ। ਆਲੂਦਗੀ ਜਾਂ ਜਿਸਮ ਕੀ ਮਨ ਕੀ ਦੂਰ ਕਰ ਦੇ, ਆਲੂਦਗੀ ਜਾਂ ਜਿਸਮ ਕੀ ਦੂਰ ਕਰ ਦੇ। ਖੌਫੇ ਯਹੋਵਾ ਹੋ ਨਾਜ਼ਿਲ ਆਪਣੇ ਰੂਹ ਸੇ ਭਰ ਦੇ, ਖੌਫੇ ਖੁਦਾ ਹੋ ਨਾਜ਼ਿਲ ਆਪਣੇ। ਯੇਸੂ ਤੇਰੀ ਪੂਜਾ ਕਰੂੰ, ਯੇਸੂ ਤੇਰੀ ਪੂਜਾ।
यीशु तेरी पूजा करूं, यीशु तेरी पूजा करूं, मैं तेरी तमन्ना करूं, चरणों में तेरे कितना सुकून है बातों में तेरी, कैसी कशिश है आंखों में तेरी, अजबुल नशा है राहों में तेरी, अजबुल नशा है राहों में तेरी, झुक झुक के सजदा तेरे हाथों से बाहर ना निकलूं। जब तक तू मुझे चाक पे रखे और घुमाता जाए मैं तेरे हाथों की घूमता जाऊं। खुदावंद मुझे वो बर्तन बना जिसे तू अपने होठों से लगाता है हालेलुया। उस सामरी औरत ने आपको मालूम खुदावंद से क्या कहा? इज़राइल में औरतें जब कुएं में पानी भरने जाती थी, वो मिट्टी का कटोरा लेके जाती थी। अगर कोई अजनबी परदेसी प्यासा पानी मांगे तो कटोरे में डाल के पानी पीने के लिए देती। यीशु ने उससे पानी मांगा। वो 5 मर्दों के संग शादी में रही, 6ठे के संग जनाकारी में, तो खुदावंद यीशु को कहती है, तू क्यों मुझसे पानी मांगता है? शायद अपने दिल में ये कह रही है कि मेरे प्याले को पहले कितने मर्दों ने अपने होठों से छुआ है, मेरा प्याला गंदा और घिनौना है। अजीजों, मैं आपको बताना चाहता हूं, आपका बर्तन कितना भी गंदा क्यों ना हो, अगर आप तहे दिल से उसके पास आए, वो आपके गंदे पैमाने में अपने मुंह लगाएगा और आपको यूनस की गाने गड़ी पेपर में ले चलेंगे, पाक साफ कर देंगे। हालेलुया। अपने हाथ उठाएं, प्रे मेरे साथ, प्रे खुदावंद यीशु, है खुदावंद यीशु, मेरे प्याले को भी छू ले, मेरी आलूदगी, मेरी गंदगी दूर कर दे खुदावंद यीशु। मैं अपनी कोई खूबी, अपनी कोई लियाकत लेके तेरे पास नहीं आया, बल्कि अपनी आलूदगी,
अपने आलूदगी, अपनी बदकारियां, अपने पोशीदा गुनाहों को लेके तेरे पास आता हूँ। मुझे छू, मुझे छू, मुझे छू, मुझे छू, मुझे छू, मुझे तोड़, मुझे तोड़, मुझे फिर से चाक पे चढ़ा, मुझे फिर से चाक पे चढ़ा, फिर से चाक पे चढ़ा, मुझे फिर से चाक पे चढ़ा, अपनी मन पसंद का, अपने मन पसंद का बर्तन मुझे बना, मुझे बर्तन बने बना, मेरा ये बर्तन, मेरा ये भांडा, मेरा ये भांडा तुझे पसंद आए, तुझे पसंद आए, मेरी जिंदगी में रहा, मेरी जिंदगी रावण यीशु, बहुत सारे बर्तनों, बहुत सारे बर्तनों को जीत के लाऊंगा, जीत के लाऊंगा, और उन्हें भी तेरे आदर के, तेरे आदर के बर्तन बनना, तेरे बर्तन बनना सिखाऊंगा। राजा दाऊद कहता है, राजा दाऊद, खुदावंद मेरी बदकारियां माफ कर दे तो मैं बदकारों को तेरे राह सिखाऊंगा। अपने हाथ उठाइए सब। चंगी तारा दो मेरी कर सफाई, मैनू कर तू पाक सा, मैनू कर तू पाक सा, बख्शन इस सब बुरे आई, बख्शन इस सब बुरे फल रे गाइए।